الله وبركاته. الحمد لله الحمد لله. تھوڑے جے نا اگے اگے ہو بچے تھوڑا جے ہور جڑ جو دلوں پاوے نہ جڑیا جو انج نال جڑ جو. کئی نمازی مسیتے آ کے بھی دل نہ نہیں جڑتے, صف چ ایک دوجے نال کھلوندے نے بولتے نہیں, پر تسی اللہ واسطے تھوڑا جڑ جو ہور ہو جائے پترو گاہ ہو جلدی اگے مرنا جگہ پی گاہ ہو جلدی چل چل چل. ساتھی باہر کنے کھڑے سے اور جو بزرگ تھوڑا جہا اور اگے کرو ہیٹر بند کر دو, یہ اب ہیٹر بند کر کے نال ہو جائے بند کر دو ہیٹر قریب ہو جائے تایا اگے ہو جائے تایا اگے ہو جلدی آ گیا تایا تیرے لاگے دساں بندیاں دی جگہ پئی ہے ہور گاؤں بچے یار نکر پرو ساری ہاتھ جلدی کرو جلدی تاری ماسے بنی ہے جی جوڑ کے بیٹھے بندے چلو 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 ماشاء ہور بھائی اور نکر چلے جو بڑے بندے ادھر رکھو آ جاؤ بھی ادھر سامنے ادھر کچھ نہیں ہے. الحمدللہ الحمدللہ وکفا وسلام علی عباده الذین اصطفا اما بعد اعوذ باللہ السمیع العلیم من الشیطان الرجیم بسم اللہ الرحمن الرحیم تعاونوا علی البر والتقوی ولا تعاونوا علی الاثم والعدوان ان اللہ وملائکته یصلون علی النبی یا ایھا الذین آمنوا صلوا علیہ وسلموا تسلیما اللہم صل علی محمد و علی آل محمد کما صلیت علی ابراہیم و علی آل ابراہیم انکا حمید مجید اللہم بارک علی محمد وعلی آل محمد سب کو صلی اللہ ہما بارک تعالی ابراہیم وعلی آل ابراہیم انکا حمید مجید حضر نبی دا کمینے قدر نبی دار ہو جانن والے تے سونگے وچ مدینے قدر یوسف دا معلوم ہویا تے بھائیاں مصر گیا قدر نبی دار
ਕਬਰਾਂ ਵਿੱਚ ਗਿਆਨ ਮੌਜ਼ੂ ਸਾਮੀ ਹਜ਼ਰਾਤ ਹੁੰਦੇ ਵਾਲੀ ਮੇਰੀ ਵਾਜ਼ ਬਿਲਤਰਾਮ ਮਾਓ ਔਰ ਬਹਿਣੋ ਸਦਰ ਮਹਿਫਿਲ ਆਫਜ਼ੁਲ ਕੁਰਨੈਣ ਸਾਹਿਬ ਇਸ ਮਸਜਿਦ ਦੇ ਇਮਾਮ ਖਤੀਬ ਸਾਹਿਬ ਅਬਦੁਲ ਜਬਾਰ ਸਾਹਿਬ ਮਹਿਮਾਨ ਖਸੂਸੀ ਮੁਹਤਰਮ ਜਨਾਬ ਰਾਣਾ ਤਾਹਿਰ ਹਰੂਨ ਸਾਹਿਬ ਮੇਰੇ ਭਾਈ ਡਾਕਟਰ ਉਮਰ ਸਾਹਿਬ ਦੀਗਰ ਮਜ਼ਾਫਾਤ ਤੋਂ ਭਾਈ ਸਿਕੰਦਰ ਸਾਹਿਬ ਫਹੀਮ ਸਾਹਿਬ ਦੀਗਰ ਮਜ਼ਾਫਾਤ ਤੋਂ ਆਉਣ ਵਾਲੇ ਗਯੁਰ ਮੁਸਲਮਾਨ ਭਾਈਓ ਹਰ ਕਿਸਮ ਦੀ ਅਮਦੋ ਸ਼ਨਾ ਅੱਲਾ ਵਹਦਹੁ ਲਾ ਸ਼ਰੀਕ ਦੀ ਜ਼ਾਤ ਪਾਕ ਵਾਸਤੇ ਹੈ ਦਰੂਦ ਸਲਾਮ ਤਾਜਦਾਰ ਮਦੀਨਾ ਸੁਨੂ ਅਕਲ ਬਸੀਨਾ ਸਾਕੀ ਕੌਸਰ ਸ਼ਾਫੀ ਮਕਸ਼ਰ ਆਦਿ ਰਹਿਬਰ ਨਬੀ ਅਲ ਕਿਬਲਾ ਤੈਨ ਸੈਯਦੁਲ ਆਰਫੀਨ ਸ਼ਫੀ ਅਲ ਮੁਜ਼ਨਬੀਨ ਮੰਬਾ ਰਿਸ਼ਤੋ ਹਦਾਇਤ ਮਹਬੂਬ ਰੱਬੁਲ ਮਸ਼ਰਕੈਨ ਮਰੱਬੁਲ ਮਗਰਬੈਨ ਜਦੁਲ ਹਸਨੀ ਵਾਲ ਹੁਸੈਨ ਮੌਲਾਨਾ ਮੌਲਾ ਸਕਲੈਨ ਅਬੀ ਅਲ ਕਾਸਮ ਮੁਹੰਮਦ ਇਬਨ ਅਬਦੁੱਲਾਹ ਸਭ ਕਹਿ ਦੋ ਸੱਲੱਲਾਹੁ ਅਲੈਹਿ ਵ ਆਲਿਹਿ ਵਸੱਲਮ ਦੀ ਜ਼ਾਤ ਗ੍ਰਾਮੀ ਤੇ ਅਣਗਿਣਤ ਲਾ ਤਦਾਦ ਰੇਤ ਦਰਾਤ ਲੋ ਜ਼ਿਆਦਾ ਪਾਣੀ ਦੇ ਕਤਰਾਤ ਲੋ ਜ਼ਿਆਦਾ ਦਰਖਤਾਂ ਦੇ ਪੱਤਿਆਂ ਲੋ ਜ਼ਿਆਦਾ ਬਲਕਿ ਪੂਰੀ ਕਾਇਨਾਤ ਦੀ ਚਾਨਦਾਰ ਚੀਜ਼ਾਂ ਦੇ ਸਾਸ ਲੋ ਜ਼ਿਆਦਾ ਦਰੁਦ ਸਲਾਮ ਸਭ ਕਹਿ ਦੋ ਆਮੀਨ ਇਸ ਬਾਰਿਸ਼ ਦੇ ਮੌਸਮ 'ਚ ਤੁਸਾਂ ਅਹਬਾਬ ਦਾ ਔਰ ਕਸੀਰ ਤਦਾਦ 'ਚ ਮੇਰੀ ਮਾਂ ਬਹਿਣਾਂ ਦੇ ਵਾਸਤੇ ਇੰਤਜ਼ਾਮ ਕੰਮ ਪੜ ਗਿਆ ਮੈਂ ਦੁਆ ਕਰਨਾ ਡਾਕਟਰ ਉਮਰ ਸਾਹਿਬ ਉਹਨਾਂ ਨੇ ਇਤਨੀ ਮੁਹੱਬਤ ਨਾਲ ਇਹਤਮਾਮ ਕਰਾਇਆ ਔਰ ਮੇਰੇ ਬਾਈ ਇੱਕ ਜ਼ੈਗਮ ਸਾਹਿਬ ਨੇ ਇਸ ਪਿੰਡ ਦੇ ਹੀ ਬਾਹਰ ਨੇ ਬਾਹਰ ਦੇ ਮੁਲਕ ਬਾਈ ਅਬਦਰਸ਼ੀਦ ਸਾਹਿਬ ਦੇ ਬੇਟੇ ਨੇ ਅੱਲਾ ਉਹਨਾਂ ਦੇ ਵਾਲਦ ਨੂੰ ਜੰਨਤ ਚਾਲਾ ਮੁਕਾਮ ਦੇਵੇ ਉਹ ਵੀ ਕਹਿੰਦੇ ਸਾਡੇ ਪਿੰਡ ਦਾ ਜਲਸਾ ਮਿਸ ਨਹੀਂ ਤੁਹਾਡੇ ਪਿੰਡ ਦੀਆਂ ਬਾਹਰੋਂ ਵੀ ਸਿਫਾਰਿਸ਼ਾਂ ਤਾਂ ਅੱਲਾ ਪਾਕ ਉਸਨੂੰ ਵੀ ਅਜਰ ਦੇਵੇ ਤੁਸਾਂ ਅਹਬਾਬ ਨੂੰ ਵੀ ਔਰ ਜਿਹਨਾਂ ਐਡੀ ਸੋਹਣੀ ਮਸਜਿਦ ਬਣਾਈ ਜਿਹਨਾਂ ਨਕਸ਼ਾ ਦਿੱਤਾ ਜਿਹਨਾਂ ਮਸ਼ਵਰਾ ਦਿੱਤਾ ਜਿਹਨਾਂ ਇਹਨਾਂ ਵੀ ਕਿਹਾ ਕਾਸ਼ 73 ਟੀਬੀ 'ਚ ਐਡੀ ਸੋਹਣੀ ਮਸਜਿਦ ਹੋਏ ਅੱਲਾ ਉਹਨਾਂ ਦੀ ਕਾਸ਼ ਦੇ ਬਦਲੇ ਅਜਰ ਅਜ਼ੀਮ ਅਤਾ ਫਰਮਾਏ ਇਸ ਕਾਸ਼ ਦਾ ਸਿਲਾ ਤੇ ਕਿਆਮਤ ਨੂੰ ਪਤਾ ਲੱਗਣਾ ਕਿ ਅੱਲਾ ਨੇ ਕਹਿਣਾ ਤੂੰ ਕਾਸ਼ ਕਿਹਾ ਸੀ ਉਹ ਕਿਆਮਤ ਤੱਕ ਵੱਧਦੀ ਗਈ ਨਮਾਜ਼ੀ ਪੜ੍ਹਦੇ ਰਹੇ ਫੌਤ ਹੁੰਦੇ ਰਹੇ ਉਹ ਕਿਆਮਤ ਨੂੰ ਜਦੋਂ ਕਾਸ਼ ਸਾਹਮਣੇ ਆਉਣੀ ਨਾ ਪਹਾੜ ਬਣ ਕੇ ਨਿੱਕੀਆਂ ਦਾ ਤਾਂ ਉਹਨੇ ਕਹਿਣਾ ਓਹੋ ਮੈਂ ਖਾਲੀ ਕਾਸ਼ ਕਿਉਂ ਕਹੀ ਸੀ ਮੈਂ ਕੋਈ ਇੱਟ ਵੀ ਮੁੱਲ ਲੈ ਕੇ ਲਾ ਦਿੰਦਾ ਜਿਹਨੇ ਕਾਸ਼ ਕਹੀ ਉਹਨੂੰ ਇੰਨਾ ਅਜਰ ਮਿਲਣਾ ਇਹ ਮਸਜਿਦ ਬਣਾਉਣ ਵਾਸਤੇ ਅਤੇ ਜਿਹਨੇ ਇੱਟ ਮੁੱਲ ਲਾਈ ਹੋਏ ਜਿਹਨੇ ਰੇਤ ਦੀ ਟਰਾਲੀ ਵਿੱਚ ਲਾਈ ਹੋਏ ਜਿਹਨੇ ਕਲੀਨ ਵਿਛਾਇਆ ਹੋਏਗਾ ਉਹਨੂੰ ਕਿੰਨਾ ਕੁ ਅਜਰ ਮਿਲੇਗਾ ਜਿਹਨੇ ਇਹਨੂੰ ਆਬਾਦ ਕੀਤਾ ਹੋਏਗਾ ਜਿਹਨੇ ਅਜ਼ਾਨ ਪੜ੍ਹੀ ਹੋਏਗੀ ਮੈਂ ਸਿਰਫ ਕਾਸ਼ ਦੀ ਗੱਲ ਕੀਤੀ ਹੈ ਮੈਂ ਦੁਆ ਕਰਨਾ ਹੈ ਅੱਲਾ ਇਸ ਤਰ੍ਹਾਂ ਦੀਆਂ ਮਸਜਿਦਾਂ ਪੂਰੇ ਮੁਲਕ ਦੇ ਅੰਦਰ ਹਰ ਗਾਓਂ ਦੇ ਅੰਦਰ ਇਸ ਤਰ੍ਹਾਂ ਦੀਆਂ ਮਸਜਿਦਾਂ ਮਾਰਜ਼ ਵਜੂਦ 'ਚ ਆਉਣ ਔਰ ਦੁਨੀਆ ਦਾ ਕੁਫਰ ਵੇਖੇ ਕਿ ਮੁਸਲਮਾਨ ਸ਼ਾਇਰ ਮੈਂ ਅੱਲਾ ਨਾਲ ਕਿੰਨਾ ਪਿਆਰ ਕਰਦੇ ਨੇ ਇਹ ਕਿਆਮਤ ਨੂੰ ਵੀ ਤੁਹਾਡੀ ਮਸਜਿਦ ਢਹਿਣੀ ਨਹੀਂ ਹਾਂ ਇਹ ਲਿਖ ਲਓ ਤੁਹਾਡੀ ਨਜ਼ਰ 'ਚ 5 ਵਾਰਾਂ ਵੀ ਬਣ ਜਾਵੇ ਨਾ ਉਹ 5 ਵਾਰਾਂ ਦਾ ਮਟੀਰੀਅਲ ਕਿਆਮਤ ਨੂੰ ਸਾਹਮਣੇ ਆਉਣਾ ਉਹਨੇ ਫਨਾ ਨਹੀਂ ਹੋਣਾ ਹਾਂ ਹਰ ਚੀਜ਼ ਫਨਾ ਹੋ ਜਾਣੀ ਮਸਜਿਦ ਮਦਰੱਸੇ ਕਿਆਮਤ ਨੂੰ ਵੀ ਫਨਾ ਨਹੀਂ ਹੋਣੀ ਕਿਉਂਕਿ ਇਹਦੀ ਨਿਸਬਤ ਅੱਲਾ ਨਾਲ ਹੋ ਚੁੱਕੀ ਜਿਹੜੀ ਚੀਜ਼ ਫਾਨੀ ਦੀ ਨਿਸਬਤ ਅੱਲਾ ਨਾਲ ਹੋ ਜਾਵੇ ਉਹ ਬਕਾ ਵਾਲੀ ਬਣ ਜਾਂਦੀ ਮਗਰ ਵੱਖਰੀ ਗੱਲ ਹੈ ਮੌਲਵੀ ਵਿਚਾਰਾ ਮਸਜਿਦ ਦਾ ਬੇਚੀ ਕੁਛ ਸ਼ੈ ਬਣਾਉਣੀ ਹੋਵੇ ਤੇ 4 ਜੁਮੇ ਜਨਾਬ ਜੀ 5 ਮਿੰਟ ਜੁਮਾ ਲੇਟ ਕਰਦਾ ਬਾਬਿਆਂ ਦੀਆਂ ਗੱਲਾਂ ਸੁਣਦਾ ਪਰ ਪੈਸੇ ਇਕੱਠੇ ਕਰਕੇ ਜੁਮਾ ਪੜਾਉਣਾ ਪੈਂਦਾ ਕਦੀ ਕਿਸੇ ਸਾਈਆਂ ਵੀ ਗਿਰਜੇ ਦਾ ਸਪੀਕਰ ਖੋਲ ਕੇ ਆਖਿਆ ਮਸੀਤ ਦਾ ਬਿੱਲ ਤਾਰਨਾ ਇਹ ਸਾਡੇ ਪਿੰਡਾਂ 'ਚ ਲੰਮਾ ਫਿਕਰੀ ਹੈ ਕਰੋੜਪਤੀ ਲੋਕ ਨੇ 1 ਕਿੱਲੇ ਦੀ ਕੀਮਤ ਕਰੋੜ ਤੇ ਉਸ ਪਿੰਡ ਦੇ ਚੌਧਰੀ ਨੂੰ ਅੱਲਾ ਨੇ ਕਿਆਮਤ ਨੂੰ ਪੁੱਛਣਾ ਹੈ ਕਿ ਲੋਕਾਂ ਨੂੰ ਕਬਰ ਵਾਸਤੇ ਜਗ੍ਹਾ ਨਹੀਂ ਸੀ ਮੁੱਲ ਲੱਭਦੀ ਤੇ ਤੈਨੂੰ ਮੈਂ ਮਰੱਬਿਆਂ ਦੇ ਹਿਸਾਬ ਨਾਲ ਤੇ ਕਿੱਲਿਆਂ ਦੇ ਹਿਸਾਬ ਨਾਲ ਦਿੱਤੇ ਤੇ ਤੂੰ ਮੇਰੀ ਮਸੀਤ ਦਾ ਬਿੱਲ ਵੀ ਲੋਕਾਂ ਨੂੰ ਸਪੀਕਰ 'ਚ ਕਰਾਈ ਕਰਾ ਕੇ ਲੈਂਦਾ ਸੀ ਤੇ ਕੰਨ ਵੀ ਤੇਰੇ ਸੁਣਦੇ ਸੀ ਦਿਲ ਵੀ ਤੇਰਾ ਸੁਣਦਾ ਸੀ ਤੇ ਤੂੰ ਸਭ ਕੁਛ ਵੇਖ ਕੇ ਤੇ ਮੇਰੇ ਘਰ ਨੂੰ ਪੂਰੀ ਦੁਨੀਆ ਦੇ ਉੱਤੇ ਨਸ਼ਰ ਕੀਤਾ ਭਾਵੇਂ ਕੋਈ ਗੁੱਸਾ ਨਾ ਕਰੇ ਇਸ ਪਿੰਡ ਵਾਲਿਆਂ ਨੇ ਮੈਨੂੰ ਆਖਿਆ ਮੈਂ ਸਲਾਹ ਮੁਆਸ਼ਰਾ ਤੇ ਰੋਜ਼ ਬੋਲਣਾ ਹੈ ਤਾਂ ਕਿ ਮੁਸਲਮਾਨ ਦਾ ਅੰਦਰ ਵਾਲਾ ਮੁਸਲਮਾਨ ਜਗਾ ਉਹ ਕਿਸੇ ਦਾ ਮੁਹਤਾਜ ਨਹੀਂ ਅੱਲਾ ਸਿਰਫ ਆਪਣੇ ਬੰਦਿਆਂ ਨੂੰ ਚੈੱਕ ਕਰਦਾ ਹਰ ਜਿਹੜੀ ਕੌਮ ਆਪਣੀਆਂ ਬੇਟੀਆਂ ਨੂੰ
ਅਦਾਲਤਾਂ 'ਚ ਖੜੀਆਂ ਕਰ ਦੇਵੇ। ਵਕੀਲ ਸਾਹਿਬ ਬੈਠੇ ਨੇ, ਪੁੱਛ ਲਓ ਕਿੰਨੀਆਂ ਬੇਟੀਆਂ ਰੋਜ਼ ਹਿੱਸਾ ਲੈਣ ਵਾਸਤੇ ਅਦਾਲਤਾਂ 'ਚ ਜਾਂਦੀਆਂ। ਉਸ ਕੌਮ ਨੂੰ ਬੇਟੀ ਦੀ ਅਜ਼ਮਤ ਨਾਲ ਕਿਆ ਲੱਗੇ। ਇਹ ਤਾਂ ਮੁਸਤਫਾ ਨੇ ਬੇਟੀ ਦੀ ਅਜ਼ਮਤ ਆ ਕੇ ਦੱਸੀ ਨਾ। ਮੇਰੇ ਰੱਬੁਲ ਆਲਮੀਨ ਨੇ ਪਰਮਾਇਆ ਵਤੋ ਹਾ ਦੇ ਚਰੇ ਵਾਲਿਆ, ਵੱਲੈਲ ਦੀਆਂ ਜ਼ੁਲਫਾਂ ਵਾਲਿਆ, ਮਾਜ਼ਾ ਦੇ ਕਾਜਲ ਵਾਲਿਆ, ਆਲਮ ਸ਼ਾਹ ਦੇ ਸੀਨੇ ਵਾਲਿਆ, ਸਿਰਾਜ ਮੁਨੀਦ ਦੇ ਚਰੇ ਵਾਲਿਆ, ਬਦਰੇ ਮੁਨੀਦ ਦੇ ਮਕਾਮ ਵਾਲਿਆ, ਹਾਮਿੰਦ ਦੇ ਕੁਨਲ ਵਾਲਿਆ, ਤਾਹਾ ਦੀ ਸ਼ਾਨ ਵਾਲਿਆ, ਮੁਜ਼ੰਮਲ ਦੀ ਕਮਨੀ ਵਾਲਿਆ, ਮੁਦੱਸਰ ਦੀ ਚਾਦੌੜ ਕੇ ਸੁਣ ਵਾਲਿਆ, ਵਾ ਮਾਰਾ ਮਹਿਤਾ ਇਜ਼ਰਾ ਮਹਿਤਾ, ਵਲਾ ਕਿ ਨੱਲਾ ਕਰਮਾ ਦੇ ਦੈਨੇ ਪਾਕ ਮਾਲਿਆ, ਵਾ ਮਾ ਯੰਤੀ ਕੁਨਲ ਹਵਾ ਦੀਆਂ ਪਾਕ ਬੁਲੀਆਂ ਵਾਲਿਆ, ਕਦਨ ਰਾਤ ਕੱਲੂ ਬਾਵਾ ਜੀ ਕਾ ਕਿ ਸਮਾਂ ਦੇ ਚਰੇ ਵਾਲਿਆ, ਯਾਸੀਨ ਵਲ ਕੁਰਾਨ ਅਲ ਹਕੀਮ ਦੇ ਤਾਜ ਵਾਲਿਆ, ਹੇ ਕਮਲੀ ਵਾਲਿਆ ਸੋਹਣਿਆ ਮਹਬੂਬਾ, ਫਰਮਾ ਜੀ ਜੀ ਰੱਬੇ ਜਲੀਲ ਹੁਕਮ ਕੀ ਏ, ਇਹਨਾਂ ਲੋਕਾਂ ਨੂੰ ਐਲਾਨ ਫਰਮਾ ਦਿਓ, ਜੀ ਰੱਬੁਲ ਆਲਮੀਨ ਹੁਕਮ ਹੋਵੇ, ਖਾਲਕ ਨੇ ਫਰਮਾਇਆ, ਤਾਵਾਂ ਨੂੰ ਅਲਲ ਬਿਰੇ ਵਾ ਤਕਵਾ ਨੇਕੀ ਦੇ ਕੰਮਾਂ 'ਚ ਤਾਵਣ ਕਰਨਾ ਵੀ, ਬੁਰਿਆਂ ਕੰਮਾਂ 'ਚ ਕਿਸੇ ਦਾ ਸਾਥ ਨਹੀਂ ਦੇਣਾ, ਬੁਰਾਈ 'ਚ ਕਿਸੇ ਦਾ ਸਾਥ ਨਹੀਂ ਦੇਣਾ। ਮੇਰੇ ਵੀਰਾਂ ਜ਼ਰਾ ਧਿਆਨ ਨਾਲ ਗੱਲ ਸੁਣ ਲਓ, ਮੇਰੇ ਨਬੀ ਕਰੀਮ ਨੂੰ ਮੰਨਣ ਵਾਲੋ, ਮੁਸਤਫਾ ਤੋਂ ਪਹਿਲੇ ਮੱਕੇ ਦੇ ਅੰਦਰ ਲੋਕ ਬੇਟੀਆਂ ਨਾਲ ਕੈਸਾ ਸਲੂਕ ਕਰਦੇ ਨੇ, ਮੇਰੇ ਨਬੀ ਨੇ ਇਸ ਬੁਰਾਈ ਦਾ ਖਾਤਮਾ ਕੀਤਾ। ਜਿਹੜੀਆਂ ਬੇਟੀਆਂ ਨੂੰ ਜ਼ਿੰਦਾ ਦਫ਼ਨ ਕੀਤਾ ਜਾਂਦਾ ਸੀ, ਮੁਸਤਫਾ ਨੇ ਉਸ ਬੇਟੀ ਨੂੰ ਜੰਨਤ ਦਾ ਟਿਕਟ ਅਲਾਟ ਕਰਕੇ ਲੋਕਾਂ ਨੂੰ ਕਿਹਾ, ਜੰਨਤ ਦੇ ਟਿਕਟ ਨੂੰ ਦਫ਼ਨ ਨਹੀਂ ਕਰੀਦਾ, ਬਲਕਿ ਬੇਟੀਆਂ ਜੰਨਤ ਜਾਣ ਵਾਸਤੇ ਢਾਲ ਨੇ, ਪਰਵਾਨਾ ਹੈ ਜੰਨਤ ਦਾ। ਮੁਸਤਫਾ ਨੇ ਇਸ ਬੇਟੀ ਨੂੰ ਕਿਤਨੀ ਇੱਜ਼ਤ ਬਖਸ਼ੀ ਆ। ਇਸ ਵਜ੍ਹਾ ਤੋਂ ਬਾਬਾ ਸੁਮਸਾਮ ਕਹਿੰਦਾ ਹੁੰਦਾ ਸੀ, ਕਾਪ ਕੁੰਦੀਆਂ ਮੰਜ਼ਲਾਂ ਪੈਲੀਆਂ ਸਨ, ਤੇ ਜਦੋਂ ਮੇਰੇ ਮੁਹੰਮਦ ਦੀ ਲੋਈ ਹੋਈ ਸੀ, ਰੱਬ ਲਿਖ ਦਿੱਤਾ ਖਤਮ ਰਸਾ, ਮਿੱਟੀ ਆਦਮ ਦੇ ਉਦੋਂ ਅਜੇ ਕੋਈ ਹੋਈ ਸੀ, ਸ਼ਮਸ਼ਾਨ ਇਸ ਮਿੱਟੀ ਨੂੰ ਪਾਗ ਲੱਗੇ, ਮਦਨੀ ਇਸ ਮਿੱਟੀ ਨੂੰ ਪਾਗ ਲੱਗੇ, ਜਿਹੜੀ ਮੁਦਤਾਂ ਦੀ ਅੱਗੇ ਹੀ ਮੋਈ ਹੋਈ ਸੀ। ਆਇਆ ਸਾਰੇ ਜਹਾਨ ਦਾ ਚੰਨ ਬਣ ਕੇ, ਜਿਹਦੀ ਵਿੱਚ ਬਾਈਬਲ ਪੇਸ਼ ਗੋਈ ਹੋਈ ਸੀ। ਮੁਸਤਫਾ ਦੇ ਆਉਣ ਨਾਲ ਮੱਕੇ 'ਚ ਬੇਟੀ ਨੂੰ ਇੱਜ਼ਤ ਮਿਲੀ, ਮੁਸਤਫਾ ਦੇ ਆਉਣ ਨਾਲ ਬੀਵੀ ਨੂੰ ਇੱਜ਼ਤ ਮਿਲੀ, ਮੁਸਤਫਾ ਦੇ ਆਉਣ ਨਾਲ ਬਹੂ ਨੂੰ ਇੱਜ਼ਤ ਮਿਲੀ, ਮੁਸਤਫਾ ਦੇ ਆਉਣੇ ਨਾਲ ਮਾਂ ਬਾਪ ਨੂੰ ਇੱਜ਼ਤ ਮਿਲੀ, ਮੁਸਤਫਾ ਦੇ ਆਉਣੇ ਨਾਲ ਅੱਲਾ ਜਾਣਦਾ ਹੈ ਵਡੇਰਾ ਬਾਪ ਹੈ ਮਰੀਜ਼ ਹੈ, ਬੱਚੇ ਕਿਉਂ ਲਈ ਫਿਰਦੇ ਨੇ ਲੋਕਾਂ ਨੇ ਨਾ, ਸੁਣ ਲਓ, ਲੋਕਾਂ ਨੇ ਅਬੂ ਜਾਲ ਦੀ ਲਾਸ਼ ਖੂਹ ਸੁੱਟੀ ਸੀ, ਅਬੂ ਲਾਬ ਖੂਹ ਕਿਉਂ ਸੁੱਟੀ, ਚੀਚਕ ਮਾਤਾ ਨਿਕਲ ਆਈ ਅਬੂ ਲਾਬ ਖੂਹ ਸੁੱਟੀ, ਪੱਥਰ ਉਹਨਾਂ ਨੇ ਬਹੁਤ ਫੈਲ ਗਈ ਮੱਕੇ 'ਚ, ਬਿਮਾਰ ਹੋ ਗਿਆ ਨਾ ਪੁੱਤਰਾਂ, ਨਫ਼ਰਤ ਕੀਤੀ ਸਭ ਨੇ ਮੱਕੇ ਵਾਲੇ, ਅਤੇ ਅੱਜ ਇਸਲਾਮ ਦੀ ਬਦੌਲਤ ਹੈ ਨਾ, ਬਾਪ ਜਿੰਨਾ ਮਰਜ਼ੀ ਬਿਮਾਰ ਹੋਵੇ ਪੁੱਤਰ ਮੋਢਿਆਂ 'ਤੇ ਚੁੱਕ ਕੇ ਹਸਪਤਾਲ ਲਈ ਫਿਰਦੇ, ਇਸਲਾਮ ਨੇ ਇੱਜ਼ਤਾਂ ਦਿੱਤੀਆਂ, ਇਸਲਾਮ ਨੇ ਇਨਸਾਨੀਅਤ ਨੂੰ ਹਕੂਕ ਦਿੱਤੇ। ਮੈਨੂੰ ਸਿੱਖ ਫੋਨ ਕਰਦੇ ਨੇ ਲੰਡਨ 'ਚੋਂ, ਕਨੇਡਾ 'ਚੋਂ, ਇੰਡੀਆ 'ਚੋਂ, ਕਹਿੰਦੇ ਨੇ ਜੀ ਅਸੀਂ ਤੁਹਾਡੇ ਤੋਂ ਬਹੁਤ ਕੁਛ ਸਿੱਖਿਆ, ਉਹਨਾਂ ਦੇ ਜਿਹੜੇ ਗੁਰਦੁਆਰਿਆਂ ਦੇ ਮੌਲਵੀ ਉਹਨਾਂ ਨੇ ਫੋਨ ਕੀਤੇ, ਮੇਰੇ ਕੋਲ ਰਿਕਾਰਡਿੰਗ ਮੌਜੂਦ। ਯਾਨੀ ਕਹਿਣ ਦਾ ਮਕਸਦ ਹੈ ਕਿ ਇਸਲਾਮ ਇੱਕ ਐਸਾ ਮਜ਼ਹਬ ਹੈ ਜਿਹਦੇ ਤੋਂ ਹਰ ਮਜ਼ਹਬ ਨੂੰ ਫਾਇਦਾ ਮਿਲਿਆ, ਹਰ ਮਜ਼ਹਬ ਦੀ ਰਹਿਨਮਾਈ ਕਰਦਾ ਇਸਲਾਮ। ਮੇਰੇ ਭਾਈਓ, ਜਿਤਨੇ ਤੁਸੀਂ ਬੈਠੇ ਹੋ, ਜ਼ੇਹਨ ਬਣਾ ਲਓ ਕਿ ਇਸਲਾਮ ਨੇ ਹਰ ਇੱਕ ਦੀ ਅਜ਼ਮਤ, ਇਹਨਾਂ ਬੇਟੀ ਦੀ ਅਜ਼ਮਤ ਲਿਖੀ ਹੈ। ਮੈਂ ਇਨਸ਼ਾਅੱਲਾ ਉਹੀ ਬਿਆਨ ਕਰਨਾ, ਅੱਲਾ ਕਬੂਲ ਫਰਮਾਵੇ।
ਅਰਜ਼ ਕਰਨਾ ਚਾਹ ਰਿਹਾ ਮੇਰੇ ਇਮਾਮ ਲੰਬੀਆ ਦਾ ਕਲਮਾ ਪੜਨ ਵਾਲਿਓ, ਲੰਮਾ ਫਿਕਰੀਆ ਕਿ ਅੱਜ 1500 ਸਾਲ ਬਾਅਦ ਜਿਸ ਨਬੀ ਨੇ ਬੇਟੀ ਦੀ ਅਜ਼ਮਤ ਬਿਆਨ ਕੀਤੀ, ਅੱਜ ਕੌਮ ਨੂੰ ਵੀ ਦੱਸਣਾ ਪੈ ਗਿਆ, ਮੁਸਲਮਾਨਾਂ ਨੂੰ ਵੀ ਦੱਸਣਾ ਪੈ ਗਿਆ, ਇਸਲਾਮੀ ਜਮਹੂਰੀਆ ਪਾਕਿਸਤਾਨ ਦੇ ਅੰਦਰ ਦੱਸਣਾ ਪੈ ਗਿਆ, ਜਿੱਥੇ 97% ਮੁਸਲਮਾਨ ਰਹਿੰਦੇ ਨੇ, 3% ਅਕਲੀਅਤ, ਉਸ ਮੁਲਕ ਦੇ ਅੰਦਰ ਦੱਸਣਾ ਪੈ ਗਿਆ ਕਿ ਬੇਟੀਆਂ ਦੀ ਵੀ ਕੋਈ ਅਜ਼ਮਤ ਹੈ। ਜਿਹਨਾਂ ਲਾ ਇਲਾਹਾ ਇਲੱਲਾ ਪੜਿਆ, ਜਿਹਨਾਂ ਕਿਹਾ ਗੁਲਾਮੀ ਰਸੂਲ ਮੇਂ ਮੌਤ ਵੀ ਕਬੂਲ ਹੈ, ਜੋ ਹੋ ਨਾ ਇਸ਼ਕੇ ਮੁਸਤਫਾ ਤੋਂ ਜ਼ਿੰਦਗੀ ਫਜ਼ੂਲ ਹੈ, ਉਹਨਾਂ ਲੋਕਾਂ ਨੂੰ ਦੱਸਣਾ ਪੈ ਗਿਆ ਕਿ ਬੇਟੀਆਂ ਵੀ ਕੋਈ ਇੱਜ਼ਤ ਤੇ ਅਜ਼ਮਤ ਰੱਖਦੀਆਂ ਨੇ। ਮੇਰੇ ਵੀਰਾ, ਇਹ ਵੀ ਲਮਹਾ ਫਿਕਰੀਆ ਹੈ, ਜਦੋਂ ਮੁਸਲਮਾਨ ਦੇ ਇਸ਼ਤਿਹਾਰ ਤੇ ਅਜ਼ਮਤ ਤੇ ਬੇਟੀ ਦੀ ਲਿਖਿਆ ਆਵੇ ਕਿ ਬੇਟੀ ਦਾ ਵੀ ਕੋਈ ਹੱਕ ਬਣਦਾ, ਤੇ ਵੀ ਸੋਚਣ ਵਾਲੀ ਗੱਲ ਹੈ ਕਿ ਜਿਹਨਾਂ ਲਾ ਇਲਾ ਪੜਿਆ ਹੈ ਉਹ ਵੀ ਬੇਟੀਆਂ ਦੇ ਹੱਕ ਨਹੀਂ ਦੇ ਰਹੇ। ਇਹ ਬੜਾ ਵੱਡਾ ਤੁਹਾਡੇ ਸਮਝੋ ਮੱਥੇ ਤੇ ਇੱਕ ਧੱਬਾ ਲੱਗ ਚੁੱਕਿਆ ਹੈ ਕਿ ਨਬੀ ਕਰੀਮ ਨੇ ਤੇ ਮੱਕੇ ਵਾਲਿਆਂ ਨੂੰ ਬੇਟੀਆਂ ਦੀ ਇੱਜ਼ਤ ਸਿਖਾਈ, ਅੱਜ ਤੁਸੀਂ ਕਲਮੇ ਵਾਲੇ ਬੇਟੀਆਂ ਦੀ ਇੱਜ਼ਤ ਭੁੱਲ ਗਏ, ਬੇਟੀਆਂ ਦੀ ਅਜ਼ਮਤ ਭੁੱਲ ਗਏ, ਉਹਨਾਂ ਦੇ ਹੱਕ ਭੁੱਲ ਗਏ। ਅਰਜ਼ ਕਰਨਾ ਚਾਹ ਰਿਹਾ ਮੁਸਲਮਾਨ ਨੂੰ, ਇਮਾਮ ਅੰਬੀਆ ਦਾ ਕਲਮਾ ਪੜਨ ਵਾਲਿਆ, ਮੱਕੇ ਵਾਲਿਆਂ ਨੇ ਵੇਖਿਆ ਨਾ, ਜਦੋਂ ਬੇਟੀ ਪੈਦਾ ਹੁੰਦੀ ਆਪਣੀਆਂ ਬੀਵੀਆਂ ਨੂੰ ਕਹਿੰਦੇ ਨੇ ਜ਼ਿੰਦਾ ਦਫਨ ਕਰ ਦੇਣਾ ਹੈ। ਅੱਜ ਵੀਰਾ ਸਾਡਾ ਕਰਦਾਰ ਵੇਖ ਲਓ ਨਾ, ਮਖਨਾ ਜੀ ਅਜੇ ਬੇਟੀ ਪੈਦਾ ਹੋਣ ਵਾਲੀ ਹੋਵੇ, ਜਿਹਨਾਂ ਦੀ ਇਹ ਅਲਟਰਾਸਾਊਂਡ ਕਰਾਉਂਦੇ ਨੇ, ਵੇਖਿਆ ਜਨਾਬ ਵਾਲਾ ਬੇਟੀ ਹੈ, ਇਹ ਭਾਸ਼ਣ ਕਰਾ ਦਿੰਦੇ ਨੇ, ਮੇਰੇ ਆ ਵੀਰਾ ਮੈਨੂੰ ਦੱਸ ਨਾ ਤੂੰ ਮੁਸਲਮਾਨ ਹੈ, ਤੂੰ ਇੱਕ ਜਾਨ ਦਾ ਕਤਲ ਕਰਨਾ ਵੇ, ਵੀਰਾ ਤੂੰ ਅਲਟਰਾਸਾਊਂਡ ਕਰਾ ਕੇ ਮੈਂ ਤੈਨੂੰ BCO ਮਿਸਾਲਾਂ ਹਸਪਤਾਲਾਂ ਦੀਆਂ ਪੇਸ਼ ਕਰ ਸਕਦਾ ਵੇ। ਮੱਕੇ ਦਾ ਕਾਫਰ ਜ਼ਿੰਦਾ ਦਫਨ ਕਰੇ ਤੇ ਜ਼ਾਲਮ ਹੈ, ਪਾਕਿਸਤਾਨ ਦਾ ਮੁਸਲਮਾਨ ਵੀਰਾ ਪੇਟ 'ਚੋਂ ਅਲਟਰਾਸਾਊਂਡ ਕਰਾ ਕੇ ਵੇਖੇ ਲੜਕੀ ਹੈ, ਅਤੇ ਚਲੋ ਜੀ ਇਹਨੂੰ ਖਤਮ ਕਰਾ ਦਿੱਤਾ ਜਾਏ, ਉਹ ਕਤਲ ਕਰੇ ਤੇ ਜ਼ਾਲਮ ਹੈ, ਤੂੰ ਕਤਲ ਕਰੇ ਤੇ ਮੁਸਲਮਾਨ ਹੈ। ਆਪਣੇ ਅੰਦਰ ਦੇਖੋ ਨਾ ਜੀ, ਦਿਲ ਸੁਣ ਲਓ, ਦਿਲ ਕੇ ਫਫੋਲੇ ਜਲ ਉੱਠੇ, ਸੀਨੇ ਕੇ ਦਾਗ ਸੇ ਇਸ ਘਰ ਕੋ ਆਗ ਲਾਗੀ ਕਰਕੇ ਚਿਰਾਗ ਸੇ, ਫਿਰ ਪੱਤੋ ਪੇ ਤਕੀਆ ਤਾਂ ਵ ਪੱਤੇ ਹਵਾ ਦੇਣੇ ਲੱਗੇ, ਸਭਾ ਸੇ ਕਹਿ ਵੀ ਦੀ ਆਓ। ਸਾਡੇ ਮੁੰਡਿਆਂ ਦਾ ਹਾਲ ਵੇਖ ਲਓ, ਜਦੋਂ ਬੇਗਮ ਜਨਾਬ ਵੇਰਾ ਡਿਲੀਵਰੀ ਦੇ ਕੇਸ 'ਤੇ ਪਹੁੰਚੇ, ਬਹੁਤ ਬਦਤਮੀਜ਼ੀ ਹੈ ਪੰਜਾਬ ਦੇ ਅੰਦਰ, ਬੱਚੀ ਪਹਿਲੀ ਪੈਦਾ ਹੋਵੇ ਬੱਚਾ ਪੈਦਾ ਹੋਵੇ, ਇਹ ਸਾਰੇ ਜਾਣਾ ਜੀ ਪੇਕਿਆਂ 'ਤੇ ਬੇਟੀ ਨੂੰ ਵੇਚ ਦਿੰਦੇ ਨੇ, ਬਹੂ ਨੂੰ ਪੇਕਿਆਂ 'ਤੇ ਵੇਚ ਦਿੰਦੇ, ਗੈਰਤ ਦਾ ਜਨਾਜ਼ਾ ਨਿਕਲ ਚੁੱਕਿਆ ਹੈ, ਚੱਲਿਆ ਬੇਟਾ ਪੈਦਾ ਹੋਵੇ ਬੇਟੀ ਪੈਦਾ ਹੋਵੇ, ਇੱਜ਼ਤ ਤੇਰੀ ਹੈ ਜਦ ਤੇਰੀ ਵਧਣੀ ਹੈ, ਤੂੰ ਨਾਨਕਿਆਂ 'ਤੇ ਬੋਝ ਬਣ ਗਿਆ। ਵੀਰਾ ਇਸ ਹਾਲਤ 'ਚ ਬਹਿਣ ਆਪਣੇ ਬਾਈਆਂ ਦੇ ਸਾਹਮਣੇ ਘਰ 'ਚ ਜਾਵੇ, ਤੇਰੀ ਗੈਰਤ ਗਵਾਰਾ ਕਰਦੀ ਏ, ਔਰ ਦਿਲ 'ਚ ਕਿਆ ਸੋਚਦੀ ਹੋਏਗੀ। ਅੱਜ ਪੰਜਾਬ 'ਚ ਕਿਤਨੀਆਂ ਬੁਰਾਈਆਂ ਨਮੂਦਾਰ ਹੋ ਚੁੱਕੀਆਂ, ਨਸੂਰ ਫੈਲ ਗਿਆ ਮੁਆਸ਼ਰੇ 'ਚ, ਵੀਰੋ ਸ਼ਾਦੀ ਕੀਤੀ ਏ ਜਹੇਜ਼ ਦਿੱਤਾ ਏ, ਉਸ ਤੋਂ ਬਾਅਦ ਬੇਟੀ ਵਾਸਤੇ ਨਵੀਂ ਮੁਸੀਬਤ, ਪਹਿਲਾਂ ਬੇਟਾ ਪੈਦਾ ਹੋਣਾ ਅਤੇ ਮਾਂ ਬਾਪ ਕੋਲ ਪੈਦਾ ਕਰਨਾ, ਪੈਦਾਇਸ਼ ਕਰਨੀ ਏ, ਫਿਰ ਜਨਾਬ ਉਸ ਨੂੰ ਤੋਰਨ ਵਾਸਤੇ ਫਿਰ ਵੱਜਾਮ ਤਿਆਰ ਕਰਨਾ ਏ, ਫਿਰ ਤੋਰਨ ਵਾਸਤੇ ਬੱਚੇ ਦੇ ਖਲੋਣੇ ਤਿਆਰ ਕਰਨੇ ਨੇ, ਤੇਰੇ ਮਾਮਿਆਂ ਕੀ ਦਿੱਤਾ ਏ। ਕਈ ਸੱਸਾਂ ਬੜੀਆਂ ਮੈਂ ਵੇਖਿਆ ਜ਼ਾਲਮ, ਉਹ ਆਪਣੀਆਂ ਨੌਵਾਂ ਨੂੰ ਪੁੱਛਦੀਆਂ ਨੇ, ਤੂੰ ਹੈ ਤੇ ਯਤੀਮ ਏ ਪਰ ਤੇਰੇ ਭਰਾਵਾਂ ਕੀ ਦਿੱਤਾ ਏ, ਮੇਰੀ ਇਹ ਭੈਣੇ ਨਾ ਇੰਜ ਕਰਿਆ ਕਰੋ, ਚੰਗੀ ਹੋਵੇ ਤੇ ਆਖੇ ਨੀਲਾ ਥੋਥਾ ਦਿੱਤਾ ਤੇਰੇ ਵਾਸਤੇ ਖਾ ਲਾ। ਮੇਰੇ ਕੋਲ ਤੇ ਗੱਲ ਸਿੱਧੀ ਹੁੰਦੀ, ਕੌੜੀ ਬੜੀ ਹੁੰਦੀ ਏ, ਜਿਹੜੀ ਸੱਸ ਖੁਦ ਇਸ ਪੀਰੀਅਡ ਚੋਂ ਗੁਜ਼ਰੀ ਹੋਵੇ, ਘਰ 'ਚ ਨਾਲ ਦੇ ਕਮਰੇ 'ਚ ਭਰਾਵਾਂ ਕਦੀ ਭੈਣ ਨੂੰ ਜੀ ਕਰਕੇ ਨਹੀਂ ਬੁਲਾਇਆ, ਤੇ ਉਹ ਭੈਣ ਨੂੰ ਕੀ ਦੇਣਗੇ, ਯਤੀਮ ਭੈਣ ਦਾ ਕੌਣ। ਮਗਰ ਅਸੀਂ ਸਸੁਰਾਲੀਏ ਲੋਕ ਦੇਖ ਲਓ ਲੋਕਾਂ ਦੀਆਂ ਬੇਟੀਆਂ ਨੂੰ ਕਿਵੇਂ ਜ਼ਿੱਚ ਕਰ ਰਹੇ। ਭਾਬੀਆਂ ਕਦੇ ਨੇ ਮਾਵਾਂ ਬਣੀਆਂ, ਮਾਵਾਂ ਹੀ ਮਾਵਾਂ ਹੁੰਦੀਆਂ ਨੇ, ਫੁੱਫੀਆਂ ਕਦੇ ਨੇ ਮਾਵਾਂ ਬਣੀਆਂ, ਮਾਵਾਂ ਹੀ ਮਾਵਾਂ ਹੁੰਦੀਆਂ ਨੇ, ਚਾਚੀਆਂ ਕਦੇ ਨੇ ਮਾਵਾਂ ਬਣੀਆਂ, ਮਾਵਾਂ ਹੀ ਮਾਵਾਂ ਹੁੰਦੀਆਂ ਨੇ, ਮਾਪਿਆਂ ਦੇ ਘਰ ਧੀਆਂ ਦੇ ਲਈ ਕਦੋਂ ਕੋਈ ਥਾਵਾਂ ਹੁੰਦੀਆਂ ਨੇ, ਮਹਾਮਰੀ ਤੇ ਰਿਸ਼ਤੇ ਮੁੱਕ ਗਏ, ਖੇਡ ਸੀ ਮਾਂ ਦੇ ਹਸਾਵਾਂ ਨਾਲ,
ਪਰ ਅੱਜ ਤੇ ਮਾਂ ਨੇ ਜ਼ਿੰਦਿਆਂ ਬੇਟੀਆਂ ਨਾਲ ਰਿਸ਼ਤੇ ਮੁਕਾਤੇ। 73 ਟੀਬੀ ਦੀ ਮਾਂ ਵੇਖ ਲੈ ਕੈਸਾ ਕਿਰਦਾਰ ਪੇਸ਼ ਕਰ ਰਹੀ ਏ। ਤਗੜੀ ਧੀ ਨੂੰ ਘਰ ਜਾ ਕੇ ਪੁੱਛਦੀ ਏ ਕਿੱਦਣ ਦੇਣ ਪਾਉਣ ਚੱਲੀਏ, ਤੇਰੇ ਭਰਾ ਦੀ ਮੰਗਣੀ ਕਰਨ ਜਾਣਾ ਕਿੱਦਣ ਚੱਲੀਏ, ਤੇ ਮਾੜੀ ਧੀ ਨੂੰ ਫੋਨ ਤੇ ਆਉਂਦੀ ਏ ਆ ਜਾਵੀ ਅਮੀਪੁਰ ਬੰਗਲਿਓ, ਫਲਾਣੇ ਦਿਨ ਅਸਾਂ ਮੰਗਣੀ ਕਰਨ ਜਾਣਾ ਏ। ਉਹਨੂੰ ਫੋਨ ਤੇ ਕਿਹਾ ਏ ਜਿਸ ਦੌਰ ਚ ਮਾਂ ਆਪਣੀਆਂ ਜੰਮੀਆਂ ਚ ਫਿੱਕ ਪਾ ਲੈ, ਉਹਦੇ ਮਰਨ ਤੋਂ ਬਾਅਦ ਪੁੱਤਰਾਂ ਨੇ ਕਿਵੇਂ ਭੈਣ ਨੂੰ ਬਾਪ ਬਣ ਕੇ ਵਿਖਾਉਣਾ ਏ, ਭੈਣਾਂ ਜੀ ਭੈਣਾਂ ਨੇ ਭੈਣ ਨੂੰ ਕਿਵੇਂ ਮਾਂ ਬਣ ਕੇ ਵਿਖਾਉਣਾ ਏ। ਕਲਮਾ ਪੜ ਕੇ ਦੱਸ ਜੋ ਮੈਂ ਕਿਹਾ ਅੱਜ ਕਰਦਾਰ ਐਸਾ ਏ। ਸਕੀ ਮਾਂ ਮਾੜੀਆਂ ਧੀਆਂ ਦੇ ਕੋਲ ਨਹੀਂ ਪੈਂਦੀ, ਤਗੜੀਆਂ ਦੇ ਕੋਲ ਪੈਂਦੀ ਏ। ਸਕਾ ਬਾਪ ਮਾੜੀ ਧੀ ਨੂੰ ਫੋਨ ਨਹੀਂ ਕਰਦਾ, ਕਿੱਥੇ ਪਹੁੰਚੀ ਏ। ਤਗੜੀ ਧੀ ਨੂੰ ਵੀ ਰਾਜੀ ਟੀ ਐਸ ਫੈਸਲਾਬਾਦ ਲੈਣ ਜਾਂਦੇ ਨੇ, ਰੇਲਵੇ ਸਟੇਸ਼ਨ ਤੇ ਲੈਣ ਜਾਂਦੇ, ਏਅਰਪੋਰਟ ਤੇ ਲੈਣ ਜਾਂਦੇ। ਮਾੜਿਆਂ ਨੂੰ ਕੌਣ ਪੁੱਛਦਾ, ਜ਼ਰਾ ਗੱਲ ਬੜੀ ਵੱਡੀ ਏ। ਭਾਬੀਆਂ ਕਦੀ ਨੇ ਮਾਵਾਂ ਬਣੀਆਂ, ਮਾਵਾਂ ਫੇਰ ਆਉਂਦੀਆਂ ਨੇ, ਸਾਡੀਆਂ ਧੀਆਂ ਦੁਖੀ ਹੋ ਗਈਆਂ। ਮੇਰੀ ਇਹ ਭੈਣੇ ਜਵਾਈ ਮਾੜਾ ਹੋਵੇ ਤਗੜਾ ਹੋਵੇ, ਗੈਰਤ ਸਭ 'ਚ ਹੁੰਦੀ ਏ, ਇੱਜ਼ਤ ਸਭ 'ਚ, ਅਣਖ ਸਭ 'ਚ ਹੁੰਦੀ ਏ, ਅਨਾ ਸਭ 'ਚ ਹੁੰਦੀ ਏ। ਉਹਨੇ ਕਿਹਾ ਤੇਰੀ ਮਾਂ ਮੇਰੀ ਇੱਜ਼ਤ ਨਹੀਂ ਕੀਤੀ, ਉਹਨੇ ਤੇਰੀ ਵੀ ਨਹੀਂ ਕੀਤੀ। ਸਾਨੂੰ ਫੋਨ 'ਤੇ ਕਿਹਾ, ਉਹਨੂੰ ਘਰ ਜਾ ਕੇ ਕਿਹਾ, ਉਹਦੀ ਦੌਲਤ ਨੂੰ ਸਲਾਮ ਕੀਤਾ ਏ। ਬੇਟੀਆਂ ਦੁਖੀ ਹੋਣ 'ਚ ਅੱਜ ਸਾਡਾ ਵੀ ਕਿਰਦਾਰ ਸ਼ਾਮਿਲ ਏ। ਅਸੀਂ ਆਪਣੇ ਅੰਦਰ ਵੀ ਸੋਚੀਏ ਨਾ, ਤਗੜਾ ਜਵਾਈ ਆਵੇ ਕਿੰਨੇ ਖਾਣੇ ਰੱਖਦੇ, ਮਾੜਾ ਜਵਾਈ ਆਵੇ ਕਿੰਨੇ ਖਾਣੇ ਰੱਖਦੇ, ਤਗੜਾ ਜਵਾਈ ਆਵੇ ਸਾਲੇ ਕਿੰਨੀ ਦੇਰ ਉਹਦੇ ਕੋਲ ਬਹਿੰਦੇ ਨੇ, ਮਾੜਾ ਭਣੋਈਆ ਆਵੇ ਕਿੰਨੀ ਦੇਰ ਬਹਿੰਦੇ ਨੇ। ਬੇਟੀਆਂ ਦੀ ਅਜ਼ਮਤ ਤੇ ਤੁਸੀਂ ਲਿਖ ਲਈਏ, ਪਰ ਮੈਂ ਕੱਢ ਵੱਟ ਜਾਣੇ ਨੇ, ਪ੍ਰੇਸ਼ਨ ਕਰਨਾ, ਇੱਕ ਇੱਕ ਗੱਲ ਦੀ ਵਜ਼ਾਹਤ ਕਰਕੇ ਜਾਣੀ ਹੈ, ਦੱਸ ਕੇ ਜਾਣਾ ਹੈ। ਇਸਲਾਹੇ ਮੁਆਸ਼ਰਾ ਦੇ ਅੰਦਰ ਮਦਨੀ ਸਾਹਿਬ ਨੇ ਕਿੰਨੀਆਂ ਚੀਜ਼ਾਂ ਐਡ ਕੀਤੀਆਂ ਨੇ। ਕਲਮਾ ਪੜ੍ਹ ਕੇ ਦੱਸੋ, ਜੋ ਮੈਂ ਬਿਆਨ ਕਰ ਰਿਹਾ ਸਾਡੇ ਘਰਾਂ 'ਚ ਪਾਇਆ ਜਾ ਰਿਹਾ ਕਿ ਮਾੜੇ ਭਣਵਈਏ ਨੂੰ ਕੋਈ ਸਾਲਾ ਫੋਨ ਨਹੀਂ ਕਰਦਾ, ਮਾੜੀ ਭੈਣ ਨੂੰ ਕੋਈ ਫੋਨ ਨਹੀਂ ਕਰਦਾ, ਤੇ ਤਗੜੀ ਨੂੰ ਫੋਨ ਤੇ ਪੁੱਛ। ਬਸ ਮੈਂ ਵਿਹਲਾ ਬੈਠਾ ਸੀ ਤੇ ਮੈਂ ਕਿਹਾ ਭੈਣ ਦਾ ਪਤਾ ਹੀ ਲੈ ਲੈ, ਪਤਾ ਨਾ ਉੱਥੋਂ ਸੂਰ ਮਿਲਣਾ, ਤੇ ਵਿਹਲੇ ਬੈਠਾ ਤੈਨੂੰ ਯਾਦ ਆ ਗਿਆ, ਤੇ ਮਾੜੀ ਨੇ ਕੀ ਦੇਣਾ। ਤਗੜੇ ਦੀ ਮਰ ਗਈ ਕੁੱਤੀ ਤੇ ਸਾਰੀ 73 ਟਿੱਬੀ ਟੁੱਕੀ, ਮਾੜੀ ਦੀ ਮਰ ਗਈ ਮਾਂ ਕੋਈ ਨਾ ਲਵੇ, ਨਾ ਮਰ ਗਿਆ ਅੱਲਾ ਦਾ ਲੋਕ, ਨਾ ਹਿਰਕਣਾ ਅਫਸੋਸ। ਤਗੜੇ ਦੀ ਕੁੱਤੀ ਮਰ ਜੇ ਤੈਨੇ ਚੌੜੀ ਜੀ, ਕੁੱਤੀ ਕਿਵੇਂ ਮਰੀ, ਇਹਨੂੰ ਹੋਇਆ ਕੀ, ਇਹ ਕਿੱਦਾਂ ਮਰੀ, ਇਹਨੂੰ ਹੋਇਆ ਕੀ, ਉੱਥੇ ਕਿੱਦਾਂ ਗਈ, ਕਿੱਦਾਂ ਮਰੀ, ਉਹ ਵੀ ਫਿਰ ਦੱਸਦਾ ਜੀ ਇਹਨੂੰ ਬੰਨ ਪੈ ਗਿਆ। ਤੇ ਚੌੜੀ ਸਾਹਿਬ ਤੁਸੀਂ ਚਾਰ ਦੇਣਾ ਸੀ ਇਹਨੂੰ, ਨਾਲ ਕੀਮ ਵੀ ਬਣ ਜਾਂਦੇ ਨੇ, ਕੁੱਤੀਆਂ ਵਾਰੀ ਕੀਮ ਵੀ ਬਣ ਜਾਂਦੇ, ਤੇ ਮਾੜੇ ਦੀ ਮਾਂ ਮਰ ਜੇ ਤੇ ਖਬਰ ਨਹੀਂ ਕੋਈ ਲੈਂਦਾ, ਕਿਉਂ ਤਾਇਆ ਜੀ ਆ ਬੈਠੇ ਨੇ ਜਿੰਨੇ ਮੇਰੇ ਬਜ਼ੁਰਗ, ਇਹਨੂੰ ਪੁੱਛੋ। ਅੱਲਾ ਗੱਲ ਬੜੀ ਵੱਡੀ, ਇਹਨੂੰ ਪਲੇ ਬਣਨਾ ਹੈ। ਅੱਲਾ ਜਾਣਦਾ ਰਾ ਧਿਆਨ ਮੇਰੇ ਵੱਲ, ਵਾਸੀਆਂ ਕਦੇ ਪੁੱਪੀਆਂ ਕਦੇ ਨੇ ਮਾਵਾਂ ਬਣੀਆਂ, ਮਾਵਾਂ ਹੀ ਮਾਵਾਂ ਹੁੰਦੀਆਂ ਨੇ, ਮਾਵਾਂ ਦੀ ਗੱਲ ਬੜੀ ਧਿਆਨ ਨਾਲ। ਮੇਰੀਏ ਭੈਣੇ ਤੂੰ ਵੀ ਧਿਆਨ ਨਾਲ ਸੁਣ ਲਓ, ਮਾਪਿਆਂ ਦੇ ਘਰ ਧੀਆਂ ਦੇ ਲਈ ਕਦੋਂ ਕੋਈ ਥਾਵਾਂ ਹੁੰਦੀਆਂ ਨੇ। ਅੱਲਾ ਜਾਣਦਾ ਗੱਲ ਬੜੀ ਵੱਡੀ ਏ, ਬੜੀਆਂ ਕੀਮਤੀ ਗੱਲਾਂ ਧਿਆਨ ਨਾਲ। ਮੇਰੀਏ ਭੈਣੇ ਭਾਬੀਆਂ ਵੇਖ ਕੇ ਮੁੱਖ ਚਾ ਮੋੜੇ, ਵੀਰਾਂ ਕੂਰੀਆਂ ਪਾਈਆਂ ਨੇ, ਤੇਰੇ ਵਿਹੜੇ ਵਿੱਚ ਖੇਡਣ ਵਾਲੀਆਂ ਹੋਈਆਂ ਅੱਜ ਪਰਾਈਆਂ ਨੇ। ਭਾਬੀਆਂ ਵੇਖ ਕੇ ਮੁੱਖ ਚਾ ਮੋੜੇ, ਵੀਰਾਂ ਕੂਰੀਆਂ ਪਾਈਆਂ ਨੇ, ਤੇਰੇ ਵਿਹੜੇ ਨੂੰ ਸਾਂਭਣ ਵਾਲੀਆਂ ਅੱਜ ਨਵੇ ਅੱਜ ਆਈਆਂ ਨੇ। ਪੁੱਤਰ ਨੀਚੇ ਬੈਠ ਜਾ, ਕਿਉਂ ਤੂੰ ਪਰੇਸ਼ਾਨ ਕਰਨਾ, ਸਭ ਪੀਪਾ ਚਰਬੀ ਦਾ ਤੇਰੇ ਚ। ਅੱਲਾ ਜਾਣਦਾ ਜ਼ਰਾ ਧਿਆਨ ਮੇਰੇ ਵੱਲ, ਗੱਲ ਬੜੀ ਵੱਡੀ ਸੀ, ਕਿੱਡੀ ਸੋਹਣੀ ਗੱਲ ਮੈਂ ਤੈਨੂੰ ਸਮਝਾ ਰਿਹਾ ਸਾਉ ਮੇਰੇ ਆਵੀਰਾ, ਧਿਆਨ ਕਰਿਆ ਕਰ, ਗੱਲ ਬੜੀ ਵੱਡੀ, ਮਾਨਤਾ ਜਾਵੇ ਅੱਲਾ ਰਾਜ਼ੀ ਹੋਵੇ, ਅਹਿਮਦ ਮੁਸਤਫਾ ਨੂੰ ਮਾਨਣ ਵਾਲੋ, ਗੱਲ ਬੜੀ ਵੱਡੀ ਜੀ ਸਮਝਣ ਵਾਵੇ। ਅੱਲਾ ਜਾਣਦਾ ਮੈਂ ਦੇਖਿਆ ਜਿਹੜੀਆਂ ਬਾਪ ਦੇ ਵਿਹੜੇ ਨੂੰ ਸਾਂਭਦੀਆਂ ਨੇ ਨਾ, ਉਹੀ ਅੱਜ ਨਵੀ ਹੋ ਜਾਂਦੀਆਂ ਨੇ, ਜਿਹੜੀਆਂ ਬਾਪ ਦੇ ਮੈਂ ਦੇਖਿਆ ਹੈ ਨਾ। ਮੈਂ ਇੱਕ ਦਿਨ ਜਲਸੇ ਤੋਂ ਗਿਆ, ਮੇਰੀ ਬੇਟੀ ਵੀ 6-7 ਸਾਲ ਪਾਉਂਦੀ ਏ, ਤੇ ਮੈਂ ਗਿਆ ਕਰ ਜਲਸੇ ਤੋਂ, ਕਹਿੰਦੀ ਪਾਪਾ ਜੁੱਤਾ ਪਿੱਛੇ ਉਤਾਰੋ,
मैं उन्हों गल ना लाया रो पिया। मैं कहती है मैनू पता वे मकान छड़ जाना है, मकान दी सफाई नहीं करांगा। तू कहनी पापा मैंने अभी सफाई की, जूता पीछे उतार दो। मैनू पता वे मैं दुकान छड़ जानी है, दुकान वेली कर देनी, सफाई भी करांगा। बेटियां अनमोल रिश्ता है, पता है बाबल दा घर छड़ जाना है। बाबल दे वेड़े रोज साफ कर दिया ने, रोज बाबे दे बिस्तरे विछौदिया ने, रोज वेड़े नू साफ कर दिया ने। पता भी है मैं परदेसन, गल बड़ी वड्डी है जे समझ आ जावे। मेरी ये भैने तू भी ध्यान ना सुन लाओ, मेरे वीरा तू भी ध्यान ना सुन लाओ। तियां होंदिया ने दौलतां बगानिया, मापे देंदे तुर बाबला, साडा केड़ा जोर बाबला। तियां होंदिया ने दौलतां बगानियां, मापे देंदे तोर बाबला। जदों चढ़न तियां नू जवानियां, मापे देंदे तोर बाबला। उच्चा कदी भी नहीं बाबल के बोलियां, जिथे देंदे तोर बाबला। दुखड़ा दिल वाला दिल विच लै जांदियां, साडा केड़ा जोर बाबला। तियां हुंदियां ने दौलतां बगानियां, मापे देंदे तुर बाबला। उच्चा कदी भी नहीं जग अगे बोलियां, जिथे देंदे तुर बाबला। दिल विच गल्लां दिल वालियां लै जांदियां, साडा केड़ा जोर बाबला। जिद्दर मां बाप बेटियां नूं कंड कर ले, उदन फिर कहंदे अज रोंदियां ने तेरियां जाइयां, कर आ जा अम्मा रानिए। ईदां ते शबरा ताइयां आके सबने बोलियां पाइयां, देखनी साडियां ईदाइयां तेरियां क्यों नहीं ईदाइयां, वखानी तेरियां ईदाइयां। किवें मैं अज ईद वखावां, आ जा नी माए रानिए। अज रोंदियां तेरियां जाइयां, घर आ जाओ अम्मा रानिए। वा दुनिया दे आ सोने रब्बा, एक खेड़ रचाई किथे, मेरियां जाइयां जमियां किथे, वाग फड़ाई जुग जुग जीवन सोने रब्बा। मेरे वीर प्यारे मासियां पुफियां ताइयां छड़ के डोली दे विच पह गईयां वे, बाबल मेरियां गुड़ियां तेरे वाले रह गईयां वे। बाबल मेरियां हरीजां तेरे नाल रह गईयां, लिखे अनसीबां दा जो जोली मेरी पह गईयां। जे तेरा एहसास ते मैं तेनु एहसास बेटी का देखा वाला। हूं तो टेलीफोन ते मारी ती नू कह लैणा, अल्लाह जानदा नुशहरा विरका च एक बाबा पाओ तोया, गुजरां वाले दा इलाका है। इहदे जनाजे नाल बड़े लोग शामिल ने, इहदे बेटे भी शामिल, इहदे भरा भी शामिल ने। एक बाबा खड़ा हो गया, कहिंदा लोको मैं 12 लाख रुपया लैणा है, मैं 12 लाख रुपया लैणा है। इहदे पुत्र नहीं बोले, भरा नहीं बोले। इहदी बेटी नू पता लगा, आंदी वे मेरे बाबल दे अबेलिया, कर्जा मैं उतार देवांगी। बाबा दा नहीं मैनू अभी चाहिदा है, इन्ने कन्ना दियां डंडियां उतार दित्तियां, इन्ने हत्थां दे कड़े उतार दित्ते, इन्ने हत्थां दियां मुंगरियां उतार दित्तियां, इंज ब्रैसलेट उतार के अगे कर दित्ते। एक पासे बाबल दी मैयत, एक पासे शरीका है, एक पासे धीए, एक पासे भरा ने, एक पासे ताए चाचे ने। आंदी लै वे मेरे बाबल दे अबेलिया, इन्ने को जोगी अभी मैं हां, कर्जा मैं उतार देवांगे। मेरे तो बाबल दी मैयत वेखी ना जाए,
बाबा उच्ची उच्ची रोन लग पिया कहिंदा लोक मैं 12 लख लैना नहीं मैं 12 लख देना आया है मन सी मेरे कोल कहिंदा सी मैं मरा ते मेरे वारसा नू देवी मेरे खैर खामा नू देवी मैं दुनिया नू दसना चाहता सा कि मोया तो बाद खैर खा कौन बनता है मोया दे वारस कौन बनते ने कहिंदा अज पता लगा है धिया घर मापिया दे रहमतां हुंदियां एक दिन बाबलां दा वेड़ा छड़ जांदियां मापिया नूं दुख आवे या कर मापे आंदे रहमतां हुंदियां मापिया नूं दुख आवे बुक बुक रोंदियां मापिया दा दुख सुन रात तुर पैंदियां तवे उत्ते रोटी होवे रोटी भुल जांदियां मैं देखिया 9 इंच दी दीवार कमरे दी पुत्र ने कदी रात उठ के नहीं पुछया बाबल तेनू नींद क्यों नहीं आंदी मोया के जिउंदिया चोवे तियां मुल्तान व्याईयां होण तियां लाहौर व्याईयां होण तियां गुजराले व्याईयां होण फोन कर दियां ने सवेरे बाबल मैनू राती नींद नहीं पई मैं सोचिया सवेरे फोन करके पुछा खैर ते है 200 मील ते घंटी खड़क जाती है दर्द 300 मील ते ती नू वीरो होश ही नहीं रहती है दर्द दी ऐ दिल दी तार आंदे ना दिलां दी तार जुड़ी एन कहंदे 9 इंच दी कंध जिहदे नाल ती दा हिस्सा लाया ही उहनू तेरा किन्ना अहसास है वो 300 मील इत्थे पुत्र नूं पता लगे तेरा बाबल पौत हो गया है मैं वेख्या 2 मिंट रोंदे चुप कर जांदे ने सिगटां वी पूरे ते ला लैंदे अखबार वी पढ़ लैंदे ने मैं देखिया वीरा चाह वी पी लैंदे ने पानी वी पी लैंदे ने इत्थों टैलीफोन जावे धीए तेरा बाबल अल्लाह नूं प्यारा हो गया है रात ही मुल्तानों तुर पैंदियां ने रात ही लाहौरों तुर पैंदियां ने रात ही फैसलाबादों तुर पैंदियां है तेरा खुल्लिया वाला दूर ते नहीं 73 टीबी सुबह तुरंत 5 मिंटां च इत्थे आ जांदियां है रात ही तुर पैंदियां ने सारे रा गड्डी चोपा वे तियां रोंदियां हुंदियां ने हेडे दर्द नाल आउंदियां ने खलियां दे काखरवा देंदियां ने वे बाबल साडा चिड़ियां दा चंबा असी उड उड जाण वे बाबल तेरे नाल ते साडियां बहारां वसदियां सी तेरे नाल ते साडे पेके वसदे सी फेरे हुंदिया कोई ना पुछे तेरे मोया सानू कौन पुछे पर एक मेरी गल याद कर ले कई वरा जनाजा चौक चा जे वीरो परदेस लेट हो गई जरा मंजी रख के मुंह खाया जे एडे दर्द नाल आउंदियां ने पत्थर दिल रवा देंदियां ने लोकी पुछदे नहीं पता लग जांदा किसे दी जमी आई है पता लग जांदा है जड़ियां नौवां दे उत्ते लखां खर्च करना है उन्हां दे नां तियां दे हिस्से लाने दोतरियां दे अक पोतरियां नूं देने उह लागे चुप करके खड़े हुंदे ने मैं देखिया ई दोतरे नानी दी मंजी को रोंदे हुंदे ने दोतरियां रोंदियां ने मैं देखिया पोते चुप हुंदे ने पोतरियां चुप हुंदियां ने बल्कि कमरिया च मैं वेख्या अपने रिश्तेदारां कोल बैठियां रहिंदियां ने नाने दी मंजी कोल ना दोतरी उठदी है ना धी उठदी है ना दोतरे उठदे ने मैं देखे ने मंजर कल बड़ी वड्डी अज सास तेरे दिल च बठाणा वे रेगा गड्डी चोपा वे फियां रोंदियां आउंदियां ने एडे दर्द नाल रोंदियां ने गलियां दे काखरवा देंदियां ने फे बाबल साडा चिड़ियां दा चंबा असी उड पुड जाना फे बाबल तेरे नाल ते साडियां बहारां वसदियां सी तेरे नाल ते साडे पेके वसदे सी तेरे हुंदिया कोई ना पुछे तेरे मोया सानू कौन पुछे पर एक मेरी गल याद कर ली पुत कपुत हो जांदे ने ऐ जितनियां अखां शकबार ने मैं तेरे दिल दी दुनिया नू टच कर रिहा तां कि अज पता लग जे दुनिया दे उत्ते जिन्हां दे अक पुत्रो गूठे लवा लो किते कुड़ियां हिस्से ना लै जाण मैं वेख्या वीरा पुत्र यतीम होवण
ਰੋਲ ਖੁੱਲ ਕੇ ਵੀ ਪੜ ਜਾਂਦੇ ਨੇ, ਪੁੱਤਰ ਯਤੀਮ ਹੋਣ ਲੋਕਾਂ ਦੇ ਭਾਂਡੇ ਮਾਂਜ ਕੇ ਵੀ ਪੜ ਜਾਂਦੇ ਨੇ। ਅਸਲ ਚ ਤੀਆਂ ਯਤੀਮ ਹੁੰਦੀਆਂ ਨੇ ਜਿਹੜੀਆਂ ਭਰਾਵਾਂ ਦੇ ਬੂਹਿਆਂ ਦੀਆਂ ਮਤਾਜ ਹੋ ਜਾਂਦੀਆਂ ਨੇ। ਮੰਮੀ ਬੇਟੀਆਂ ਲਾ ਤੂੰ ਵੀ ਬੇਟੀਆਂ ਲਾਏ, ਦੁਆ ਕਰਿਆ ਕਰ ਰੱਬਾ ਕਿਸੇ ਨੇ ਇਹਦੇ ਉੱਤੇ ਅੱਲਾ ਜਾਣਦਾ ਹੈ, ਤੀਆਂ ਦੇਵੇ ਤੇ ਬੂਹੇ ਉਠਾ ਕੇ ਜਾਣ ਦੀ ਤਪੀਕ ਦੇਵੀ, ਨਹੀਂ ਤੇ ਇੱਕ ਮੇਰੀ ਲਿਖ ਲਾ ਜਿੱਦਣ ਤੇਰੀ 73 ਚੋਂ ਮੰਜੀ ਤੁਰਨੀ ਏ ਉਦਣ ਇੱਕ ਕਹਾਣੀ ਵੀ ਨਾਲ ਹੀ ਮੁੱਕ ਜਾਣੀ ਏ। ਤੇਰੀਆਂ ਸ਼ਹਿਜ਼ਾਦੀਆਂ ਧੀਆਂ ਤੇਰੇ ਘਰ ਦੀਆਂ ਮਾਲਕ ਨਹੀਂ ਰਹਿਣੀਆਂ, ਤੇਰੀਆਂ ਨੌਵਾਂ ਦੀਆਂ ਨੌਕਰ ਬਣ ਜਾਣੀਆਂ ਏ। ਅੱਗੇ 73 ਚ ਤੂੰ ਜ਼ਿੰਦਾ 10 ਵਜੇ ਉੱਠੇ ਕੋਈ ਛਿੜਕ ਨਹੀਂ ਸਕਦੀ, 12 ਵਜੇ ਉੱਠੇ ਕੋਈ ਛਿੜਕ ਨਹੀਂ ਸਕਦੀ, ਇੱਧਰੋਂ ਤੂੰ ਅੱਖਾਂ ਮੀਟਣੀਆਂ ਨੇ ਤੇਰੀ ਮੰਜੀ ਕਬਰਾਂ ਨੂੰ ਜਾਣੀ ਏ। ਅਗਲੇ ਦਿਨ ਭਰਜਾਈਆਂ ਆਖਣੇ ਉੱਠ ਕੇ 6 ਵਜੇ ਭਾਂਡੇ ਮਾਂਜਿਆ ਕਰ, ਤੇਰੀ ਬਾਦਸ਼ਾਹੀ ਕਬਰਾਂ 'ਚ ਜਾ ਸਕਦੀ ਏ। ਰਾਤ ਸੁਤਾਵੇਂ 3 ਵਜੇ ਜਗਾ ਲੈਂਦੀ ਹੈ, ਪਾਪਾ ਮੁਝੇ ਚਾਹੀਏ ਪੈਸੇ, ਪਾਪਾ ਮੁਝੇ ਇਹ ਚਾਹੀਏ, ਮੈਂ ਜਲਸੇ ਤੋਂ ਜਾਵਾਂ ਮੇਰੀ ਬੇਟੀ ਸਕੂਲ ਜਾਣ ਲੱਗਿਆ ਮੈਨੂੰ ਉਠਾ ਲੈਂਦੀ, ਮੈਂ ਗੁੱਸਾ ਨਹੀਂ ਕਰਦਾ, ਪਾਪਾ ਮੁਝੇ ਪੈਸੇ ਚਾਹੀਏ। ਪੈਸੇ ਤਾਂ ਘਰੋਂ ਵੀ ਮਿਲ ਸਕਦੇ, ਮਾਂ ਕੋ ਵੀ, ਪਰ ਮੈਂ ਕਦੀ ਨਹੀਂ ਝਿੜਕਿਆ, ਕਿਉਂ? ਅੱਲਾ ਜਾਣਦਾ ਗੱਲ ਬੜੀ ਵੱਡੀ, ਇੱਧਰੋਂ ਅੱਖਾਂ ਮੀਟਣ ਦੀ ਦੇਰ, ਕਿਸੇ ਬੂਹੇ ਹੱਥ ਵੀ ਨਹੀਂ ਲਾਉਣ ਦੇਣ, ਭਰਜਾਈਆਂ ਕਣੇ ਅਜੇ ਸੁੱਤਾ ਹੈ, ਤੁਸੀਂ ਸਾਨੂੰ ਜੀ ਕੜੀਆਂ ਹੁੰਦੀਆਂ ਨੇ ਕਦੋਂ ਬੂਹਾ ਖੁੱਲੇ ਤੇ ਵੀਰ ਬਾਹਰ ਆਵੇ ਤੇ ਗੱਲ ਕਰੀਏ। ਇਹਨੂੰ ਕਹਿੰਦੀ ਬਾਪ, ਇਹਨੂੰ ਕਹਿੰਦੀ ਪਰਦੇਸ, ਇਹਨੂੰ ਕਹਿੰਦੀ ਯਤੀਮੀ, ਜਿਹੜੀ 3 ਵਾਰ ਠਾ ਲੈਂਦੀ ਰਾਤ ਨੂੰ ਛਾਤੀ ਤੇ ਬਹਿ ਕਹਿੰਦੀ ਪੈਸੇ ਕੱਢੋ। ਤੇ ਪਿਆਰ ਪਤਾ ਕਿੰਨਾ, ਮੇਰਿਆਂ ਪੁੱਤਰਾਂ ਨੂੰ ਡਾਕਾ ਮਾਰ ਕੇ ਦੇਣਾ ਤੀਆਂ ਦਾ ਹੱਕ। ਕਦੀ ਜੇਬ ਨਹੀਂ ਫੋਲਦੀਆਂ ਪਈਆਂ ਹੁੰਦੀਆਂ ਨੇ, ਬਾਪ ਦੀ ਜੇਬ ਨਹੀਂ ਫੋਲਦੀਆਂ, ਪੁੱਤਰ ਜੇਬਾਂ ਫੋਲ ਲੈਂਦੇ। ਬਲਕੇ ਵੇ ਤੂੰ ਤੱਕ ਵੇਖਿਆ ਈ ਤੇ ਬਾਪ ਕੋਲ ਪੈਸੇ ਨਾ ਹੋਣ, ਪਰੇਸ਼ਾਨ ਵੇਖ ਗੱਲਿਆਂ 'ਚ ਜੁੜੇ ਪੈਸੇ ਅੱਗੇ ਲਿਆ ਕੇ ਰੱਖ ਦਿੰਦੀ। ਪੁੱਤਰ ਨਲਾਇਕ ਕਹਿੰਦੇ ਨੇ ਜਿੱਥੋਂ ਮਰਜ਼ੀ ਲਿਆ ਕੇ, ਧੀਆਂ ਘਰ ਮਾਪੇ ਆਉਂਦੇ ਅਮਾਨਤਾਂ ਹੁੰਦੀਆਂ। ਅੱਲਾ ਜਾਣਦਾ ਮੈਂ ਵੇਖਿਆ ਜੇ ਬਾਬਲ ਕਵੇ ਭਰਾ ਕਹਿਣੀ ਸਾਨੀ ਮਿਲਣਾ, ਆਂਦੀਆਂ ਮੈਂ ਆਪਣੇ ਸਹੁਰੇ ਦੇ ਤਾਲੇ ਬਰਦਾਸ਼ਤ ਕਰ ਲਾਂਗੇ, ਮੈਂ ਆਪਣੀ ਸੱਸ ਦੇ ਤਾਲੇ ਬਰਦਾਸ਼ਤ ਕਰ ਲਾਂਗੀ, ਮੈਂ ਆਪਣੇ ਬੱਚਿਆਂ ਦੇ ਤਾਲੇ ਬਰਦਾਸ਼ਤ ਕਰ ਲਾਂਗੀ, ਮੈਂ ਆਪਣੇ ਖਾਵਨ ਦੇ ਤਾਲੇ ਬਰਦਾਸ਼ਤ ਕਰ ਲਾਂਗੀ, ਪਰ ਵੀਰ ਮੈਂ ਤੇਰਾ ਘਰ ਨਹੀਂ ਛੱਡ ਸਕਦੀ। ਇੱਥੋਂ ਮੈਨੂੰ ਵੀਰ ਬਾਬਲ ਦੀਆਂ ਲੋਰੀਆਂ ਯਾਦ ਆਉਂਦੀਆਂ, ਇੱਥੋਂ ਮੈਨੂੰ ਮਾਂ ਦੀਆਂ ਲੋਰੀਆਂ ਯਾਦ ਆਉਂਦੀਆਂ ਨੇ। ਜੰਗ ਸ਼ੁਰੂ ਕਰ ਦਿੰਦਾ ਹੈ, ਅੱਜ ਤੇਰੇ ਘਰਾਂ ਚ ਸਕੂਲ ਕਿਉਂ ਨਹੀਂ, ਤੂੰ ਆਨਾ ਜਨਾਬੇ ਆਲਾ ਮਰ ਗਏ। ਮੌਲਵੀ ਜੀ ਸਾਰਾ ਟੱਬਰ ਕਮਾਉਣ ਵਾਲਾ ਤੇ ਬਰਕਤ ਨਹੀਂ, ਕਿਵੇਂ ਹੋਵੇ ਤੇਰੀ ਜੰਗ ਅੱਲਾ ਨਾਲ ਸ਼ੁਰੂ ਹੋਈ ਹੋਈ ਏ। ਜਿਸ ਘਰ ਚੱਲਾ ਨਾਲ ਜੰਗ ਸ਼ੁਰੂ ਹੋਵੇ ਉਹ ਘਰ ਚੱਲਾ ਦੀ ਰਹਿਮਤ ਆਉਂਦੀ। ਇਤਨੇ ਮੇਰੇ ਨਬੀ ਕੋਲ ਇੱਕ ਬੰਦਾ ਆਇਆ, ਕਹਿੰਦਾ ਸੋਹਣਿਆ ਮੈਂ ਆਪਣੇ ਬੱਚੇ ਦੇ ਨਾਂ ਜ਼ਮੀਨ ਲਾਉਣੀ ਏ। ਆਪ ਫਰਮਾਉਂਦੇ ਨੇ ਕਿੰਨੀ ਲਾਉਣੀ ਏ? ਕਹਿੰਦਾ ਸੋਹਣਿਆ ਸਾਰੀ ਲਾਉਣੀ ਏ, ਇੱਕ ਗੁਲਾਮ ਲਾਉਣਾ ਏ। ਮੇਰੇ ਨਬੀ ਫਰਮਾਉਂਦੇ ਨੇ ਹੋਰ ਗੁਲਾਮ ਜੀ ਹੈ? ਆਪ ਫਰਮਾਉਂਦੇ ਨੇ ਤੇਰੀ ਹੋਰ ਵੀ ਔਲਾਦ ਏ। ਮੇਰੇ ਨਬੀ ਫਰਮਾਉਂਦੇ ਨੇ ਉਹਨਾਂ ਦੇ ਨਾਂ ਲਾਉਣੀ ਏ। ਕਹਿੰਦਾ ਸੋਹਣਿਆ ਨਹੀਂ। ਮੇਰੇ ਨਬੀ ਫਰਮਾਉਂਦੇ ਨੇ ਮੇਰੇ ਕੋਲ ਕਿਉਂ ਆਇਆ ਏ? ਕਹਿੰਦਾ ਸੋਹਣਿਆ ਮੇਰੀ ਬੀਵੀ ਕਹਿੰਦੀ ਏ ਨਬੀ ਪਾਕ ਨੂੰ ਗਵਾਹ ਬਣਾ ਲਾ, ਇੱਕੋ ਦੇ ਨਾਂ ਲਾਉਣੀ ਏ। ਆਪ ਫਰਮਾਉਂਦੇ ਨੇ ਮੈਂ ਕਿਸੇ ਡਾਕੂ ਤੇ ਜ਼ਾਲਮ ਦਾ ਗਵਾਹ ਨਹੀਂ ਬਣ ਸਕਦਾ। ਮੇਰੇ ਵੀਰਾ ਲਿਖ ਲਾ ਗੱਲ ਜ਼ਰਾ ਤਿਆਰ ਨਾਲ, ਜਿਹਨੂੰ ਸਬ ਇੰਸਪੈਕਟਰ ਗੁਨਾਹਗਾਰ ਲਿਖੇ ਵਕੀਲ ਸਾਹਿਬ ਬੈਠੇ ਨੇ ਪੁੱਛ ਲਿਆ ਜੇ, ਉਹਨੂੰ ਇੰਸਪੈਕਟਰ ਬੇਗੁਨਾਹ ਕਰ ਦਿੰਦਾ ਹੈ, ਜਿਹਨੂੰ ਇੰਸਪੈਕਟਰ ਗੁਨਾਹਗਾਰ ਲਿਖੇ ਉਹਨੂੰ ਕਸਟਡ ਅਫੀਸਰ DSP ਬੇਗੁਨਾਹ ਕਰ ਦਿੰਦਾ ਹੈ, ਜਿਹਨੂੰ DSP ਦੀ ਇਨਕੁਆਇਰੀ ਗੁਨਾਹਗਾਰ ਲਿਖੇ ਉਹਨੂੰ SP ਬੇਗੁਨਾਹ ਕਰਦਾ ਹੈ, ਜਿਹਨੂੰ SP ਗੁਨਾਹਗਾਰ ਲਿਖੇ ਉਹਨੂੰ SSP ਬੇਗੁਨਾਹ ਕਰਦਾ ਹੈ, ਜਿਹਨੂੰ SSP ਗੁਨਾਹਗਾਰ ਲਿਖੇ ਉਹਨੂੰ DIG ਬੇਗੁਨਾਹ ਕਰਦਾ ਹੈ, ਜਿਹਨੂੰ
ਟੀ ਆਈ ਜੀ ਗੁਣਾਕਾਰ ਲਿਖੇ, ਉਹਨੂੰ ਆਈ ਜੀ ਗੁਣਾਕਾਰ ਲਿਖੇ ਬੇਗੁਣਾ ਕਰਦਾ ਹੈ, ਜਿਹਨੂੰ ਆਈ ਜੀ ਗੁਣਾਕਾਰ ਲਿਖੇ ਉਹਨੂੰ ਹਾਈਕੋਰਟ ਦਾ ਜਸਟਿਸ ਬੇਗੁਣਾ ਕਰ ਦਿੰਦਾ ਹੈ, ਜਿਹਨੂੰ ਹਾਈਕੋਰਟ ਦਾ ਜਸਟਿਸ ਗੁਣਾਕਾਰ ਲਿਖੇ ਉਹਨੂੰ ਸੁਪਰੀਮ ਕੋਰਟ ਦਾ ਜਸਟਿਸ ਬੇਗੁਣਾ ਕਰ ਦਿੰਦਾ ਹੈ, ਜਿਹਨੂੰ ਸੁਪਰੀਮ ਕੋਰਟ ਦਾ ਜਸਟਿਸ ਗੁਣਾਕਾਰ ਲਿਖੇ ਉਹਨੂੰ ਫੁੱਲ ਬੈਂਚ ਬੇਗੁਣਾ ਕਰ ਦਿੰਦਾ ਵੇ। ਪਰ ਵੀਰਾ ਜਿਹਨੂੰ ਫੁੱਲ ਬੈਂਚ ਗੁਣਾਕਾਰ ਕਰਾਰ ਦੇਵੇ, ਸਦਰੇ ਮਮਕਲਤ ਰਹਿਮਤ ਦੀ ਪੀਲ ਦੀ ਅੰਦਰ ਰਹਿਮ ਦੀ ਪੀਲ ਚ ਮਾਫ ਵੀ ਕਰ ਦਿੰਦਾ ਹੈ, ਪਰ ਜਿਹਨੂੰ ਨਬੀਆਂ ਦਾ ਸਰਦਾਰ ਡਾਕੂ ਡਿਕਲੇਅਰ ਕਰ ਦੇਵੇ, ਸਾਲਮ ਡਿਕਲੇਅਰ ਕਰ ਦੇਵੇ, ਉਹਨੂੰ ਦੁਨੀਆਂ ਦੀ ਕੋਈ ਅਦਾਲਤ ਬਰੀ ਨਹੀਂ ਕਰ ਸਕਦੀ। ਅੱਲਾ ਪਾ ਪਰਵਾਨ ਮੇਰੇ ਨਬੀ ਦਾ ਬੋਲਣਾ ਕੁਰਾਨ, ਮਨ ਜਮੀਜ਼ਾ ਹਵਾਓ ਮਾ ਜ਼ੱਲਾ ਸਾਹਿਬ ਮਾ ਗਵਾਓ ਮਾ ਯੰਤ ਕੁਆਨਿਲ ਹਵਾਓ। ਮੈਂ ਸਵਾਲ ਕਰਨਾ ਚਾਹੁੰਦਾ ਇੰਨੇ ਬੈਠੇ ਜੇ ਮੇਰੇ ਵੀਰਾ ਜਿਹਨੂੰ ਹਜ਼ੂਰ ਕਹਿਣ ਕੇ, ਔਰ ਵੀਰਾ ਕਿਆਮਤ ਦਾ ਦਿਨ ਹੋਣਾ ਹੈ, 73 ਟੀਬੀ ਦੇ ਲੋਕ ਪੇਸ਼ ਹੋਣਗੇ, ਅੱਲਾ ਪਾਪ ਫਰਮਾਉਣਗੇ ਸ਼ਕਲੋਂ ਤੇ ਹਾਜੀ ਲੱਗਦਾ ਹੈ, ਸ਼ਕਲੋਂ ਤੇ ਨਮਾਜ਼ੀ ਲੱਗਦਾ ਹੈ ਤੇ ਬੜਾ ਨੇਕ ਹੈ, ਮੱਥੇ ਦੇ ਸਟਾਮਾਂ ਜਿੱਡੇ ਮਰਾ ਪਏ ਨੇ, ਪਰ ਇਹ ਕੀ ਬਣਿਆ ਹੈ? ਵੰਤਾਜ਼ੁਲ ਯੌਮਾ ਅਯੂਹਲ ਮੁਜਰਮੂਨ, ਕਿਵੇਂ ਫਸ ਗਿਆ ਹੈ? ਡਾਕੂਆਂ ਦੀ ਲਾਈਨ 'ਚ ਖੜਾ ਹੈ, ਡਕੈਤਾਂ ਦੀ ਲਾਈਨ 'ਚ, ਮੈਂ ਲਿਖ ਕੇ ਦੇਣ ਲਈ ਤਿਆਰ ਆ। 73 ਟੀਬੀ ਦਾ ਡਾਕੂ ਖਤਰਨਾਕ ਨਹੀਂ, ਖੁੱਲਿਆ ਵਾਲੇ 'ਚ ਚੌਕ 'ਚ ਡਾਕੂ ਲੁੱਟੇ ਡਕੈਤੀ ਕਰੇ ਏਡਾ ਖਤਰਨਾਕ ਨਹੀਂ। ਮੇਰਿਆ ਵੀਰਾ ਜਿੱਡਾ ਬਾਪ ਡਾਕੂ ਖਤਰਨਾਕ ਹੈ, ਜਿਹੜਾ ਆਪਣੀਆਂ ਬੇਟੀਆਂ ਦੇ ਹੱਕ 'ਤੇ ਡਾਕਾ ਮਾਰ ਕੇ ਪੁੱਤਰਾਂ ਨੂੰ ਦਿੰਦਾ, ਇਵੇਂ ਖਤਰਨਾਕ ਮੈਂ ਦੱਸਣ ਲੱਗਾ ਹੈ, ਕਿੱਡਾ ਖਤਰਨਾਕ ਹੈ। ਉਹ ਦੁਨੀਆਂ ਦਾ ਡਾਕੂ ਤੇ ਕਿਸੇ ਟਾਈਮ ਵੀ ਮਾਫ਼ੀ ਮੰਗ ਲਓ ਤੇ ਇਸ ਤੱਕ ਹੀ ਬਣੋ। ਅੱਲਾ ਕਹਿਣਗੇ ਨਮਾਜ਼ਾਂ ਤੇ ਬੜੀਆਂ ਨੇ, ਤੂੰ ਡਾਕੂਆਂ 'ਚ ਖੜਾ ਹੈ, ਤਜਤਾਂ ਤੇ ਬੜੀਆਂ ਡਾਕੂਆਂ 'ਚ ਖੜਾ ਹੈ, ਤਸਬੀਹ ਤੇ ਬੜੀ ਫੇਰੀ ਉਹ ਡਾਕੂਆਂ 'ਚ ਖੜਾ ਹੈ, ਹੱਜ ਵੀ ਪੜਿਆ ਹੀ ਡਾਕੂਆਂ 'ਚ ਖੜਾ, ਖੈਰ ਫਰਿਸ਼ਤੇ ਕਹਿਣਗੇ ਮਾਲਕ ਇਹ ਲੈ ਆਪਣੀ ਬੇਟੀ ਦਾ, ਅੱਲਾ ਕਹਿਣਗੇ ਇਹਦੇ ਮੂੰਹੋਂ ਕਢਾਓ, ਸਾਰਾ ਕੁਛ ਸਾਹਮਣੇ ਆ ਜਾਓ, ਜਿਹੜੇ ਤਸੀਲੇ ਜਾ ਕੇ ਗੂਠਾ ਲਾਇਆ ਹੋਊ, ਜਿਹੜੇ ਜਨਾਬੇ ਵਾਲਾ ਜਾ ਕੇ ਰਜਿਸਟਰੀ ਕਰਾਈ ਹੋਊ, ਜਨਾਬੀ ਉਮਰ ਸੀਰ ਬੇਲਦਾਰ ਸਭ ਦੁਨੀਆ ਨਹਿਰੀ ਪਟਵਾਰੀ, ਦੂਜੇ ਜਨਾਬ ਗੁਰਦੌਰੀ ਕਰਨ ਵਾਲੇ ਜ਼ਿਲ੍ਹੇਦਾਰ ਸਭ ਜਨਾਬ ਸਾਹਮਣੇ ਪਟਵਾਰੀ, ਹਾਂ ਗੁਰਦੌਰ ਸਭ ਸਾਹਮਣੇ ਗਵਾਹੀ ਦੇਣਗੇ, ਇਹ ਡਾਕੂ ਹੈ ਜੀ, ਇਹ ਆਇਆ ਸੀ ਸਾਡੇ ਕੋਲ ਹੈ ਬਿਆਨ ਦੇਣ ਆਇਆ। ਅੱਛਾ, ਮਰਦਾ ਮਰਦਾ ਵੀ ਬਿਆਨ ਦੇਣ ਆਇਆ ਸੀ ਤੀਆਂ ਦੇ ਖਿਲਾਫ? ਅੱਲਾ ਕਹਿਣਗੇ ਬੋਲ ਬਈ ਤੇਰਾ ਕੀ ਗੁਨਾਹ ਹੈ? ਕਹਿੰਦਾ ਮਾਲਕ ਕਿਸੇ ਨੇ ਦੁਕਾਨ ਲੁੱਟੀ ਏ। ਕੋਈ ਕਵੇਗਾ ਮਾਲਕ ਮੈਂ ਲੋਕਾਂ ਦਾ ਮਕਾਨ ਲੁੱਟਿਆ, ਕੋਈ ਕਵੇਗਾ ਮੈਂ ਟਰਾਲੀ ਚੋਂ ਗੰਨਾ ਖਿੱਚ ਕੇ ਚੁੱਪਿਆ, ਕੋਈ ਕਵੇਗਾ ਮੈਂ ਕਾਰ ਲੁੱਟੀ, ਕੋਈ ਕਵੇਗਾ ਮੈਂ ਕਿਸੇ ਦਾ ਸਾਗ ਚੋਰੀ ਵੱਡਿਆ, ਕੋਈ ਕਵੇਗਾ ਮੈਂ ਕਿਸੇ ਦੀ ਮੂਲੀ ਚੋਰੀ ਪੁੱਟੀ, ਕੋਈ ਕਵੇਗਾ ਮਾਲਕ ਮੈਂ ਗੱਡੀ ਲੁੱਟੀ, ਕੋਈ ਕਵੇਗਾ ਮੈਂ ਕਾਰ ਲੁੱਟਿਆ, ਕੋਈ ਕਵੇਗਾ ਮੈਂ ਹਵੇਲੀ ਡੰਗਰਾਂ ਵਾਲੀ ਚੋਂ ਬੱਕਰਾ ਖੋਲ ਕੇ ਵੇਚ ਦਿੱਤਾ ਕਿਸੇ ਦਾ, ਕੋਈ ਕਵੇਗਾ ਮੈਂ ਮੁਰਗੀ ਆਲੇ ਚ ਚੋਰੀ ਕੀਤੀ, ਕੋਈ ਕਵੇਗਾ ਮੈਂ ਕੁੱਕੜ ਚੋਰੀ ਕੀਤਾ। ਅੱਲਾ ਪਾਪ ਫਰਮਾਉਣਗੇ ਉਹ ਡਾਕੂਆ ਤੂੰ ਕੀ ਡਾਕਾ ਮਾਰਿਆ ਏ? ਇਹ 73 ਟੀਬੀ ਦਾ ਬਾਬਾ ਕਵੇਗਾ ਨਾ, ਅੱਲਾ ਸੋਹਣਿਆ ਮੈਂ ਉਹ ਖਤਰਨਾਕ ਡਾਕੂ ਏ ਜਿਹਨੇ ਆਪਣੀ ਜੰਮੀ ਧੀ ਨੂੰ ਡਾਕਾ ਮਾਰਿਆ, ਕੀ ਪੱਲੇ ਰਹਿ ਗਾ ਉੱਥੇ ਤਜਤਾਂ ਦੇ, ਤੇ ਕੀ ਪੱਲੇ ਰਹਿ ਗਾ ਉੱਥੇ ਉਮਰਿਆਂ ਦੇ, ਤੇ ਕੀ ਪੱਲੇ ਰਹਿ ਗਾ ਮੌਲਵੀਆਂ ਰੋਟੀ ਖਵਾਈ ਦੇ, ਤੇ ਕੀ ਪੱਲੇ ਰਹਿ ਗਾ ਮਸੀਤੇ ਪੱਖੇ ਲਵਾਏ, ਤੇ ਕੀ ਪੱਲੇ ਰਵੇਗਾ ਕਲੀਨ ਵਿਛਾਏ, ਤੇ ਕੀ ਪੱਲੇ ਰਵੇਗਾ ਲੋਕਾਂ ਨੂੰ ਦੇਗਾਂ ਵੰਡਣ ਦੇ, ਜਦੋਂ ਕਿਆਮਤ ਨੂੰ ਆਪਣੇ ਮੂੰਹੋਂ ਕਵੇਗਾ ਕਿ ਲੋਕੋ ਮੈਂ ਆਪਣੀ ਧੀ ਨੂੰ ਲੁੱਟਿਆ ਸੀ। ਤੇ ਕਿਆਮਤ ਦਾ ਨਿਜ਼ਾਮ ਪਤਾ ਕਿਸ ਤਰ੍ਹਾਂ ਦਾ? ਇੱਕ ਬੰਦਾ ਗੱਲ ਕਰੂ ਸਾਰੀ ਦੁਨੀਆਂ ਸੁਣੇ, ਅੱਲਾ ਨੇ ਇੰਜ ਦਾ ਸਿਸਟਮ ਬਣਾਇਆ, ਇੱਕ ਬੰਦੇ ਦੀ ਤਜਲੀਲ ਹੋਏਗੀ ਸਾਰੀ ਦੁਨੀਆਂ ਵੇਖੇਗੀ, ਬੈਕ ਵਕਤ ਸੁਣੇਗੀ, ਸੁਣੇਗੀ ਵੀ ਵੇਖੇਗੀ ਵੀ, ਇਹ ਅੱਲਾ ਪਾਕ ਦਾ ਨਿਜ਼ਾਮ, ਇੱਕ ਬੰਦੇ ਦੀ ਤਜਲੀਲ ਪੂਰੀ ਦੁਨੀਆਂ ਵੇਖੇਗੀ। ਹੁਣ ਕਿੰਨੇ ਬੈਠੇ? 73 ਟੀਬੀ ਜਦੋਂ ਥੋਕ ਦੇ ਹਿਸਾਬ ਨਾਲ ਇੰਨੇ ਲੱਭਣੇ, ਪਿੰਡਾਂ ਦੇ ਵਿੱਚ ਜ਼ਿਮੀਂਦਾਰੇ ਕਿੱਥੋਂ ਪੂਰੇ ਪੂਰੇ ਦਿੰਦੇ? ਕੌਣ ਦਿੰਦਾ ਧੀਆਂ ਨੂੰ ਹੱਥ ਪੂਰਾ? ਇਲਾ ਮਾਸ਼ਾਲਾ ਕੋਈ ਹੈ, ਕੋਈ ਦੋ ਕਨਾਲਾ ਬੰਦਾ ਹੋਵੇ ਸਾ ਤੇ ਪੰਜ ਮਰਲੇ ਉੱਥੇ ਸ਼ਹਿਰ ਪਲਾੜ ਲੈ ਦਿੰਦੇ ਨੇ, ਧੀਏ ਹੁਣ ਨਾ ਨਾ ਲਵੀ ਇੰਨੇ 'ਚ ਗੁਜ਼ਾਰਾ ਕਰ। ਮੈਂ ਸੱਚੀ ਗੱਲ ਕਰ, ਕਈ ਜਹੇਜ਼ 'ਚ ਗੁਜ਼ਾਰਾ ਕਰਾਈ ਆਉਂਦੇ, ਤੈਨੂੰ ਵਿਆਹਿਆ ਨਹੀਂ ਚੱਲਿਆ, ਜਹੇਜ਼ ਦੇ ਨਾਲ ਸ਼ਰੀਅਤ ਨੇ ਨਹੀਂ ਕਿਹਾ, ਇਹ ਜਹੇਜ਼ ਦਿੱਤਾ ਤੇਰਾ ਜ਼ਾਇਆ ਜਾਇਆ, ਸ਼ਰੀਅਤ ਨੇ ਤੇ ਧੇਲਾ ਨਹੀਂ ਕਿਹਾ ਵੀ ਧੀ ਨੂੰ ਦਵੋ। ਮੈਂ ਤੁਹਾਡੀ ਜਹੇਜ਼ ਵਾਲੀ ਤੇ ਪਹਿਲਾਂ ਡੰਡ ਲਾ ਲਾ ਨਾ, ਜਿਹੜਾ ਤੁਸੀਂ ਧੀ ਨੂੰ ਜਹੇਜ਼ ਦੇ ਕੇ ਆਉਂਦੇ, ਜਿਹੜਾ ਤੇਰਾ ਹੁਣ ਵਿਰਾਸਤ ਚੀਜ਼ ਸਹੀ ਕੋਈ ਨਹੀਂ, ਤੇ ਜਿਹੜਾ ਇੱਜ਼ਤ ਨੂੰ ਰੋਟੀ ਖਵਾਉਂਦੇ ਹੋ ਉਹ ਇੱਜ਼ਤ ਨੂੰ ਰੋਟੀ ਖਵਾਈ ਵੀ ਕਿਸੇ ਕੰਮ ਦੀ ਨਹੀਂ, ਇੱਜ਼ਤ ਸਮਝਦੇ? ਜਿਹੜਾ ਮੁੰਡੇ ਵਾਲੇ ਵੱਗ ਲਿਆਉਂਦੇ ਬੋਲੋ,
ਮੈਂ ਤਾਂ ਵਾਕੀ ਕਹਿੰਦਾ ਹੁਣ ਪੰਜਾਬੀ ਹੈ ਨਾ, ਮੈਂ ਪੰਜਾਬੀ ਜ਼ਬਾਨ ਠੇਠ ਬੋਲਣਾ ਹੈ ਤਾਂ ਕਿ ਲੋਕਾਂ ਨੂੰ ਸਮਝ ਆ। ਨਾ ਬਰਾਤ ਦੇ ਵਗ ਦੀ ਗੱਲ ਹੈ, ਸਿਰਫ ਸ਼ਰੀਅਤ ਨੇ ਵਲੀਮੇ ਦੀ ਗੱਲ ਕੀਤੀ। ਉਹਦੇ ਚ ਵੀ ਵਲੀਮੇ ਚ ਕਿਹਾ ਜਿਸ ਵਲੀਮੇ ਚ ਗਰੀਬ ਯਤੀਮ ਸ਼ਾਮਿਲ ਨਹੀਂ, ਬੇਵਾਰ ਸ਼ਾਮਿਲ ਨਹੀਂ, ਉਹ ਵਲੀਮਾ ਅੱਲਾਹ ਨੂੰ ਕਬੂਲ ਨਹੀਂ। ਮੁਸਲਿਮ ਚ ਲਿਖਿਆ ਸਹੀ ਮੁਸਲਿਮ ਚ ਬਦਤਰੀਨ ਵਲੀਮਾ। ਸਾਡੇ ਵਲੀਮਿਆਂ ਚ ਕੋਈ ਮਾੜਾ ਵੜੇ ਤੇ ਬਾਬਾ ਡਾਂਗ ਲੈ ਕੇ ਖਲੋਤਾ ਦਾ ਸਹੀ ਗੱਲ, ਸਾਡੇ ਬਾਬੇ ਤੇ ਡਾਂਗ ਲੈ ਕੇ ਉੱਥੇ ਖਲੋਤੇ ਹੁੰਦੇ। ਕੋਈ ਮਾੜਾ ਵੜ ਜਾਵੇ ਸਹੀ ਦਬਕਾ ਮਾਰ ਕੇ ਉਹਨੂੰ ਬਾਹਰ ਕੱਢ ਦਿੰਦੇ। ਫਿਰ ਪੁੱਛਦੇ ਨੇ ਤੂੰ ਕੁੜੀ ਵੱਲੋਂ ਕਿ ਮੁੰਡੇ ਵੱਲੋਂ, ਕਹੋ ਜੀ ਬੇਇੱਜ਼ਤੀ ਕਰਦੇ ਨੇ ਕਿ ਨਹੀਂ ਕਰਦੇ, ਵਹਿੰਦੇ ਰਹਿੰਦੇ। ਮੇਰੇ ਬਜ਼ੁਰਗੋ, ਅਸਾਂ ਇਸਲਾਮ ਦੇ ਲਾਗੋ ਨਹੀਂ ਲੰਘੇ। ਆ ਸੁਣਿਆ ਜੇ ਜਿਹੜਾ ਤਿਆਰ ਤੁਹਾਡੇ ਮੈਂ ਜਹੇਜ਼ ਵਾਲਾ ਸਿਆਪਾ ਤੈਨੂੰ ਵਿਹੜਾ ਨਾ, ਜਿਹੜਾ ਤੁਸੀਂ ਧੀਆਂ ਨੂੰ ਦੇ ਕੇ ਆਉਂਦੇ ਜੇ ਤੁਹਾਨੂੰ ਜਹੇਜ਼ ਤਾਂ ਤੁਹਾਨੂੰ ਕਾਹਦੀ ਦੇਣੀ, ਤੁਹਾਨੂੰ ਜਹੇਜ਼ ਨਹੀਂ ਦਿੱਤਾ, ਬੁਰੀ ਮੱਝ ਨਹੀਂ ਦਿੱਤੀ, ਤੁਹਾਡੇ ਬੰਦਿਆਂ ਨੂੰ ਮੋਟਰਸਾਈਕਲ ਨਹੀਂ ਦਿੱਤੀ, ਕਾਰ ਨਹੀਂ ਦਿੱਤੀ, ਮੈਂ ਤੇਰਾ ਇਹ ਤਾਂ ਗਲੇਵਾਂ ਲਾਵਾਂ ਨਾ ਤੇਰੇ ਗਲੋਂ। ਮੇਰੇ ਨਬੀ ਕਰੀਮ ਬੈਠੇ ਨੇ ਮਜਲਿਸ ਪੁੱਤਰ ਸਿਧਾ ਕੇ ਬੈਠ ਗੁਫ਼ਤਗੂ ਸੁਣ। ਮੇਰੇ ਨਬੀ ਪਰਮਾਂਦੇ ਨੇ ਪੁੱਤਰ ਧਿਆਨ ਨਾ ਸੁਣਿਆ ਕਰੋ, ਨਾ ਇੰਜ ਮਜ਼ਾਕ ਇੱਧਰ ਧਿਆਨ ਕਰ। ਮੇਰੇ ਵੀਰਾ ਗੱਲਾਂ ਬੜੀਆਂ ਇਮਾਨ ਵਾਲੀਆਂ ਏ, ਮੇਰੀਆਂ ਸੱਚੀਆਂ ਗੱਲਾਂ ਸੁਣ ਕੇ ਹੱਸਿਆ ਨਾ ਕਰੋ। ਇਹ ਸੱਚੀਆਂ ਗੱਲਾਂ ਸੁਣ ਕੇ ਕੋਈ ਸ਼ੀਸ਼ਾ ਵਿਖਾਵੇ ਤੇ ਉਹ ਸ਼ੀਸ਼ੇ 'ਚ ਨੁਕਸ ਦੂਰ ਕਰੀਦਾ, ਮੈਂ ਤੇ ਤੁਹਾਡੀਆਂ ਕਰਤੂਤਾਂ ਸਾਹਮਣੇ ਕਰ ਖਰੀਆਂ ਗੱਲਾਂ ਸਾਹਮਣੇ ਲਿਆਉਂਦਾ ਤਾਂ ਕਿ ਤੁਸੀਂ ਵੇਖ ਕੇ ਸ਼ੀਸ਼ਾ ਇਸ ਬੁਰਾਈ ਨੂੰ ਖਤਮ ਕਰ ਦੋ। ਪਰ ਤੁਸੀਂ ਹੱਸ ਪੈਂਦੇ, ਹੱਸ ਕੇ ਗੱਲ ਗਵਾਉਂਦੇ। ਮੇਰੇ ਵੀਰੋ ਸੁਣ ਲਓ ਮੇਰੀ ਇੱਕ ਗੱਲ ਲਿਆ ਜਿਹਦੇ ਸਬਕ ਨਾ, ਅੱਜ ਜਿੰਨੀਆਂ ਹੁਣ ਤੱਕ ਕੀਤੀਆਂ ਰਿਕਾਰਡ ਹੋ ਗਈਆਂ ਨੇ, ਇੱਕ ਗੱਲ ਲਿਆ ਵੀ ਜਿਹਦੇ 'ਚ ਸਬਕ ਨਾ, ਜਿਹੜੀ ਬੇਮਕਸਦੀ ਕੀਤੀ ਹੋ। ਸਮਝਾਉਣ ਦਿਆਂ ਗੱਲ ਬੜੀ ਵੱਡੀ ਹੈ ਜੇ ਸਮਝ ਆ ਜਾਵੇ। ਮੇਰੇ ਨਬੀ ਬੈਠੇ ਨੇ ਗੱਲ ਜਹੇਜ਼ ਦੀ ਆ ਗਈ ਹੈ ਨਾ, ਮੈਂ ਗੱਲ ਨੇੜੇ ਲਾ ਦੇਣਾ ਧਿਆਨ ਕਰੀ, ਤਾਂ ਕਿ ਜਿਹੜੇ ਹਿੱਸੇ ਨਹੀਂ ਦਿੰਦੇ ਤਿਆਂ ਦੇ ਜਹੇਜ਼ ਦੇ ਤਾਂ ਧੀ ਵਿਆਹਤੀ ਇੰਨਾ ਹੀ ਬੜਾ ਹੈ। ਸੁਣੋ ਜ਼ਰਾ, ਆਪਣੇ ਦਿਲ ਨੂੰ ਮੁਤਮਿਨ ਕੀਤਾ ਜੇ ਸ਼ਰੀਅਤ ਨਹੀਂ ਜੇ ਮੁਤਮਿਨ ਹੋਈ, ਤੂੰ ਆਪਣੇ ਆਪ ਨੂੰ ਮੁਤਮਿਨ ਕੀਤਾ, ਬੇਟੀ ਨੂੰ ਕੀਤਾ ਹੈ, ਪਰ ਵੀਰਾ ਸ਼ਰੀਅਤ ਨਹੀਂ ਉਹ ਮੁਤਮਿਨ ਹੋਈ। ਮੇਰੇ ਨਬੀ ਕੋਲ ਇੱਕ ਬੀਬੀ ਆਈ, ਕਹਿੰਦੀ ਸੋਹਣਿਆ ਮੈਂ ਤੁਹਾਡੇ ਨਾਲ ਸ਼ਾਦੀ ਕਰਨੀ ਹੈ। ਜਿਵੇਂ ਅਬਦੁਲ ਕਰਨੈਨ ਸਾਹਿਬ ਬੈਠੇ ਨੇ ਇੰਜ ਮੂੰਹ ਕੀਤਾ ਨਬੀ ਪਾਕ ਨੇ, ਉਹ ਇੱਧਰ ਖੜੀ ਹੈ, ਆਪਣੇ ਚਿਹਰਾ ਫੇਰ ਲਿਆ, ਫਿਰ ਉਹ ਇੱਧਰ ਆ ਗਈ, ਆਂਦੀ ਸੋਹਣਿਆ ਮੈਂ ਤੁਹਾਡੇ ਨਾਲ ਸ਼ਾਦੀ ਕਰਨੀ ਹੈ। ਇਹਦਾ ਮਤਲਬ ਹੈ ਡਾਇਰੈਕਟ ਕਿਸੇ ਨੂੰ ਨਿਕਾਹ ਦਾ ਪੈਗਾਮ ਦੇਣਾ ਕੋਈ ਗੁਨਾਹ ਨਹੀਂ। ਮੇਰੇ ਬੱਚੋ, ਅਗਰ ਤੁਹਾਨੂੰ ਕੋਈ ਲੜਕੀ ਸੋਹਣੀ ਲੱਗਦੀ, ਤੁਸੀਂ ਡਾਇਰੈਕਟ ਕਹਿ ਸਕਦੇ ਹੋ ਮੈਂ ਆਪਸੇ ਸ਼ਾਦੀ ਕਰਨੀ, ਉਹਦੇ ਮਾਂ ਪਿਓ ਨੂੰ ਕਹਿ ਸਕਦਾ, ਪਰ ਇਹ ਨਹੀਂ ਕਰਨਾ ਅੰਤਰਾ ਕੋਦੇ ਪਤਾ ਲੱਗੇ ਜਦੋਂ ਹਾਈ ਕੋਰਟ 'ਚ ਡਜ਼ਨ ਹੋ ਗਿਆ ਵਕੀਲ ਸਾਹਿਬ ਨਾਲ ਤੇ ਚਲੋ। ਓਏ ਮਾਂ ਪਿਓ ਦੀ ਪੱਗ ਨਾ ਰੋਲ, ਨਾ ਮਾਂ ਦੇ ਚਿੱਟੇ ਧੌਲੇ ਰੋਲੀ, ਇਹਨਾਂ ਤੈਨੂੰ ਰੁਲਣ ਵਾਸਤੇ ਨਹੀਂ ਸੀ ਪਾਲਿਆ, ਇਹਨਾਂ ਤੈਨੂੰ ਬੁਢਾਪੇ ਦੀ ਲਾਠੀ ਸਮਝ ਕੇ ਪਾਲਿਆ ਸੀ। ਤੂੰ ਬੁਢਾਪਾ ਰੋਲਣਾ ਮਾਂ ਪਿਓ ਦਾ, ਸ਼ਰੀਅਤ ਮੁਸਤਫਾ ਨੇ ਇੰਜ ਨੂੰ ਮੂੰਹ ਕਰ ਲਿਆ, ਆਂਦੀ ਹੈ ਸੋਹਣਿਆ ਮੈਂ ਤੁਹਾਡੇ ਨਾਲ ਸ਼ਾਦੀ ਕਰਨੀ, ਮੇਰੇ ਨਬੀ ਨੇ ਇੰਜ ਨੂੰ ਮੂੰਹ ਕਰ ਲਿਆ ਨਾ। ਮੇਰੇ ਮੁਸਤਫਾ ਕੋਲ ਫੇਰ ਆਈ ਇੱਕ ਸਿਆਬੀ ਲਾ ਕੇ, ਗਰੀਬੜਾ ਜਿਹਾ ਬੈਠਾ ਸੀ ਮਾੜਾ ਜਿਹਾ, ਕਹਿੰਦਾ ਸੋਹਣਿਆ ਮੇਰੇ ਨਾਲ ਕਰ ਦੋ ਮੈਂ ਗਰੀਬ ਹੈ। ਸਾਡੀ ਅੱਜ ਕੱਲ੍ਹ ਦੀ ਕੋਈ ਆਉਂਦੀ ਤਾਂ ਨਾ, ਲੈ ਸੋਹਣਿਆ ਮੇਰੇ ਵਾਸਤੇ ਹੀ ਰਹਿ ਗਏ। ਉਹ ਚੁੱਪ ਖੜੀ, ਮੁਸਤਫਾ ਪਰਮਾਨੇ ਨੇ ਘਰੋਂ ਵੇਖ ਕੇ ਆ ਹੱਕ ਮੈਰ ਵਾਸਤੇ ਤੇਰੇ ਕੋਲ ਕੀ ਹੈ। ਉਹ ਘਰ ਗਿਆ, ਵਾਪਸ ਆਇਆ, ਮੇਰੇ ਨਬੀ ਪਰਮਾਨੇ ਨੇ ਕੀ ਹੈ, ਕਹਿੰਦਾ ਸੋਹਣਿਆ ਕੁਝ ਵੀ ਨਹੀਂ। ਆਪ ਪਰਮਾਨੇ ਨੇ ਕੋਈ ਸੋਹਣਾ ਸੋਹਣਿਆ ਨਹੀਂ, ਕੋਈ ਚਾਂਦੀ ਸੋਹਣਿਆ ਨਹੀਂ। ਮੇਰੇ ਨਬੀ ਆਂਦੇ ਕੋਈ ਲੋਹੇ ਦਾ ਛੱਲਾ, ਕਹਿੰਦਾ ਸੋਹਣਿਆ ਉਹ ਵੀ ਕੋਈ ਨਹੀਂ। ਆਪ ਫਰਮਾਉਂਦੇ ਨੇ ਸਾਡੇ ਵਰਗਾ ਹੁੰਦਾ ਮੌਲਵੀ, ਕਹਿੰਦਾ ਲੈ ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ, ਵੱਡਾ ਵਿਆਹ ਕਰਾਉਣ ਨੂੰ ਤੁਰਿਆ ਫਿਰਦਾ, ਚੱਲ ਲੈ ਜਾ ਉੱਥੇ ਜਾ ਕੇ ਦਬਕਾ ਮਾਰ। ਪਰ ਮੁਸਤਫਾ ਸੀ, ਮੇਰੇ ਨਬੀ ਨੇ ਕਦੀ ਕਿਸੇ ਦਾ ਦਿਲ ਨਹੀਂ ਦਿਖਾਇਆ ਸੀ, ਕਦੀ ਕਿਸੇ ਦੀ ਤਨਕੀਸ ਨਹੀਂ ਸੀ ਕੀਤੀ, ਕਦੀ ਕਿਸੇ ਦੀ ਤੋਹੀ। ਸਾਡੇ ਤੇ ਮਸੀਤਾਂ ਵਾਲੇ ਮੌਲਵੀ ਬੜੇ ਬੇਹੱਦ ਹੈ, ਮਾੜਾ ਬੰਦਾ ਮਸੀਤੇ ਕੋਈ ਮਸ਼ਵਰਾ ਦੇਵੇ ਤੈਨੂੰ ਆਉਂਦੇ ਤੂੰ ਦਿੰਦਾ ਕੀ ਹੈ, ਫੜ ਫੜ ਕਰਨ ਦਿਆਂ ਉਸ ਜਿਹਦੇ ਨਾਲ ਜਿਹਨੇ ਕੁਛ ਨਹੀਂ ਦਿੱਤਾ ਉਹਦੀ ਬੇਇੱਜ਼ਤੀ ਕਰ ਦਿੰਦੇ। ਇਸਲਾਮ ਕਿਵੇਂ ਫੈਲੇ, ਨਬੀ ਪਾਕ ਵਾਲਾ ਉਸਵਾ ਤੇ ਅਸਾਂ ਅਪਣਾਇਆ ਹੀ, ਤੇ ਮੇਰੇ ਨਬੀ ਕਰੀਮ ਨੇ ਇਹ ਵੀ ਨਹੀਂ ਕਿਹਾ ਵੀ ਤੇਰੇ ਕੋਲ ਧੇਲਾ ਵੀ ਨਹੀਂ ਹੈਗਾ ਤੇ ਤੂੰ ਵਿਆਹ ਦੀਆਂ ਗੱਲਾਂ ਕਰ ਲਾ, ਪਹਿਲਾਂ ਕੁਛ ਲਿਆ ਤਾਂ ਸਹੀ। ਆਪ ਫਰਮਾਉਂਦੇ ਨੇ ਕੋਈ ਕੁਰਾਨ ਦੀਆਂ ਸੂਰਤਾਂ ਯਾਦ ਹੀ। ਅੱਛਾ ਬਈ, ਦੂਲੇ ਨੂੰ ਪੁੱਛਣਾ ਸ਼ਰੀਅਤ ਬਣ ਗਈ ਤੇ ਬੇਟੀ ਨੂੰ ਨਾ ਪੁੱਛਣਾ ਵੀ ਤੇ ਸ਼ਰੀਅਤ ਬਣੀ ਹੈ।
ਮੇਰੇ ਨਬੀ ਪੁੱਛ ਸਕਦੇ ਸੀ ਨਾ ਲੜਕੀ ਨੂੰ, ਤੇਰੇ ਕੋਲ ਪੇਟੀ ਸੈੱਟ ਹੈ, ਵਾਟਰ ਸੈੱਟ, ਸੂਪ ਸੈੱਟ, ਫਿਰਨੀ ਸੈੱਟ, ਗਰੈਂਡਰ ਮਸ਼ੀਨ, ਜੂਸਰ ਮਸ਼ੀਨ, ਵਾਸ਼ਿੰਗ ਮਸ਼ੀਨ, ਰਜ਼ਾਈਆਂ, ਤਲਾਈਆਂ, ਸੂਤਰੀ, ਰੇਸ਼ਮੀ, ਸਕੋਰੀਆ ਦਾ ਕੰਬਲ, ਬੈੱਡ ਸੈੱਟ, ਸੋਫਾ ਸੈੱਟ, ਤਰਪਾਈ ਸੈੱਟ, ਜਿਹੜੀ ਸਾਰੇ ਸੈੱਟ ਲਿਆਉਂਦੀ ਉਹਦੇ ਨਾਲ ਘਰ ਵਾਲਾ ਕੋਈ ਵੀ ਨਹੀਂ ਸੈੱਟ। ਵੇਖੋ ਸਾਰੇ ਉਹਦੀ ਮੁਖਾਲਫਤ ਕਰਦੇ, ਸਾਰੇ ਉਹਦੇ ਚੁਗਲੀਆਂ, ਉਹ ਸਾਰੇ ਉਹਦੇ ਤੇ ਕੋਈ ਨਾ ਕੋਈ ਧੱਬਾ ਲਾਉਣ ਨੂੰ ਫਿਰਦੇ ਹੁੰਦੇ ਨੇ। ਜਿਹੜੀ ਵੀ ਗਲਤੀ ਹੋਣੀ ਉਹਦੇ ਤੇ ਥੱਪਣੀ ਹੈ, ਇਹਨੇ ਕੀਤੀ ਹੋਣੀ, ਭਾਵੇਂ ਕਰ ਕੋਈ ਨਾਲ ਦੇ ਘਰ ਵਾਲੇ ਗਿਆ ਹੋਵੇ, ਕੀਤੀ ਇਹਨੇ। ਜਿਸ ਕੌਮ ਨੂੰ ਆਪਣੀ ਇੱਜ਼ਤ ਤੇ ਇਤਮਾਦ ਨਹੀਂ, ਜਿਹਨੂੰ ਬਹੂ ਬਣਾ ਕੇ ਲਿਆਂਦਾ, ਜਿਸ ਖਾਮਦ ਨੂੰ ਆਪਣੀ ਇੱਜ਼ਤ ਤੇ ਇਤਮਾਦ ਨਹੀਂ, ਉਹਨੇ ਕਿਹਾ ਨਿਕਾਹ ਦਾ ਮਤਲਬ ਸਮਝ, ਉਹਨੇ ਕਿਹਾ ਬੀਵੀ ਨੂੰ ਇੱਜ਼ਤ ਦਿੱਤੀ ਹੈ, ਬਤਲਾਓ ਇਤਨੇ ਬੈਠੇ ਕਿਆ ਉਸਨੇ ਇੱਜ਼ਤ ਦਿੱਤੀ ਆਪਣੀ ਬੀਵੀ ਨੂੰ, ਚੱਲਿਆ ਜਦੋਂ ਨਿਕਾਹ ਪੜੇਗਾ ਤੇਰੀ ਇੱਜ਼ਤ, ਤੇਰੇ ਨਿਕਾਹ ਚ ਜਿਹੜੀ ਕੌਮ ਆਪਣੀ ਇੱਜ਼ਤ ਦੀ ਸਕੀ ਨਹੀਂ, ਉਹ ਕਿਸੇ ਦੀ ਇੱਜ਼ਤ ਦੀ ਸਕੀ। ਇਹ ਸੁਣਿਆ ਜੇ ਲਫ਼ਜ਼ ਧਿਆਨ ਨਾਲ, ਕੋਈ ਕਲਮਾ ਪੜ੍ਹ ਕੇ ਦੱਸੋ, ਵੱਡੀਆਂ ਭਰਜਾਈਆਂ ਛੋਟੀਆਂ ਦਰਾਣੀਆਂ ਨੂੰ ਦਬਕੇ ਮਾਰਦੀਆਂ, ਮੈਂ ਤਾਂ ਪੁੱਛਿਓ ਭਰਜਾਈ ਨਾ ਉਹਨੇ ਨਿਕਾਹ ਪੜਾਇਆ, ਨਿਕਾਹ ਤੇ ਉਹਨੇ ਪੜਿਆ ਆਪਣੇ ਬੰਦੇ ਨਾਲ, ਤੇ ਦਬਕਾ ਉਹ ਕੁਮਾਰੇ, ਕਿਉਂ ਓਨੀ ਹਸੀਅਤ ਦੀ ਉਹ ਮਾਲਕ, ਓਨੀ ਉਹ ਹਸੀਅਤ ਦੀ ਮਾਲਕ। ਪਰ ਸਾਡੇ ਪੰਜਾਬ ਦੇ ਰਿਵਾਜ ਬੜੇ ਕੁੱਤੇ ਜੀ, ਵੱਡੀਆਂ ਭਰਜਾਈਆਂ ਮਾਵਾਂ ਬਜਾ ਹੁੰਦੀਆਂ ਨੇ, ਕੋਈ ਨੀ ਛਿੱਤਰ ਵੀ ਮਾਰ ਲੈਣ ਤੇ ਕੋਈ ਗੱਲ ਨਹੀਂ, ਕਿਉਂ ਸ਼ਰੀਅਤ ਇਹ ਕਹਿੰਦੀ ਜਿਸ ਖਾਮਦ ਦੀ ਉਹ ਬੀਵੀ ਏ, ਉਹ ਆਪਣੇ ਖਾਮਦ ਦੀ ਪਾਬੰਦ ਏ, ਉਹ ਆਪਣੇ ਖਾਮਦ ਦੀ ਪਾਬੰਦ। ਮਗਰ ਸਾਡੇ ਪੰਜਾਬ ਚ ਰਿਵਾਜ, ਮਾੜੀਆਂ ਨੌਵਾਂ ਨੂੰ ਸੱਸਾਂ ਬਿਸਤ ਕਰਦੀਆਂ, ਕੰਮ ਕਰਾਉਂਦੀਆਂ ਨੇ, ਉਹ ਵੀ ਕਰ ਉਹ ਵੀ ਕਰ, ਤਗੜੀਆਂ ਨੌਵਾਂ ਨੂੰ ਸਲੂਟ ਮਾਰਦੀਆਂ, ਪਤਾ ਨਾ ਉੱਥੋਂ ਅੱਗੋਂ ਲਿੱਤਰਾਂ ਦਾ ਡਰ। ਮੇਰੇ ਕੋਲ ਤਾਂ ਸਿੱਧੀਆਂ ਗੱਲਾਂ, ਮਾੜੀਆਂ ਨੌਵਾਂ ਨੂੰ ਤਜ਼ਲੀਲ ਕਰਦੀਆਂ, ਬਲਕਿ ਬਰਾਦਰੀ ਚ ਕੋਈ ਮਿਲਣ ਆ ਜਾਊ ਨਾ, ਤੇ ਇਹ ਮਾੜੀ ਸੀ ਮੈਂ ਗੱਲ ਨਾ ਲਾ ਲਈ, ਬੰਦਾ ਪੁੱਛੇ ਇਹ ਗੱਲ ਦੱਸ ਕੇ ਤੈਨੂੰ ਕਿਹੜਾ ਹੱਜਦਾ ਇਹ ਸਵਾਬ ਮਿਲ ਗਿਆ, ਜੇ ਮਾੜੀ ਹੈ ਤੇ ਚੱਲ ਤੂੰ ਕਿਹੜੀ ਮਾਂ ਦੇ ਪੇਟ ਚੋਂ ਸੋਨਾ ਲੈ ਕੇ ਆਈ, ਤੂੰ ਵੀ ਤੇ ਜਵਾਨ ਹੋਈ ਹੈ, ਵਿਆਹੀ ਹੈ, ਫਿਰ ਹੀ ਕਿਤੇ ਸੋਨਾ ਲੱਭਾ ਤੈਨੂੰ, ਤੇ ਤੂੰ ਮਾੜੀ ਨੌ ਦੀ ਸਾਰੇ ਆਂਗਲੇ ਬਾਂਗਲੇ ਕੇ ਬੇਇੱਜ਼ਤੀ ਕਰਨ, ਜਿਹੜੀ ਮਹੱਲੇਦਾਰ ਮਿਲਣ ਆਏ, ਇਹ ਮਾੜੀ ਸੀ ਮੈਂ ਗੱਲ ਨਾ ਲਾ ਲਈ। ਕੁਝ ਕਹਿੰਦੀਆਂ ਨੇ ਕਿ ਨਹੀਂ ਬੋਲੋ, ਰੋਜ਼ ਉਹਦੀ ਬਿਸਤੀ ਕਰਦੀਆਂ, ਗੜੇ ਮੁਰਦੇ ਫੁੱਟਦੀਆਂ ਨੇ ਰੋਜ਼, ਫਿਰ ਸੱਸਾਂ ਆਉਂਦੀਆਂ ਸਾਡੀਆਂ ਨਵਾਂ, ਸਾਡੀ ਇੱਜ਼ਤ ਨਹੀਂ ਕਰਦੀ, ਤੇ ਤੂੰ ਬੜੀ ਸੂਰਤੀ ਆਸੀ ਪੜ੍ਹ ਕੇ ਉਹਨੂੰ ਫੂਕਦੀ ਹੈ, ਤੇਰੀ ਇੱਜ਼ਤ ਕਰੇ ਨਹੀਂ, ਗੱਲ ਸੱਚੀ ਬੋਲੋ ਵੀ ਕਲਮਾ ਪੜ੍ਹ ਕੇ ਝੂਠ ਨਹੀਂ ਬੋਲਣਾ, ਜੋ ਮੈਂ ਗੱਲ ਕੀਤੀ ਹੈ ਸਾਡੇ ਘਰਾਂ ਚੱਲਣ ਦੇ ਹੀ ਇੱਕ ਨਹੀਂ ਚੱਲਦੀ, ਤੇ ਫਿਰ ਕਿਵੇਂ ਇੱਜ਼ਤ ਹੋਵੇ। ਅੱਲਾ ਜਾਣਦਾ ਰਾ ਤੇ ਆਣ ਮੇਰੇ ਵਾਲਾ ਹਾਫਜ਼ੁਲ ਕੁਰਨੈਨ ਸਾਹਿਬ ਨੇ ਜਾਮਿਆ ਚੋਂ ਪੜ੍ਹਿਆ, ਅਬਦੁਲ ਜਬਾਰ ਸਾਹਿਬ ਨੂੰ ਪੁੱਛਿਆ ਜੇ ਜਿਸ ਨਬੀ ਦਾ ਬੋਲਣਾ ਸ਼ਰੀਅਤ ਹੈ, ਚੱਲਣਾ ਸ਼ਰੀਅਤ ਹੈ, ਉਸ ਨਬੀ ਦਾ ਦੂਲੇ ਨੂੰ ਪੁੱਛਣਾ ਵੀ ਸ਼ਰੀਅਤ ਹੈ, ਵਾਇਜ਼ਾ ਕੀ ਲਾਲਮ ਤਾਲੂ ਇਲਾ ਮਾਨਜ਼ਲਲਾਹ ਵਾਇਲ ਰਸੂਲ, ਲੋਗੋ ਕੁਰਾਨ ਵੀ ਮੁਨੱਜ਼ਰ ਮੇਨ ਅੱਲਾ ਹੈ, ਮੇਰੇ ਨਬੀ ਦਾ ਪ੍ਰਮਾਣ ਵੀ ਮੁਨੱਜ਼ਰ ਮੇਨ ਅੱਲਾ ਹੈ, ਲੋਗੋ ਕੁਰਾਨ ਦੀ ਤਰਫ਼ ਆ ਜਾਓ, ਹਦੀਸ ਰਸੂਲ ਦੀ ਤਰਫ਼ ਆ ਜਾਓ, ਮੇਰੇ ਕਮਲੀ ਵਾਲੇ ਮਹਬੂਬ ਨੇ ਫਰਮਾਇਆ ਬਈ ਦੁਹਾ ਦੇ ਚਿਹਰੇ ਵਾਲੇ, ਵੱਲੈਲ ਦੀਆਂ ਜ਼ੁਲਫਾਂ ਵਾਲੇ, ਮਾਜ਼ਾਕ ਦੇ ਕਾਜਲ ਵਾਲੇ ਮਹਬੂਬ ਨੇ, ਹਰਮਾਇਆ ਬੇਟਾ ਹੱਕ ਮਹਿਰ ਵਾਸਤੇ ਸੋਨਾ ਸੋਨਿਆ ਨਹੀਂ, ਹਰਮਾਇਆ ਪਿੱਤਲ ਸੋਨਿਆ ਨਹੀਂ, ਅਰਜ਼ ਕਰਦਾ ਪਿਆ ਮੇਰੇ ਨਬੀ ਫਰਮਾਇਆ ਉਹ ਲੋਹੇ ਦਾ ਛੱਲਾ ਸੋਨਿਆ ਨਹੀਂ, ਮੇਰੇ ਨਬੀ ਫਰਮਾਉਂਦੇ ਨੇ ਕੋਈ ਕੁਰਾਨ ਦੀਆਂ ਸੂਰਤਾਂ ਯਾਦ ਹੀ, ਕਹਿੰਦਾ ਸੋਨਿਆ ਕੁਰਾਨ ਹੀ ਹੈ, ਹੋਰ ਹੈ ਕੀ। ਆਪ ਫਰਮਾਉਂਦੇ ਨੇ ਫਿਰ, ਕਹਿੰਦਾ ਸੋਹਣਿਆ ਕਜ਼ਾ ਵਾ ਕਜ਼ਾ, ਕਜ਼ਾ ਵਾ ਕਜ਼ਾ, ਕਜ਼ਾ ਵਾ ਕਜ਼ਾ, ਕਜ਼ਾ ਵਾ ਕਜ਼ਾ, ਸੋਹਣਿਆ ਪਲਾਵੀ ਯਾਦ, ਪਲਾਵੀ ਯਾਦ, ਪਲਾਵੀ ਯਾਦ, ਪਲਾਵੀ ਯਾਦ, ਮੇਰੇ ਨਬੀ ਫਰਮਾਉਂਦੇ ਨੇ ਜਿੰਨੀਆਂ ਸੂਰਤਾਂ ਤੈਨੂੰ ਜ਼ਬਾਨੀ ਯਾਦ, ਉਹ ਆਪਣੀ ਬੀਵੀ ਨੂੰ ਜ਼ਬਾਨੀ ਯਾਦ ਕਰਾ ਦੀ, ਮੈਂ ਤੇਰਾ ਹੱਕ ਮਹਿਰ ਬਣਤਾਈ, ਜਾ ਜਾ ਕੇ ਆਪਣਾ ਘਰ ਵਸਾ ਲ। ਹੁਣ ਤੇਰਾ ਜੇਸ ਕਿਹੜੇ ਖਾਤੇ 'ਚ ਪਾਵਾਂ, ਨਵੀਂ ਪਾਣੇ ਤੇ ਬੇਟੀ ਨੂੰ ਪੁੱਛਿਆ ਹੀ ਨਹੀਂ, ਪੇਟੀ ਸੱਟ ਹੈਗਾ ਹੀ, ਜਿਹੜੇ ਮੁਕਲਾਵਾ ਲੈਣ ਆਉਣਗੇ ਉਹਨਾਂ ਸਾਰਿਆਂ ਦੇ ਸੂਟ ਹੈਗੇ ਹੀ, ਜਿਹਨਾਂ ਕਦੀ ਸੂਟ ਪਾਏ ਨਹੀਂ ਮੰਗਤੇ ਆਏ ਨੇ ਉਹਨੂੰ ਖੱਫਣ ਵੀ ਨਾਲ ਦੇਣੇ ਨੇ। ਇਹ ਪੰਜਾਬ ਵਾਲਿਆਂ ਦੀਆਂ ਗੰਦੀਆਂ ਰਸਮਾਂ ਇਹ ਕਿੱਥੋਂ ਲਈਆਂ ਜੀ, ਇਹ ਹਜ਼ੂਰ ਕੋਲ ਲਈਆਂ ਨੇ ਦੱਸੋ, ਇਹ ਅਸੀਂ ਉੱਜੜੇ ਤੇ ਆਪ ਪਹਿਲੋਂ ਮੰਗਣੀਆਂ ਤੋਂ ਉੱਜੜਦੇ ਹਾਂ, ਫਿਰ ਮਕਲਾਵਿਆਂ ਤੋਂ ਉੱਜੜਦੇ ਹਾਂ, ਫਿਰ ਮਹਿੰਦੀਆਂ ਤੋਂ ਉੱਜੜਦੇ ਹਾਂ, ਫਿਰ ਧੀ ਨੂੰ ਨੇ ਤੇਰੀ ਜਾਇਦਾਦ 80 ਲੱਖ ਦੀ ਬਣਦੀ ਸੀ, ਕਰੋੜ ਲਾਤਾ, ਹੁਣ ਪਿਛਾ ਮੂੰਹ ਨਾ ਕਰੇ, ਤੋ ਕਿੱਲਾ 3 ਕਰੋੜ ਦਾ ਹੁੰਦਾ, ਧੀ ਨੂੰ ਰੇਟ ਵੀ ਅੱਧਾ ਅੱਧਾ ਦੱਸਦੇ ਨੇ ਵੀ ਕਿਤੇ ਵੇਰ ਹੀ ਨਾ ਜਾਏ, ਤੇ ਜੇ ਧੀ ਨੂੰ ਉਹਦੇ ਜਾਇਦਾਦ ਚੋਂ ਵਿਆਹਣਾ ਸੀ ਤੇ ਇਹ ਸ਼ਰੀਅਤ ਮੁਸਤਫਾ ਵੀ ਦੱਸ ਸਕਦੇ ਸੀ,
ਫਿਰ ਅਲੀ ਦੀ ਜ਼ਿਰਾ ਤੇ ਵੇਚਣ ਦੀ ਲੋੜ ਹੀ ਨਹੀਂ ਸੀ। ਸਾਰਾ ਕੁਝ ਲੜਕੇ ਵਾਲਿਆਂ ਦੇ ਜ਼ਿੰਮੇ, ਧੀ ਵਾਲਿਆਂ ਨੂੰ ਸਗੋਂ ਸਲੂਟ ਮਾਰਿਆ ਕਰ। ਜਦੋਂ ਕਾਰ ਚ ਬਾਪ ਪਿਆਰ ਦੇ ਕੇ ਬਹੁਣ ਲੱਗੇ, ਉਹ ਜਿਹੜੇ ਆਂਸੂ ਨਿਕਲਦੇ ਨੇ ਬਲਕੇ ਕਾਰ ਚੋਂ ਨਿਕਲ ਕੇ ਸਹੁਰੇ ਦੇ ਆਂਸੂ ਆਪ ਸਾਫ ਕਰਦਿਆਂ ਕਰ। ਜੇ ਮੇਰੇ ਵੱਲੋਂ ਤੇ ਪਰੇਸ਼ਾਨੀ ਨਹੀਂ ਆਏਗੀ, ਤੁਸੀਂ ਮੇਰੇ ਮੌਸਮ ਜੇ ਇਹੋ ਜਿਹਾ ਮੌਸਮ ਦੁਨੀਆਂ 'ਚ ਨਹੀਂ। ਜਿਹਨੇ ਅਕੈਡਮੀ ਪੜ੍ਹਾਇਆ ਕਾਲਜ ਛੱਡਣ ਗਿਆ ਸਕੂਲ, ਮੈਂ ਕਈ ਵਾਰਾਂ ਕਈਆਂ ਨੂੰ ਕਿਹਾ ਜਲਸੇ 'ਤੇ ਚਲੀਏ, ਨਹੀਂ ਮਦਨੀ ਸਾਹਿਬ ਤੁਹਾਡੀ ਭਤੀਜੀ ਪੜ੍ਹਨ ਜਾਂਦੀ, ਮੈਂ ਉਹਨੂੰ ਛੱਡਣ ਜਾਣਾ। ਸ਼ਿਕਰ ਦੁਪਹਿਰ ਲੱਗੀ ਏ, ਧੀ ਅੰਦਰ ਪੜ੍ਹਨ ਦੀ ਏ, ਬਾਪ ਬਾਹਰ ਮੋਟਰ ਸਾਈਕਲ ਲੈ ਕੇ ਕਾਲਜ ਦੇ ਬੂਹੇ ਅੱਗੇ ਖੜਾ। ਅੰਦਰ ਤੀ ਪੇਪਰ ਦੇ ਰਹੀ ਹੈ, ਬਾਪ ਬਾਹਰ ਖੜਾ ਹੈ। ਏਡੀ ਵੱਡੀ ਨੌਕਰੀ ਕੀਤੀ ਹੈ, 20 ਲੱਖ ਲਾ ਕੇ ਧੀ ਪੜਾਈ, 20 ਸਾਲਾਂ ਦੀ ਹੋ ਗਈ ਹੈ। ਵੀਰਾ ਨਾ ਉਹਨੇ ਬਾਪ ਦੇ ਵੀਰਾ ਪੋਤਰੇ ਪੜਾਉਣੇ ਨੇ, ਨਾ ਉਹਨੇ ਮਾਂ ਦੀਆਂ ਪੋਤਰੀਆਂ ਪੜਾਉਣੀਆਂ, ਤੇਰੇ ਹੀ ਬੱਚੇ ਪੜਾਉਣੇ ਨੇ, ਤੇਰੀ ਜੱਦ ਸਵਾਰਨੀ। ਤੂੰ ਆਪਣੇ ਸਹੁਰੇ ਨੂੰ ਸਲੂਟ ਮਾਰ, ਮੈਨੂੰ ਦੁਨੀਆ ਦਾ ਕੋਈ ਜਹੇਜ਼ ਨਹੀਂ ਚਾਹੀਦਾ। ਆ ਜਿਹੜੀ ਦੌਲਤ ਦਿੱਤੀ ਜੇ ਅੱਲਾ ਦੇ ਨਬੀ ਨੇ, ਸਿਰਫ ਬੇਟੀ ਵਾਲਿਆਂ ਦੇ ਜ਼ੁੰਮੇ ਦੋ ਹੀ ਕੰਮ ਲਾਏ ਨੇ, ਇਹਨਾਂ ਨੂੰ ਤਰਬੀਅਤ ਚੰਗੀ ਦੇਣੀ ਏ, ਜਦੋਂ ਜਵਾਨ ਹੋ ਜਾਣ ਪਿਆਰ ਦੇ ਕੇ ਡੋਲੇ ਪਾ ਦੇਣਾ, ਜੰਨਤ ਦਾ ਟਿਕਟ ਮੁਹੰਮਦ ਅਰਬੀ ਕੋਲ ਲਿਆ ਜੇ। ਦੋ ਕੰਮ ਬੇਟੀ ਵਾਲਿਆਂ ਦੇ ਜ਼ੁੰਮੇ। ਤੇ ਅੱਜ ਕਿਤਨੀਆਂ ਬੇਟੀਆਂ ਜ਼ਨਾ ਤੇ ਮਜਬੂਰ ਹੋ ਗਈਆਂ, ਕਿਤਨੇ ਬੇਟੇ ਜ਼ਨਾ ਤੇ ਮਜਬੂਰ। ਤੇਰੀਆਂ ਗੰਦੀਆਂ ਰਸਮਾਂ ਨੇ ਬੇਟੀਆਂ ਡੈਵੋ ਗੱਡੀ 'ਚ ਖੜੀਆਂ ਕਰ ਦਿੱਤੀਆਂ ਨੇ। ਓਏ ਡੈਵੋ 'ਚ ਬੇਟੀ ਦਾ ਹੁਸਨ ਦੇਖਣੇ ਵਾਲੇ, ਜਹਾਜ਼ 'ਚ ਏਅਰ ਹੋਸਟਾਂ ਦੇ ਹੁਸਨ ਦੇਖਣੇ ਵਾਲੇ, ਇਹਨਾਂ ਦਾ ਹੁਸਨ ਨਾ ਵੇਖੀ ਬਲਕਿ ਨਜ਼ਰਾਂ ਝੁਕਾ ਜਿਆ ਕਰ। ਇਹ ਆਪਣਾ ਜਹੇਜ਼ ਬਣਾਉਣ ਵਾਸਤੇ 52 ਸੀਟਾਂ 'ਤੇ ਇਹਨੂੰ ਜਾਣਾ ਪੈ ਗਿਆ। ਮਜਬੂਰ ਬਾਪ ਦੀ ਬੇਟੀ ਏ, ਮਜਬੂਰ ਬਾਈ ਦੀ ਬੇਟੀ ਏ, ਬੇਵਾ ਬਾਂ ਦਾ ਸਹਾਰਾ ਏ। ਮੁਆਸ਼ਰੇ ਨਾਲ ਜੰਗ ਕਰਨ ਵਾਸਤੇ ਇਹਨੇ 5 ਫੁੱਟ ਦਾ ਵਜੂਦ 52 ਮਰਦਾਂ ਦੀਆਂ ਸੀਟਾਂ ਤੱਕ ਪਹੁੰਚਾ ਦਿੱਤਾ। ਤੇਰੇ ਘਰ ਦੀਆਂ ਰਸਮਾਂ ਪੂਰੀਆਂ ਕਰਨ ਵਾਸਤੇ ਇਸ ਬੇਟੀ ਨੇ ਆਪਣੀ ਇੱਜ਼ਤ ਦਾ ਦਿੱਤੀ। ਅੱਜ ਕਿਤਨੇ ਮੁਸਲਮਾਨ ਬੇਹੇ ਸੋਚ ਡੈਵਰ 'ਚ ਕਦੀ ਬੈਠ ਕੇ ਦਿਲ 'ਚ ਸੋਚਿਆ ਹੀ ਕਿ ਕੌਣ ਆਪਣੀ ਜਵਾਨ ਬੇਟੀ ਨੂੰ ਇਹਨਾਂ 52 ਮਰਦਾਂ ਦੇ ਸਾਹਮਣੇ ਖੜਾ ਕਰ। ਔਰ ਫਿਰ ਇੱਕ ਇੱਕ ਸੀਟ 'ਤੇ ਜਾਂਦੀ, ਔਰ ਜੋ ਜੋ ਤੂੰ ਕਵੇ, ਪੈਪਸੀ ਚਾਹੀਏ, ਹੈਡਫੋਨ ਚਾਹੀਏ, ਨਿਊਜ਼ ਪੇਪਰ ਚਾਹੀਏ, ਫੈਕਟਰੀਆਂ ਦੇ ਵੇਖ ਲਾ ਲੋਕਾਂ ਨੇ ਬੇਟੀਆਂ ਤੋਂ ਪੈਦੇ ਚੁੱਕੇ ਨੇ, ਮਜਬੂਰ ਔਰਤਾਂ ਤੋਂ ਕੰਮ ਕਰਾਉਂਦੇ ਨੇ 8 ਘੰਟੇ, ਤਨਖਾਹ ਹਾਫ ਦਿੰਦੇ ਨੇ ਮਰਦਾਂ ਨੂੰ ਤਨਖਾਹ ਪੂਰੀ, ਔਰਤਾਂ ਨੂੰ ਤਨਖਾਹ ਥੋੜ੍ਹੀ। ਕਈ ਫੈਕਟਰੀਆਂ ਵਾਲਿਆਂ ਲੜਕੀਆਂ ਹੀ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਨੇ, ਤਨਖਾਹ ਥੋੜ੍ਹੀ। ਉਹ ਫੈਕਟਰੀਆਂ ਦੇ ਮੇਰੇ ਉਹ ਸੋਹਣਿਓ, ਮੱਖਣੋ, ਕਰੋੜਪਤੀਓ, ਔਰਤ ਆਜ਼ਾਦ ਦੇ ਦੁਸ਼ਮਣ ਨਾ ਬਣ। ਇਸ ਔਰਤ ਦੇ ਉਂਗਲੀ ਪਕੜ ਕੇ ਤੂੰ ਚੱਲਣਾ ਸਿੱਖਿਆ, ਇਸ ਔਰਤ ਦੀ ਗੋਦ 'ਚ ਖੇਲ ਕੇ ਜਵਾਨ ਹੋਇਆ, ਇਸ ਔਰਤ ਆਜ਼ਾਦ ਦੀ ਛਾਤੀ ਤੋਂ ਦੁੱਧ ਪੀ ਕੇ ਜਵਾਨ ਹੋਇਆ। ਜਿਸ ਔਰਤ ਨੇ ਤੈਨੂੰ ਚੱਲਣਾ ਸਿਖਾਇਆ, ਅੱਜ ਤੂੰ ਮੁਆਸ਼ਰੇ 'ਚ ਉਹਨੂੰ ਜ਼ਲੀਲ ਕਰਕੇ ਰੱਖ ਦਿੱਤਾ। ਕਿਤਨੇ ਲੋਕ ਨੇ ਕਦੀ ਸੋਚਿਆ? ਰਾਣਾ ਸਾਹਿਬ ਮੇਰੇ ਦੋਸਤ ਨੇ ਗੁਜਰਾਲੇ ਪ੍ਰਿੰਸੀਪਲ, ਤੇ ਉਹ ਮੈਨੂੰ ਪੁੱਛਿਆ, ਕਹਿਣ ਲੱਗਾ ਜੀ ਤੁਹਾਡੀ ਤਕਰੀਰ ਸੁਣ ਕੇ ਨਾ ਸਾਡੀ ਟੀਚਰਾਂ ਜਿੰਨੀਆਂ ਨੇ ਨਾ ਉਹ ਰੋ ਪੈਂਦੇ। ਕਹਿੰਦਾ ਮੈਂ ਇੱਕ ਦਿਨ ਉਹਨੂੰ ਪੁੱਛਿਆ ਵੀ ਤੁਸੀਂ ਤਨਖਾਹ ਨਹੀਂ, 5500 ਤਨਖਾਹ, ਕੋਈ ਤਨਖਾਹ 5,000 ਸਕੂਲਾਂ 'ਚ ਟੀਚਰ ਦੀ ਤਨਖਾਹ? ਅਤੇ ਮੱਲੇ ਵਾਲੇ ਮੂੰਹ ਜੋੜ ਕੇ ਗੱਲਾਂ ਕਰਦੇ, ਇਹਨਾਂ ਦੀ ਧੀ ਕੰਮ ਕਰਦੀ ਹੈ, ਇਹ ਬੜੇ ਪੈਸੇ ਲਿਆਉਂਦੀ ਹੈ। ਸ਼ਰਮ ਕਰ, ਇਹ ਵਕਤ ਤੇਰੀ ਜ਼ਮੀਨ 'ਤੇ ਵੀ ਆ ਸਕਦਾ। ਕਿਸੇ ਦੀ ਬੇਟੀ ਕੰਮ ਕਰਨ 'ਤੇ ਉਹਨੂੰ ਉਹਦਾ ਰਿਸ਼ਤਾ ਨਹੀਂ ਆਉਣ ਦਿੰਦੇ, ਇਹ ਗੰਦੀ ਹੈ, ਇਹ ਕਰੈਕਟਰ ਦੀ ਲੂਜ਼। ਤੈਨੂੰ ਪਤਾ ਨਹੀਂ ਤੂੰ ਕਿਸੇ ਦੀ ਬੇਟੀ ਵਾਸਤੇ ਲਫ਼ਜ਼ ਬੋਲ ਰਿਹਾ, ਤੈਨੂੰ ਗੱਡੀ ਵੱਜੇ ਖੁੱਲ੍ਹਿਆਂ ਵਾਲੇ ਚੌਕ 'ਚ ਤੂੰ ਮਰਿਆ ਪਿਆ ਵੇ, ਕੱਲ੍ਹ ਤੇਰੀ ਧੀ ਨੂੰ ਕੰਮ ਕਰਨਾ ਪੈ ਜੇ, ਤੇਰੇ ਅਲਫਾਜ਼ ਵਾਪਸ ਆ ਜਾਣ, ਕੀ ਬਣੇ? ਇੱਥੇ ਚੰਨ ਮਨਵਰ ਸੂਰਤਾਂ ਦਿੰਦੇ ਕਬਰੀ ਪਾਓ, ਇੱਥੇ ਰੰਡੀਆਂ ਹੋਣ ਸੁਹਾਗਣਾ ਹਜੇ ਮਨੋ ਨੀ ਲੱਥਾ ਚਾਓ, ਇੱਥੇ ਕਾਨੇ ਬੰਨਣ ਵਾਲੀਆਂ ਮਾਰਨ ਰੋ ਰੋਟਾ। ਬੱਤੀਆਂ ਲੱਗੀਆਂ ਨੇ ਘਰੋਂ, ਚੱਲੇ ਨੇ ਚੁੰਗੀਆਂ ਮਰਸੀ ਤੋਂ ਸਾਈਵਾਲ ਦੇ ਮਜ਼ਲੂਮ, ਵਾਕਿਆ ਸੁਣਿਆ ਹੀ ਨੇ ਸਾਈਵਾਲ ਵਾਲਾ,
करो शादियां दे शगलां दे कपड़े लेके तुरे साईवाल जाके बच्चे यतीम हो गए हाथ च फीटर दोदा फड़िया है सारी दुनिया नू ए बच्चे भुल जाणगे फेसबुकियां नू ही भुल जाणगे पर इन्हां बच्चियां नू मापे नहीं भुलणगे जदों साईवाल च गुजरणगे कहन करनगे इत्थे साडी दुनिया उजड़ी सी सारी दुनिया नू भुल जाणगे पर उन्हां बच्चियां नू मां बाप चलिया तेनू बेटियां परेशान कर दियां तेरे मत्थे ते पसीना वेख के साफ कर दिया ने जिन्हां कोल तेरी पसीना बर्दाश्त ना होवे उन्हां बेटियां ने बाप तड़पदा किवें वेख्या होएगा वो मासूम बच्चे ने मां मरदी किवें वेखी होए नर्स कहन लगी बेटा ये आपका खून उतार दूं तो कहता रहने दे ये मेरी मामा के खून लगा है ना मुझे इसको रहने दे ये मेरी मामा का खून मां दुनिया च जाती दारा दस गई कि खुद गोद च लह के गोलियां खा लिया पर बच्चियां नूं कुछ नहीं होंदा बहुत याद आती है माँ बहुत याद आती है माँ मैं हूँ कौन मुझको बताया था माँ ने मुझे पहला कलमा सिखाया था माँ ने वो चाहती थी मैं कुछ न कुछ बन के आऊँ रब से मिलाती है माँ बहुत याद आती है माँ वो अपने हाथों खिलाती थी मुझको कभी मीठा दूध पिलाती थी मुझको कभी लोरियां भी सुनाती थी मुझको थपक कर सुलाती है माँ बहुत याद आती है माँ बहुत याद आती है माँ अर्ज करना चाह रहा मुसलमान भाइयों सीमा मुनंबी आलू मानने वालों मैं आज तेरे सामने नक्शा खिंच दिता है आज वीरा तू आना जहेज देता हिस्सा कोई नहीं अल्लाह दे नबी कोल भी मसला आया मेरे नबी जनाजा पढ़ाउण खड़े मेरे नबी फरमांदे ने लेना देना ते दसो एक सियाबी खड़ा गया सोनिया मैं दो दिनार लेने आप फरमान देने मैं दा जनाजा नहीं पढ़ाना एक सियाबी खड़ा हो गया आंदा सोनिया तुसी ते मुनाफकां दे जनाजे पढ़ान ली तैयार ए ते मुसलमान कर्जा मैं उतार दांगा जनाजा तुसी पढ़ा दो अगले दिन मेरे नबी ओदे घर गए बेलिया कर्जा उतारिया कहंदा सोनिया नहीं फिर अगले दिन गए संदा सोनिया नहीं फिर अगले दिन गए आंदा सोनिया अज ही तारिया है अज ही कर्जा दिता है मेरे नबी फरमांदे ने अज तेरे भरा दी कबर ठंडी होई दो दिन अग बली है तेरे भरा जेड़ा दो दिनार किसे दे ना दवे ओदी कबर च आगे कबर दुखां दा कर बेटा मोबाइल छोड़ो गुफ्तगु सुनो मेरे सोने मक्खन दुनिया रो रही है तू अपनी दुनिया च बात बड़ी कीमती बात पल्ले बनो बड़े ईमान वाला जुमला कहन लगा है कबर कहंदी है कल्याण अंधेरे बड़े सप बड़े ने ठूए बड़े ने अंधेर कोठली सारे खर्चे तेतर चो लैके आउणी मैं विच सप ठूए जहरी तू पिंतर आवाक नामी दिल पर चाल कोई तू दीवा पाव ले लियावी मैं विच फर्श फरोश न कोई तू फर्श बनावी मेरा फर्श महमल पैसोने वाला तुम्हें कबर में सोना पड़ेगा
अपने आम लिखा जैसा तो वरना हशर में रोना पड़ेगा। जगा जी लगाने की दुनिया नहीं है, ये इबरत की जा है, तमाशा नहीं है। मिले खाक अहले निशा कैसे कैसे, जनेर जमशेद त्यारे च बैठा डीसीओ चित्राल चीमियां दा पुत्र वीरा डीसीए चित्राल दा बैठे ने, डिप्टी कमिश्नर किने किने लोग बैठे ने, विच आन के त्यारा उड्या 46-47 आदमी ने, विच जनाब अमला जहाज दा, पापा मुझे लेने आजो, भैया मुझे लेने आजो, मामा मुझे लेने आजो, पापा मुझे लेने आजो, ड्राइवर मुझे लेने आजो, पार्टनर मुझे लेने आजो, त्यारा पहाड़ी च वज जाओ, लैंड क्रूजर V8 जवाब दे दिता। मिले खाक अहले निशा कैसे कैसे, जमी खा गई आसमां कैसे कैसे। कदी लाहौर जाए ना तो रावी दे कंडे ते मेरे कहते नजर मारनी, इधर चार मीनार नजर आने, मकबरा जहांगीर दे टैलां डिग दिया वे चुल्लू बोल देने। जब मेरे कहते बावलपुर जाए, राणा साहब अगले दिन कहा सी नवाब सादक बावलपुर वाला रियासत का मालक सी, पाकिस्तान की पहली तनखा च उहदा बड़ा हिस्सा है, बड़ा पैसा उन्हें खजाने च पाया सी, वह रियासत का मालक टैलां डिग दिया किथे किधर गए। मेरे भाई ताहर दे वालद चौधरी हरून साहब किधर गए, दरीस साहब किधर गए, शुएब साहब दे वालद दसो जमीन इत्थे छड गए किथे गए। लियासा चौंटिया उन्हूं आखिरी किसी ने इंटरव्यू च पुछया कि तुहानूं केड़ी चीज़ पसंद है, उन्हें कहा जी मैं नासर मदनी नूं सुनना है, मेरी तकरीर अपने डेरे ते कराई केबल ते चलाई, किड्डा वड्डा नां सी फैसलाबाद च, किथे गए। जुल्फकार अली भुट्टो मैं अगले दिन कुरंगी नाजी जुलस्ताने जौहर कराची बैंस टोलनी कई जगह तकरीब कर गया कराची, मैं उसे जनाब वेख्या उन्हें कहा किन्ने रेलवे स्टेशन भुट्टो की जमीन च ने किथे गए। चलिया ओ इनिया जमीन छड गए तू अपनी धी का हक मार के कबर च की कनवेगा कि मैं अपनी धी का हक मार के, ते मिली मैनू 2 फुट 2x6 2x7 है ही तेरी मेरी कबर, 2 फुट ही है ना, ते कईयां नूं भी नसीब नहीं होंदी, नहर च रुड़ के मर जांदे ने, कोई जंगां च मर जांदे ने, कईयां नूं मोढा भी नसीब नहीं होंदा, किस्मत वाले ने जिहड़े भरावां दे मोढ़ियां ते कबरां ते जांदे। ते अज साडा हाल वेख, इन्हां बेटियां दे हक ना मारिया कर। कई फिर मैनू मसले पूछते ने जलसे तो बाद, जी जे बेटियां आप कह असा नहीं लैना, मैं कहो भी ताड़ी करतूत तो वाकब ने, जे ले लिया तो उन्होंने पता साडे मापिया मिलना नहीं, भरावा नहीं मिलना। कई भरां जी भरजाइया दियां ताड़ी फुफी सपनी जे ये वेख ला ना भरावान का हिस्सा लै गई नहीं, भैने सपनी पुकिया इस घर की धी जिन्हें बाप की सूई नहीं कभी गवाचन दी उन्होंने सपनी सपनी ते कहिंदे ने जिहड़ी जिस नूं डंगे उन्हें डंगया नहीं, उन्हें ते ओ हक लिया जिहड़ा मुहम्मद मुस्तफा ने दिता है सल्लल्लाहु। बोलो किन्ने हक दिता, मुस्तफा ने दिता। मगर अज पिंडां ते शहरां च वेख लो किन्ने मेरे वीरां दात्री है। मैं पंजाबी च हुण गल समझाउण लगा है, माचिस की डब्बी च 100 तील होएगी 80 होएगी, लिख लिया जे मसला हुण ध्यान नाल, हजरत साहब भी बैठे जांदे सल्तिया फतवा भी ले लिया जे कि मदनी साहब ने मसला कीता है बेटी बेटे दे मामले च बीवी दे मामले च। सुनिया जे एक माचिस की डब्बी फड़ के बंदा कह दवे लै पुत तेनू दिती ते दूजिया नू ना दवे, उस डब्बी नू जन्म जान वास्ते डब्बी काफ़ी, इस बंदे नू जन्म जान लिया डब्बी काफ़ी। क्यों? अल्लाह ने कहा। एक सहाबी आया मुस्तफा कोल कहिंदा सोहणिया मैं सारी जायदाद इस्लाम नू वक्फ करूं। आपनू मैं ना सिर्फ तू अपना हिस्सा वक्फ कर सकना, तू अपने वारसा नू फकीर करना चाहुंदा।
ਸਾਡੇ ਵਰਗਾ ਮੌਲਵੀ ਹੁੰਦਾ ਤਾਂ ਆਹ ਯਾਰ ਮੌਲਵੀ ਤਾਹਰ ਰੂਮ ਕੋ ਚੱਲਨੇ ਵਕੀਲ ਕੋ ਨੂੰ ਅੰਗੂਠੇ ਲਵਾ, ਤੇਰੇ ਮਰਨ ਤੋਂ ਬਾਅਦ ਹੀ ਦੱਸਾਂਗੇ ਇਹ 73 ਟੀਬੀ ਦੀ ਮਸੀਤ ਦੇ ਨਾਂ ਹੈ। ਜਿਸ ਬੰਦੇ ਦੀ ਲਾਦ ਨਹੀਂ ਗਈ ਅਕਸਰ ਮੌਲਵੀ ਉਹਨੂੰ ਇਹ ਗੱਲ ਕਹਿੰਦੇ ਵੀ ਤੂੰ ਮਸੀਤ ਦੇ ਨਾਂ ਲਾ ਦੇ। ਇਹਨਾਂ ਮੌਲਵੀਆਂ ਨੂੰ ਕਿਆਮਤ ਨੂੰ ਪੁੱਛ ਹੋਣੀ ਹੈ ਕਿ ਜਿਹੜੇ ਉਹਦੇ ਭਰਾ ਨੇ ਜਿਹਨਾਂ ਸਾਂਭਿਆ ਜਿਹਨਾਂ ਨੂੰ ਨੱਪਿਆ ਉਹਨਾਂ ਦਾ ਵੀ ਹੱਕ ਬਣਦਾ ਉਹਦੀ ਜਯਾ ਦਾ। ਸ਼ਰੀਅਤ ਨੇ ਕਿਹਾ ਔਲਾਦ ਨਾ ਹੋਵੇ, ਉਹਦੇ ਭਰਾ ਵੀ ਸੀ ਤੇ ਸਾਡੇ ਆਉਂਦੇ ਨੇ ਮੈਂ ਹੱਥੀ ਕਿਸੇ ਨੂੰ ਫੂਕ ਜਾਣੀ ਹੈ ਤੁਹਾਨੂੰ ਨਹੀਂ ਹਿੱਸਾ ਚੱਲਿਆ, ਆਪਣੀ ਕਬਰ ਹੀ ਬਾਲ ਲਈ ਜੋ ਮਰਜ਼ੀ ਕਰ, ਜਿਹੜੀ ਅੱਲਾ ਨੇ ਰੀਤ ਬਣਾਤੀ ਉਹ ਤੈਨੂੰ ਕਰਨੀ ਪੈਣੀ, ਜਿਹੜੀ ਮੁਸਤਫਾ ਨੇ ਬਣਾਈ ਕਰਨੀ ਪੈਣੀ। ਮੈਂ ਤਾਂ ਇੱਥੋਂ ਤੱਕ ਵੀ ਪੜਿਆ ਕਮੋ ਪੇਸ਼ ਗਲਤੀ ਵੀ ਹੋ ਸਕਦੀ ਹੈ, ਪੁੱਛ ਲਿਆ ਜੇ ਕਿਸੇ ਹੋਰ ਮੌਲਵੀ ਨੂੰ, ਜਿਹੜੀ ਔਰਤ ਦੀ ਔਲਾਦ ਨਹੀਂ ਬੰਦੇ ਦੀ ਔਲਾਦ ਨਹੀਂ, ਅੱਗੇ ਔਰਤ ਦਾ ਅੱਠਵਾਂ ਹਿੱਸਾ ਹੁੰਦਾ ਹੈ ਉਹ ਫਿਰ ਹਾਫ ਆਫ ਚੌਥਾ ਹਿੱਸਾ ਬੀਵੀ ਦਾ ਹੋ ਜਾਂਦਾ ਜਿਸ ਬੰਦੇ ਦੀ ਔਲਾਦ ਨਾਲ। ਤੇ ਸਾਡੇ ਮਸਲੇ ਜਨਾਬ ਜੀ ਪੁੱਛ ਲਓ ਜੀ, ਇਹਦੇ ਪਹੁੰਚੇ ਕੋ ਨੀਵੇਂ ਨੇ, ਇਹਦੀ ਦਾੜੀ ਕੋ ਕੱਟੀ ਹੈ, ਇਹ ਬੰਦਾ ਹੱਥ ਕਿੱਥੇ ਬੰਨਦਾ, ਤੇ ਜਿਹੜੀ ਆਪਣੀ ਪੀੜ੍ਹੀ ਥੱਲੇ ਗੰਦ ਵਾੜੇ ਉੱਥੇ ਕੋਈ ਡਾਂਗ ਨਹੀਂ ਫਿਰਦਾ। ਹਾਂ ਉੱਥੇ ਵੀ ਗੱਲ ਕਰ, ਜੋ ਮੁੱਲਾ ਤੇ ਸਾਲਚੀ ਦੋਵਾਂ ਦੀ ਕੋ ਚਿੱਤ ਲੋਕਾਂ ਨੂੰ ਕਰਨ ਚਾਲ ਨੇ ਤੇ ਆਪ ਮੇਰੇ ਵਿੱਚ, ਉਹ ਮੇਰੀ ਜ਼ਾਤੀ ਗਲਤੀ ਕੋਈ ਗੁਨਾਹ ਹੈ ਨਾ ਜਿਹਦੇ ਨਾਲ ਮੁਆਸ਼ਰੇ ਨੂੰ ਕੋਈ ਨੁਕਸਾਨ ਨਹੀਂ, ਉਹ ਅੱਲਾ ਨੇ ਮੇਰੇ ਕੋਲ ਜਵਾਬ ਲੈਣਾ, ਆਪਣੀ ਰਹਿਮਤ ਤਾਂ ਮਾਫ਼ ਕਰਨਾ। ਜਿਹੜਾ ਮੈਂ ਮੁਆਸ਼ਰਾਤੀ ਗੁਨਾਹ ਕਰਾਂਗਾ ਨਾ ਜਿਹਦੇ ਨਾਲ ਉਮਤ 'ਚ ਵਿਗਾੜ ਪੈਦਾ ਹੋਵੇ ਉਹ ਅੱਲਾ ਨੇ ਮਾਫ਼ ਨਹੀਂ ਕਰਨਾ। ਕਿਉਂ ਜੀ ਬੇਟੀ ਦਾ ਹਿੱਸਾ ਨਾ ਦੇਣਾ ਪੂਰੇ ਇਸਲਾਮ ਦੀ ਬਿਸਤੀ ਹੈ ਕਿ ਨਹੀਂ? ਵੀ ਜਿਨ੍ਹਾਂ ਦੇ ਨਬੀ ਨੇ ਮੱਕੇ 'ਚ ਬੇਟੀਆਂ ਨੂੰ ਜ਼ਿੰਦਾ ਦਰਾਂ ਗੌਰ ਕਰਨ ਤੋਂ ਮਨ੍ਹਾ ਕੀਤਾ ਹੈ, ਅਤੇ ਉਸ ਨਬੀ ਦੀ ਉਮਤ ਅੱਜ ਧੀਆਂ ਦੇ ਹੱਕ ਮਰਨ ਲੱਗ ਇੰਨੇ ਬੈਠੇ ਨੇ। ਕਿੰਨਿਆਂ ਨੇ ਕਦੀ ਆਪਣੇ ਜਵਾਈ ਨੂੰ ਫੋਨ ਕਰਕੇ ਕਿਹਾ ਹੋਵੇ ਪੁੱਤਰ ਆ ਜਾਓ ਮੇਰੇ ਕੋਲ ਬੂਠੇ ਲਵਾ ਲਓ, ਬਲਕਿ ਜਵਾਈ ਹਿੱਸਾ ਮੰਗ ਲਵੇ ਤੇ ਆਉਂਦੇ ਨੇ ਸਾਨੂੰ ਪਹਿਲਾਂ ਹੀ ਪਤਾ ਸੀ ਨਾ। ਅਤੇ ਜਿਹੜੇ ਪੋਤਰਿਆਂ ਦੇ ਨਾਲ ਆਉਣਾ ਉਹਨਾਂ ਦੇ ਤੇਰੀ ਮੰਜੀ ਲੱਗੇ, ਇੱਕ ਰੋਟੀ ਇੱਕ ਆਲੂ ਇੱਕ ਬੋਟੀ ਰੱਖਿਆ ਹੁੰਦਾ ਫਕੀਰਾਂ ਤਰ੍ਹਾਂ, ਅਤੇ ਦੱਸਦੇ ਵੀ ਨਹੀਂ ਕਿ ਰੋਟੀ ਖਾ ਲਈ, ਕੀੜੀਆਂ ਚੜੀਆਂ ਝਾੜ ਕੇ ਖਾਣਾ, ਆਹ ਤੈਨੂੰ ਅੱਲਾ ਨੇ ਦੁਨੀਆਂ 'ਚ ਵਿਖਾ ਦਿੱਤਾ। ਅਤੇ ਡੰਗਰਾਂ ਵਾਲੀ ਹਵੇਲੀ 'ਚ ਮੰਜੀ ਡਾਉਂਦੇ ਨੇ ਅਤੇ ਧੀਆਂ ਹਿੱਸਾ ਨਾ ਵੀ ਲੈਣ ਅਤੇ ਫਿਰ ਵੀ ਬਿਮਾਰ ਦੀ ਮੰਜੀ ਆਪਣੇ ਘਰ ਲੈ ਲੈਂਦੀਆਂ, ਇਹ ਹੀ ਧੀ। ਹਾਂ ਮੇਰੇ ਵੀਰੋ ਲਿਖ ਲਓ ਗੱਲ, ਬੜੀ ਕੀਮਤੀ ਬਾਤ ਹੈ। ਇੱਥੇ ਜਨਾਬ ਮੁੰਡਿਆਂ ਦਾ ਹਾਲ, ਕੁੜੀ ਹੋਣ ਵਾਲੀ ਹੋਵੇ ਜਾਂ ਪੈਦਾ ਹੋ ਜਾਵੇ ਤਾਂ ਹਸਪਤਾਲ 'ਚ ਵੜਦੇ ਹੀ ਨਹੀਂ, ਵਾਰਡ 'ਚ ਨਹੀਂ, ਮੇਰੀ ਤਬੀਅਤ ਖਰਾਬ ਹੈ ਮੈਂ ਕੰਮ 'ਤੇ ਚਲਾਉ, ਮਾਂ ਨੂੰ ਕਹਿੰਦੇ ਨੇ ਤੂੰ ਇਹਦਾ ਖਿਆਲ ਰੱਖ। ਅਤੇ ਮੁੰਡਾ ਪੈਦਾ ਹੋਵੇ ਨਾ ਤਾਂ ਅੰਦਰ ਕਮਰੇ 'ਚ ਜਾਂਦੇ ਨੇ ਜਿੱਥੇ ਬੱਚਾ ਹੁੰਦਾ ਨਾ ਨਾਲ ਬੈਠਾ, ਜਨਾਬ ਜੀ ਸੁਣ ਲਓ, ਨਾਲ ਬੇਗਮ ਬੈਡ 'ਤੇ ਬੱਚਾ ਪਾਇਆ ਹੁੰਦਾ, ਆਪ ਕੈਸੀ ਹੈ, ਤਬੀਅਤ ਠੀਕ ਹੈ, ਆਪਕੇ ਲਈ ਕੁਛ ਲਾਉ, ਮੈਂ ਆ ਛੁੱਟੀ ਕਰ ਲਈ ਆਪਕੇ ਲਈ, ਉੱਥੇ ਛੁੱਟੀ ਕਰ ਲਈ ਚੱਲਿਆ। ਕਾਫਰ ਧੀਆਂ ਦਾ ਸੁਣ ਕੇ ਚਿਹਰਾ ਸਿਆਹ ਕਰਨ ਤੇ ਉਹ ਕਾਫਰ, ਤੇ ਤੂੰ ਚਿਹਰਾ ਸਿਆਹ ਕਰੇ ਹੈ। ਜ਼ੱਲਾ ਵਜਹੁ ਮਸਵਦਨ ਫਹੁਆ ਕਜ਼ੀਮ, ਅੱਲਾ ਨੇ ਕਿਹਾ ਜਦੋਂ ਬੇਟੀਆਂ ਦਾ ਸੁਣਦੇ ਸੀ ਉਹਨਾਂ ਦੇ ਚਿਹਰੇ ਜਨਾਬ ਜੀ ਸਿਆਹ ਪੈ ਜਾਂਦੇ ਸੀ, ਤੇ ਅੱਜ ਕਿੰਨੇ ਹੋ ਰਹੇ। ਅੱਜ ਜੇ ਕੁੜੀ ਸੱਸ ਲਜਾਏਗੀ ਨਾ ਅਲਟਰਾਸਾਊਂਡ ਕਰਾਉਣ ਤੇ ਜਾ ਕੇ ਫਿਰ ਰਾਜ ਪੁੱਛੇਗੀ, ਜੂਸ ਪਿਲਾਓ ਬਹੂ, ਜੂਸ ਪਿਲਾਓ, ਤਿੰਨ ਸਾਤ ਦਿਨ ਚੜ੍ਹਿਆ। ਤੇ ਜਦੋਂ ਆਉਂਦਿਆਂ ਪਤਾ ਲੱਗ ਜੂ ਨਾ ਕੁੜੀ, ਫਿਰ ਸਾਰੇ ਰਾਹ ਉਹਨੇ ਪਾਣੀ ਨਹੀਂ ਪੁੱਛਣਾ, ਉਹਦੀ ਆਲਾ ਵੀ ਮਰ ਜੇ, ਵੀ ਮਰ ਜੇ, ਬਸ ਮਰ ਜਾ। ਇਹ ਤਾਂ ਸਾਡੀਆਂ ਮਾਵਾਂ ਦਾ ਹਾਲ ਹੈ ਪਾਕਿਸਤਾਨ, ਜਿਹੜੀ ਬਹੂ ਧੀਆਂ ਜੰਮੇ। ਇੱਕ ਮੈਨੂੰ ਬੇਟੀ ਦਾ ਫੋਨ ਆਇਆ ਫਜ਼ੂਲ ਕਰਨ ਸਾਹਿਬ, ਕਹਿੰਦੀ ਮਦਨੀ ਸਾਹਿਬ ਤੁਸੀਂ ਕੁੜੀਆਂ ਨਾਲ ਗੱਲ ਨਹੀਂ ਕਰਦੇ ਪਰ ਅੱਲਾ ਵਾਸਤੇ ਮੇਰੀ ਇੱਕ ਗੱਲ ਸੁਣ ਲਓ। ਮੈਂ ਭੈਣ ਸੁਣਾ, ਤੇ ਕਹਿੰਦੀ ਹੈ ਮੇਰੀਆਂ ਚਾਰ ਬੇਟੀਆਂ ਤੇ ਸੱਸ ਆਉਂਦੀ ਹੈ, ਇੱਕ ਕਲੈਣੀ ਧੀਆਂ ਹੀ ਜੰਮੀ ਆਉਂਦੀ। ਤੇ ਮੈਂ ਕਿਹਾ ਤੂੰ ਇੱਕ ਗੱਲ ਉਹਨੂੰ ਕਹਿ ਦੀ, ਤੂੰ ਕਿਹੜਾ ਮਾਈ ਮੁੰਡਾ ਬਣ ਕੇ ਜੰਮੀ ਸਾ, ਤੂੰ ਵੀ ਕਿਸੇ ਕਰਤੀ ਹੀ ਜੰਮੀ ਸੀ ਮੇਰੇ ਕਹਿਣ ਤੇ। ਮੈਂ ਕਹਿ ਦੇਵੇ ਤੇ ਨਾਲ ਨਾਲ ਲੈ ਲਵੀ ਵੀ ਨਾਸਰ ਮਦਨੀ ਨੇ ਮਸਲਾ ਦੱਸਿਆ ਸੀ, ਕਿ ਕਹਿ ਦੇਵੀ ਆਪਣੀ ਸੱਸ ਨੂੰ ਵੀ ਤੂੰ ਵੀ ਕਿਸੇ ਘਰ ਬੇਟੀ ਪੈਦਾ ਹੋਈ ਸੀ, ਤੂੰ ਵੀ ਕਿਸੇ ਦੇ ਘਰ 'ਚ ਧੀ ਬਣ ਕੇ ਆਈ ਸਨਾ, ਜੇਕਰ ਮੇਰੀਆਂ ਬੇਟੀਆਂ ਨੂੰ ਬੋਝ ਸਮਝਣੀ ਹੈ ਤਾਂ ਤੂੰ ਵੀ ਕਿਸੇ ਦੀ ਬੋਝ ਹੀ ਸੀ। ਕਿਉਂ ਵੀ ਕਲਮਾ ਪੜੋ, ਕਦੀ ਕਿਸੇ ਬੇਲੀ ਨੇ ਫੋਨ ਕੀਤਾ ਕਿ ਯਾਰ ਮੇਰੇ ਘਰ ਧੀ ਪੈਦਾ ਹੋਈ ਤੇਰੀ ਭਤੀਜੀ, ਕੀਤਾ? ਬੰਦੇ ਨੂੰ ਪਤਾ ਲੱਗਦਾ ਬਾਹਰੋਂ ਆਉਂਦਾ ਉਹ ਧੀ ਪੈਦਾ ਹੋਈ, ਮੈਨੂੰ ਦੱਸਿਆ ਨਹੀਂ, ਉਹ ਧੀਆਂ ਦਾ ਵੀ ਕੋਈ ਦੱਸੀ ਦਾ। ਤੇ ਫਿਰ ਗੱਲ ਘੁੱਟ ਕੇ ਉਂਝ ਰੋੜਿਆ ਕਿਸੇ ਸੇਮੇ, ਮੁੰਡਿਆਂ ਵਾਰੀ ਜਨਾਬ ਫੋਨ ਕਰੀ ਆਉਣਗੇ, ਤੂੰ ਚਾਚਾ ਬਣ ਗਿਆ, ਤੂੰ ਤਾਇਆ ਬਣ ਗਿਆ, ਤੇ ਮਠਿਆਈਆਂ ਲੈ ਕੇ ਭੱਜੇ ਫਿਰਨ।
ਤੇ ਧੀਆਂ ਵਾਰੀ ਅੱਲਾ ਜਾਂਦਾ ਧੀ ਬਿਮਾਰ ਹੋਵੇ ਨਾ ਤੇ ਆਂਦੇ ਨੇ ਸਵੇਰੇ ਲੈ ਜਾਂ ਵਧੀ ਨੂੰ ਢੋ ਬੜੇ ਤੇ ਮੁੰਡਾ ਬਿਮਾਰ ਹੋਵੇ ਹਾਂ ਪੇਸ਼ੀ ਉੱਤੇ ਤੇ ਜਨਾਬ ਇਹਨਾਂ ਨੇ ਜੁੱਤੀ ਵੀ ਨਹੀਂ ਵੇਖਣੀ ਫੜ ਕੇ ਉਸੇ ਵੇਲੇ ਤੇ ਐਨ ਲਾਈਟ ਪਹੁੰਚ ਜਾਣਾ ਸੀਦ ਫਾਤਮਾ ਪਹੁੰਚ ਜਾਣਾ ਪਤਾ ਇਹ ਕਰਦਾਰ ਨੇ ਸਾਡੇ ਮੁਸਲਮਾਨ ਤੇ ਜੀ ਨਬੀ ਪਾਕ ਦੇ ਦੌਰ 'ਚ ਜੀ ਧੀਆਂ ਜ਼ਿੰਦਾ ਨੱਪ ਦਿੰਦੇ ਸੀ ਆਹ ਸੁਣਿਆ ਜੀ ਹੁਣ ਕੱਲ੍ਹ ਜਿਹੜਾ ਮੁੰਡਿਆਂ ਦਾ ਆਪਰੇਸ਼ਨ ਕਰ ਲਿਆ ਨਾ ਕਿੰਨੇ ਬੰਦੇ ਵਾਅਦਾ ਕਰਦੇ ਜੇ ਬੇਟੀ ਹੋਵੇ ਬੇਟਾ ਹੋਵੇ ਆਪਣੀ ਬੇਗਮ ਨੂੰ ਜੀ ਕਰਕੇ ਪੁੱਛਣਾ ਹੈ ਆਪ ਕੀ ਤਬੀਅਤ ਠੀਕ ਹੈ ਚੱਲਿਆ ਜਾਨ ਦੀ ਬਾਜ਼ੀ ਲਾ ਕੇ ਪੁੱਤਰ ਜੰਮਿਆ ਜਾਨ ਦੀ ਬਾਜ਼ੀ ਲਾ ਕੇ ਧੀ ਜੰਮੀ ਨਬੀ ਪਾਕ ਨੇ ਫਰਮਾਇਆ ਔਰਤ ਬੱਚਾ ਜੰਮਦਾ ਮਰ ਜਾਵੇ ਤੇ ਮੇਰੇ ਮੁਸਤਫਾ ਨੇ ਫਰਮਾਇਆ ਅੱਲਾ ਸ਼ਹਾਦਤ ਦਾ ਰੁਤਬਾ ਲਿਖ ਦਿੰਦਾ ਤੇ ਤੂੰ ਉਹਦਾ ਦਿਲ ਜਨਾਬੇ ਸਗੋਂ ਉਹਨੂੰ ਸਗੋਂ ਦਿਲ ਜੋਈ ਕਰਨ ਦੀ ਬਜਾਏ ਬਿਸਤ ਕਰਨਾ ਤੁਸੀਂ ਅਕਸਰ ਵੇਖ ਲੈ ਲਓ ਜੀ ਤੁਹਾਨੂੰ ਕਸਮ ਜੇ ਮੇਰੇ ਕਹਿਣ 'ਤੇ ਨਾ ਤੁਸੀਂ ਇੱਕ ਨਾ ਜ਼ਰੂਰ ਵੇਖਣਾ ਜਿਹੜੀ ਔਰਤ ਘਰ ਧੀ ਪੈਦਾ ਹੋਵੇ ਪਹਿਲੇ ਦਿਨ ਉਹਦਾ ਚਿਹਰੇ ਦੇ ਰੰਗਤ ਵੇਖਣੀ ਚੁੱਪ ਕਰੇ ਬੱਚੇ ਗੁਫ਼ਤਗੋ ਉਹਦਾ ਚਿਹਰਾ ਵੇਖਣਾ ਜਿਹੜੀ ਤੁਹਾਡੀ ਮਹਿਰਮ ਰਿਸ਼ਤਾ ਗੈਰ ਮਹਿਰਮ ਦਾ ਨਹੀਂ ਜਿਹਦੇ ਨਾਲ ਤੁਹਾਡੀ ਸ਼ਾਦੀ ਨਹੀਂ ਨਾ ਹੋ ਸਕਦੀ ਅਤੇ ਇੱਕ ਚਿਹਰਾ ਉਹ ਵੇਖਣਾ ਜਿਹਦੇ ਘਰ ਪੁੱਤਰ ਹੋਇਆ ਉਹਦੀ ਰੰਗਤ ਵੇਖਿਆ ਜੀ ਕਿਉਂਕਿ ਰੰਗ ਹੀ ਉੱਡੇ ਹੁੰਦੇ ਨੇ ਨਾ ਸੱਸ ਨੇ ਮੂੰਹ 'ਤੇ 12 ਵਜੇ ਨਨਾਣਾ ਦੇ ਮੂੰਹ 'ਤੇ 13 ਵਜੇ ਜਿਹੜੀਆਂ ਆਪ ਅਗਾ ਜਾ ਕੇ ਜੰਮ ਨਨਾਣਾ ਧੀ ਵੇਖ ਕੇ ਅਤੇ ਮੂੰਹ 'ਤੇ 13 ਵਜਾ ਲੈਂਦੇ ਮੈਂ ਕਹਾਂਗਾ ਨਿੰਦਾ ਨੂੰ ਮੇਰੀਆਂ ਭੈਣਾਂ ਨੋਟ ਕਰ ਲੈਣ ਭਰਜਾਈ ਘਰ ਧੀ ਹੋਵੇ ਅਤੇ ਉਹਨੂੰ ਖੁਸ਼ ਹੋ ਕੇ ਮਿਲਿਆ ਤੂੰ ਵੀ ਔਰਤ ਦਾ ਅਤੇ ਤੇਰੇ ਘਰ ਵੀ ਪੈਦਾ ਹੋ ਸਕਦਾ ਬੋਲੋ ਧੀਆਂ ਪੁੱਤਰਾਂ ਦੇ ਲਾਇਸੈਂਸ ਕਿਸੇ ਕੋਲ ਹੈਗੇ ਹਜ਼ਰਤ ਦਾਊਦ ਅਲੈਹਿ ਸਲਾਮ 80 ਪੁੱਤਰਾਂ ਦੇ ਬਾਪ ਸਨ ਕਿੰਨੇ ਹਜ਼ਰਤ ਦਾਊਦ ਅਲੈਹਿ ਸਲਾਮ ਦੇ 80 ਪੁੱਤਰ ਸੀ ਤੇ ਉਹਨਾਂ ਵਿੱਚੋਂ ਇੱਕ ਪੁੱਤਰ ਹੈ ਸੁਲੇਮਾਨ ਜਿਹਨੂੰ ਅੱਲਾ ਨੇ ਨਬੂਵਤ ਵੀ ਦਿੱਤੀ ਏ ਤੇ ਬਾਦਸ਼ਾਹੀ ਕਿੱਡੀ ਵੱਡੀ ਉਹਦੀ ਬਾਦਸ਼ਾਹੀ 'ਚ ਸੂਰਜ ਚੜ੍ਹਦਾ ਤੇ ਉਹਦੀ 'ਚ ਡੁੱਬ ਜਾਂਦਾ ਹੈ ਤੇ ਮੰਗੀ ਵੀ ਕਹਿ ਕੇ ਅੱਲਾ ਮੇਰੇ ਵਰਗੀ ਕਿਸੇ ਨੂੰ ਬਾਦਸ਼ਾਹੀ ਨਾ ਮਿਲੇ ਤੇ ਪੁੱਤ ਵੀ ਕੋਈ ਨਹੀਂ ਧੀ ਵੀ ਕੋਈ ਨਹੀਂ ਤੇ 100 ਬੀਵੀਆਂ ਦਾ ਖਾਮਦ ਨਬੀ ਹੈ ਹਜ਼ਰਤ ਸੁਲੇਮਾਨ ਦੀਆਂ ਕਿੰਨੀਆਂ ਬੀਵੀਆਂ ਸੀ 100 ਤੇ ਇੱਥੇ ਹੁਣ ਸੱਸਾਂ ਆਪ ਆਉਂਦੀਆਂ ਪੁੱਤ ਤੇਰੀ ਬੀਵੀ ਕਰ ਲਾਦ ਨਹੀਂ ਆਉਣੀ ਦੂਜੀ ਸ਼ਾਦੀ ਕਰ ਲਾਓ ਇਹਦੀ ਬੇਇੱਜ਼ਤੀ ਕਰਾਂਗੇ ਉਹਦੀ ਇੱਜ਼ਤ ਕਰਾਂਗੇ ਭੈਣੇ ਉਹਨੇ ਕਿਹੜੇ ਔਲਾਦ ਦੇ ਪਰਮਣ ਲੈ ਕੇ ਆਉਣੇ ਨੇ ਤੇ ਜੇ ਰੰਨਾ ਕਿਤੇ ਔਲਾਦ ਲੱਭਦੀ ਹੁੰਦੀ ਸੁਲੇਮਾਨ ਨਬੀ ਦੀਆਂ 100 ਬੀਵੀਆਂ ਨੇ ਪੁੱਤ ਵੀ ਕੋਈ ਨਹੀਂ ਤੇ ਧੀ ਵੀ ਕੋਈ ਨਹੀਂ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਦੀ ਬੀਵੀ ਹਾਜਰਾ ਮਗਰੋਂ ਆਈ ਅੱਲਾ ਨੇ ਖੈਰ ਪਹਿਲੋਂ ਪਾ ਦਿੱਤੀ ਤੇ ਮਾਈ ਸਾਰਾ 99 ਸਾਲ ਦੀ ਹੋ ਗਈ ਪੁੱਤ ਵੀ ਕੋਈ ਨਹੀਂ ਧੀ ਵੀ ਕੋਈ ਇਹ ਕਿਹਦੇ ਕੋਲ ਫੈਸਲੇ ਹੱਥ ਖੜੇ ਕਰਕੇ ਜ਼ਰਾ ਦੱਸੋ ਮੈਨੂੰ ਬਹੂ ਦਾ ਕਿਆ ਕਸੂਰ ਹੈ ਬੰਦੇ ਇੱਜ਼ਤ ਨਹੀਂ ਕਰਦੇ ਜਿਹਦੀ ਔਲਾਦ ਨਹੀਂ ਉਹਨੂੰ ਸਗੋਂ ਦੁਖੀ ਕਰਦੇ ਸਗੋਂ ਬੀਬੀਆਂ ਉਹਨੂੰ ਡੀਗ੍ਰੇਡ ਕਰਦੀਆਂ ਸਗੋਂ ਤੇ ਦਿਲ ਜੋਈ ਕਰਨ ਦੀ ਬਜਾਏ ਆ ਮੁਸਤਫਾ ਵੇਖਿਆ ਜੇ ਕਿੰਨੀ ਦਿਲ ਜੋਈ ਕਰਦੇ ਸੁਣਿਆ ਜੇ ਲੋਕੋ ਤੂੰ ਤੇ ਆਪਣੀ ਬਹੂ ਨੂੰ ਦਿਲ ਜੋਈ ਦਿਲਾਸਾ ਨਹੀਂ ਨਾ ਦਿੰਦਾ ਤੇ ਇਹ ਮਸਲਾ ਸੁਣਨ ਵਾਲਾ ਹਫਜ਼ੁਲ ਕਰਨ ਸਾਹਿਬ ਨਬੀ ਪਾਕ ਕਿੰਨੀ ਦਿਲ ਜੋਈ ਕਰਦੇ ਸੀ ਛੋਟੇ ਤੋਂ ਛੋਟੇ ਦੀ ਬਹੂ ਤੇ ਘਰ ਦੀ ਬੜਾ ਵੱਡਾ ਹਿੱਸਾ ਹੈ ਨਾ ਇੱਜ਼ਤ ਵੀ ਹੈ ਤੇ 8ਵੇਂ ਹਿੱਸੇ ਦੀ ਮਾਲਕ ਵੀ ਬੋਲੋ ਤੇਰੇ ਘਰ ਦੇ 8 ਫੁੱਟ ਹੋਣ ਨਾ ਤੇ ਵਿੱਚੋਂ ਕਾਰ ਲੱਗੇ ਤੇ ਜੇ ਉਹ 1 ਫੁੱਟ 'ਚ ਹਿੱਸੇ 'ਚ ਮਾਰ ਲੈਣਾ ਕੰਧ ਤੇਰੀ ਕਾਰ ਲੰਘ ਸਕ ਐਨੀ ਹਸੀਅਤ ਹੈ ਬਹੂ ਦੀ ਹਜੇ ਨਿਕਾਹ ਪੜੇ ਆਪਣੇ ਘਰ ਬੈਠੀ ਤੇਰੇ ਜਾਇਦਾਦ ਦੀ ਹਿੱਸੇਦਾਰ ਬਣ ਗਈ ਹਜੇ ਬੱਚਾ ਨਹੀਂ ਜੰਮਿਆ ਨਾ ਬੱਚੀ ਜੰਮੀ ਤੇ ਚੱਲਿਆ ਤੂੰ ਇਸ ਬਹੂ ਨੂੰ ਸਮਝਿਆ ਇਸ ਧੀ ਨੂੰ ਸਮਝਿਆ ਇਹ ਸੁਣਿਆ ਜੇ ਲਫ਼ਜ਼ ਬੜਾ ਕੀਮਤੀ ਮੇਰੇ ਮੁਸਤਫਾ ਨੂੰ ਪਤਾ ਲੱਗਾ ਕਹਿੰਦੇ ਨੇ ਸੋਹਣਿਆ ਹਜ਼ਰਤ ਉਮੈਰ ਰਜ਼ੀ ਅੱਲਾਹੁ ਤਾਲਾ ਛੋਟਾ ਜਿਹਾ ਸਿਆਬੀ ਹੈ ਕਹਿੰਦੇ ਨੇ ਸੋਹਣਿਆ ਉਮੈਰ ਦਾ ਤੋਤਾ ਫੌਤ ਹੋ ਗਿਆ ਉਮੈਰ ਕਿਸੇ ਨਾਲ ਗੱਲ ਨਹੀਂ ਕਰਦਾ ਮੈਰ ਖਾਂਦਾ ਵੀ ਨਹੀਂ ਪੀਂਦਾ ਵੀ ਨਹੀਂ ਤੋਤਾ ਰੱਖਿਆ ਸੀ ਮਰ ਗਿਆ ਹੈ ਬੱਚਿਆਂ ਨੂੰ ਪਿਆਰ ਹੁੰਦਾ ਨਾ ਸਾਡੇ ਵਰਗੇ ਮੁਫਤੀ ਹੁੰਦੇ 2019 ਮਾਡਲ ਤੇ ਪੁੱਛਦੇ ਸੋਹਣਿਆ ਤੋਤਾ ਰੱਖਣਾ ਜਾਇਜ਼ ਕਿਸੇ ਦੇ ਗਮ 'ਚ ਸ਼ਰੀਕ ਹੋਣ ਦੀ ਬਜਾਏ ਨਾ ਅਸੀਂ ਫਤਵੇ ਪੁੱਛਣ ਲੱਗ ਪਏ ਫਤਵੇ ਪੁੱਛਣ ਇਹ ਸੁਣਿਆ ਜੇ ਅਸੀਂ ਤੇ ਆਪਣੀ ਬਹੂ ਦੀ ਦਿਲ ਜੋਈ ਨਹੀਂ ਕਰ ਸਕਦੇ ਬੀਵੀ ਦੀ ਦਿਲ ਜੋਈ ਨਹੀਂ ਕਰ ਸਕਦੇ ਬੇਟੀ ਪੈਦਾ ਹੋਵੇ ਉਹਨੂੰ ਦਿਲਾਸਾ ਨਹੀਂ ਦੇ ਸਕਦੇ ਬਜਾਏ ਉਹਨੂੰ ਜਨਾਬ ਪਰੇਸ਼ਾਨ ਕਰ ਲਏ ਇੱਕ ਮੌਤ ਦੀ ਕਸਮ ਕਸ ਚੋਂ ਬਾਹਰ ਨਿਕਲੀ ਹੁੰਦੀ ਹੈ ਯਾਨੀ ਨਵੀਂ ਜ਼ਿੰਦਗੀ ਉਹਨੂੰ ਮਿਲੀ ਹੁੰਦੀ ਉਲਟਾ ਸੀ ਉਹਨੂੰ ਹੋਰ ਜ਼ਲੀਲ ਕਰ ਇਹਦੇ ਨਾਲ ਤੂੰ ਮਰਗੀ ਚੰਗੀ ਸੀ ਜਿੰਦਾ ਲਾਸ਼ ਬਣਾ ਦਿੱਤਾ ਹੀ ਤੂੰ ਔਰਤ ਐ ਸੁਣੀ ਮੇਰੇ ਨਬੀ ਪਰਮਾਨਦੇ ਨੇ ਚਲੋ ਮੈਰ ਦੇ ਘਰ ਚੱਲੀਏ ਉਹਦੇ ਤੋਤੇ ਦੀ ਤਜ਼ੀਅਤ ਕਰ ਆਈਏ ਤੋਤੇ ਦੀ ਤਜ਼ੀਅਤ ਕਰਨਾ ਮਕਸਦ ਨਹੀਂ ਸੀ
ਉਮਤ ਨੂੰ ਦੱਸਿਆ ਹੈ ਕਿ ਨਬੀਆਂ ਦੇ ਸਰਦਾਰ ਦੀ ਹਾਂ ਇੱਕ ਆਮ ਜੇ ਸਿਹਾਬੀ ਦੇ ਗਮ ਦੀ ਕਿੰਨੀ ਅਸੀਅਤ ਮੁਸਤਫਾ ਉਹਦੇ ਗਮ 'ਚ ਸ਼ਰੀਕ ਹੋਣ ਵਾਸਤੇ, ਉਹਦੇ ਦੁੱਖ 'ਚ ਉਹਦੀ ਦਿਲ ਜੋਈ ਕਰਨ ਵਾਸਤੇ ਜਾ ਕੇ ਕਹਿੰਦੇ ਨੇ ਉਮੈਰ ਤੇਰਾ ਤੋਤਾ ਸੁਣਿਆ ਬੜਾ ਪਿਆਰਾ ਸੀ, ਸਾਨੂੰ ਵੀ ਬੜਾ ਦੁੱਖ ਹੋਇਆ ਤੇਰੇ ਤੋਤੇ ਦਾ, ਤੋਤਾ ਉਹਨਾਂ ਦੀ ਬੜਾ ਹੀ ਚੰਗਾ ਸੀ ਤੇਰਾ, ਉਮੈਰ ਆਪਾਂ ਤੋਤਾ ਨਵਾਂ ਲੈ ਆਵਾਂਗੇ ਪਰ ਉਹ ਨਹੀਂ ਲੱਭਣਾ ਜਿਹਦੇ ਨਾਲ ਤੈਨੂੰ ਪਿਆਰ ਸੀ, ਕਿਉਂਕਿ ਉਹ ਹੈ ਹੀ ਬੜਾ ਪਿਆਰਾ ਸੀ। ਬੱਚੇ ਦਾ ਕਿੰਨਾ ਦਿਲ ਵਧਾਇਆ ਮੁਸਤਫਾ। ਅਗਲੀ ਗੱਲ ਸੁਣਨ ਵਾਲੀ, ਤਾਰੀਖ ਨੇ ਲਿਖਿਆ ਹੈ ਨਬੀ ਪਾਕ ਦੇ ਬੈਠਿਆ ਬੱਚਾ ਖੇਡਣ ਵੀ ਲੱਗ ਪਿਆ, ਬੱਚਾ ਖਾਣ ਪੀਣ ਵੀ ਲੱਗ ਪਿਆ, ਤੇ ਸਾਡੇ ਸਾਡੇ ਬੱਚੇ ਕਿਉਂ ਸਹਿਮੇ ਸਹਿਮੇ ਰਹਿੰਦੇ, ਪਿਓ ਆਉਂਦਾ ਜਾਏ ਤੇ ਬੱਚੇ ਲੁਕ ਜਾਂਦੇ, ਮੇਰੀ ਮਾਂ ਨੇ ਚੁਗਲੀ ਲਾਉਣੀ ਹੈ ਮੇਰੇ ਬਾਪ ਨੂੰ ਕਹਿਣਾ ਇਹਨੇ ਇੰਜ ਕੀਤਾ, ਕਈ ਬੱਚੇ ਰਜ਼ਾਈਆਂ 'ਚ ਲੁਕ ਕੇ ਸਾਹ ਘੁੱਟ ਕੇ ਮਰ ਜਾਂਦੇ, ਕਈ ਬੱਚੇ ਬੂਹਿਆਂ ਪਿੱਛੇ ਛੁੱਪ ਜਾਂਦੇ, ਕਈ ਮੰਜੀਆਂ ਥੱਲੇ ਵੜ ਜਾਂਦੇ, ਕਈ ਜਨਾਬ ਬੱਚੇ ਘਰੋਂ ਬਾਹਰ ਦੂਸਰੇ ਘਰ ਲੁਕ ਜਾਂਦੇ, ਕਈ ਬੱਚੇ ਸਹਿਮ ਜਾਂਦੇ ਨੇ ਪੂਰਾ ਦਿਨ ਪੂਰੀ ਰਾਤ ਇੱਕ ਨੁੱਕਰ 'ਚ ਵੜੇ, ਲੱਭਦੇ ਵੀ ਨਹੀਂ ਤੇ ਬਾਹਰ ਵੀ ਨਹੀਂ ਨਿਕਲਦੇ ਕਿ ਪਤਾ ਨਹੀਂ ਅੱਜ ਮੇਰੇ ਬਾਪ ਨੇ ਕੀ ਕਹਿਣਾ। ਚੱਲਿਆ ਪੂਰੀ ਦੁਨੀਆਂ ਦੇ ਮਾਹਰੇ ਨਫਸੀਆਤ ਜਿਹਨਾਂ ਦੀ ਮਰਜ਼ ਸ਼ਨਾਸ ਮਨਬ ਸ਼ਨਾਸ ਬੰਦੇ ਲੈ ਆ, ਬੱਚੇ ਕੋਲੋਂ ਕੁਛ ਨਹੀਂ ਤਫਤੀਸ਼ ਕਰ ਸਕਦੇ, ਜਿਹੜਾ ਪਿਆਰ ਨਾਲ ਤੂੰ ਕੰਮ ਕਰਨਾ ਹੈ ਗੋਦੀ 'ਚ ਬਾ ਕੇ ਸਿਰ 'ਤੇ ਹੱਥ ਰੱਖ ਕੇ ਆਖਣਾ ਮੇਰੇ ਪੁੱਤਰ ਇੱਕ ਸ਼ੀਸ਼ਾ ਟੁੱਟਾ ਆਪਾਂ 100 ਨਵਾਂ ਲੈ ਆਵਾਂਗੇ, ਤੇਰੀ ਖੈਰ ਚਾਹੀਦੀ ਹੈ। ਸ਼ੀਸ਼ਾ ਤਾਂ ਲੱਭ ਜਾਏਗਾ, ਪੁੱਤਰ ਲੱਭਦਾ? ਅਸੀਂ ਪਹਿਲਾਂ ਸ਼ੀਸ਼ੇ ਦਾ ਪੁੱਛਣਾ, ਓਏ ਬੇੜਾ ਕਰ ਕਰਤਾ ਹੀ, ਤੈਨੂੰ ਆਖਿਆ ਸੀ ਨਾ ਤੂੰ ਖਾਣਾ ਖਰਾਬ ਕਰਕੇ ਸਾਲ। ਸਾਡੇ ਘਰਾਂ ਦੀਆਂ ਬੋਲੀਆਂ, ਬੀਵੀ ਕੋਲ ਕੋਈ ਸ਼ਾਇਦ ਟੁੱਟ ਜੂ ਨਾ ਤੇ ਉਹ ਬਜਾਏ ਉਹਨੂੰ ਪੁੱਛਣ ਦੇ ਵੀ ਤੂੰ ਬਚ ਗਈ, ਉਹਨੂੰ ਕਹਿੰਦੇ ਤੇਰੇ ਹੱਥ ਟੁੱਟੇ, ਤੇਰੀ ਮਾਂ ਨੇ ਤੈਨੂੰ ਸਿਖਾਇਆ ਕੁਝ ਨਹੀਂ, ਉੱਥੇ ਸੱਸ ਵੀ ਪਾਉਂਦੇ ਨੇ ਸਹੁਰੇ ਵੀ ਪਾਉਂਦੇ, ਤੇ ਪਾਉਂਦੇ ਕਿੱਥੇ ਬਹਿ ਗਏ ਉਹਦੇ ਬੈੱਡ ਤੇ। ਮੈਂ ਕਈਆਂ ਬੰਦਿਆਂ ਨੂੰ ਪੁੱਛਿਆ ਚੌਰੀ ਜੀ ਇਹ ਤੁਹਾਡਾ ਨੌ ਤੇ ਚਲੋ ਭੈੜੀ ਹੈ, ਆਹ ਬੈੱਡ ਕਿਹਦਾ? ਕਹਿੰਦਾ ਜੀ ਮੇਰੀ ਬੀਵੀ ਦੀ। ਮੈਂ ਕਿਹਾ ਮੈਟਰਸ ਕਿਹਦਾ? ਜੀ ਮੇਰੀ ਬੀਵੀ ਦਾ ਹੈ। ਸੋਫਾ ਸੈੱਟ ਮੇਰੀ ਬੀਵੀ ਦਾ ਹੈ। ਤਰਪਾਈ ਸੈੱਟ ਮੇਰੀ ਬੀਵੀ ਦਾ ਹੈ। ਵਾਟਰ ਸੈੱਟ, ਸੂਪ ਸੈੱਟ, ਫਿਰਨੀ ਸੈੱਟ ਜੀ ਮੇਰੀ ਬੀਵੀ ਦਾ ਹੈ। ਚਮਚਿਆਂ ਵਾਲਾ ਸੈੱਟ ਜੀ ਮੇਰੀ ਬੀਵੀ ਦਾ ਹੈ। ਮੈਂ ਕਿਹਾ ਸ਼ੋ ਕੇਸ ਮੇਰੀ ਬੀਵੀ ਦਾ ਹੈ। ਸੇਫ ਅਲਮਾਰੀ ਮੇਰੀ ਬੀਵੀ ਦੀ ਹੈ। ਮੈਂ ਕਿਹਾ ਚੌਰੀ ਸਾਹਿਬ ਐਜ ਕੋਰੀਆ ਦਾ ਕੰਬਲ ਮੇਰੀ ਬੀਵੀ ਦਾ ਹੈ। ਮੈਂ ਕਿਹਾ ਰੰਗੀਲ ਮੰਜੀਆਂ ਮੇਰੀ ਬੀਵੀ ਦੀਆਂ ਹੈ। ਕੂਲ ਐਂਡ ਹੀਟ ਏਸੀ ਮੇਰੀ ਬੀਵੀ ਦਾ ਹੈ। ਐ ਬੜਾ ਜੀ ਟੇਬਲ ਫੈਨ ਮੇਰੀ ਬੀਵੀ ਦਾ ਹੈ। ਮੈਂ ਕਿਹਾ ਚੌਰੀ ਸਾਹਿਬ ਹੈ ਫਲਾਣੀ ਚੀਜ਼ ਜੀ ਮੇਰੀ ਬੀਵੀ ਦੀ ਹੈ। ਤੂੰ ਘੱਟੇ ਦਾ ਚੌਧਰੀ, ਹਰ ਚੀਜ਼ ਬੀਵੀ ਦੀ ਤੂੰ ਚੌਧਰੀ, ਤੇ ਫਿਰ ਧੀਆਂ ਵਾਲਿਆਂ ਦੇ ਸਿਰ ਨਹੀਂ ਵੇ ਤੇਰੇ, ਫਿਰ ਨਾ ਕੁੱਚੇ ਤੂੰ ਦੋ ਕਮਰੇ ਭਰਾ ਕੇ ਧੀਆਂ ਵਾਲਿਆਂ ਕੋਲ, ਫਿਰ ਗੈਰਤਮੰਦ ਤੇ ਧੀਆਂ ਵਾਲੇ ਦੋ ਕਮਰੇ ਭਰ ਕੇ ਵੀ ਜਨਾਬ ਸਿਰ ਨਹੀਂ। ਕਦੀ ਕਹਿੰਦੇ ਨੇ ਕਿ ਬੋਲੋ ਤੇ ਧੀਆਂ ਵਾਲੇ ਫਿਰ ਉਹ ਪੇਟ ਕੱਟ ਕੇ ਧੀਆਂ ਨੂੰ ਜਹੇਜ਼ ਦਿੰਦੇ, ਆਪਣੀਆਂ ਖਾਸ਼ਾਂ ਮਾਰ ਕੇ ਜਹੇਜ਼ ਦਿੰਦੇ, ਤੂੰ ਫਿਰ ਇਹਨਾਂ ਧੀਆਂ ਵਾਲੇ ਸਿਰ ਨਹੀਂ। ਆ ਪਰੇ ਵਾਲੇ ਕਈ ਚੌਧਰੀ ਕਹਿੰਦੇ, ਮੈਂ ਰਾਣਾ ਸਾਹਿਬ ਨੂੰ ਅਪੀਲ ਕਰਾਂਗਾ ਤੁਹਾਡੇ ਕੋਲ ਪਰੇ ਆਵੇ, ਕਦੀ ਨਹੀਂ ਕਹਿਣਾ ਕਿ ਧੀਆਂ ਵਾਲੇ ਸਿਰ ਚੁਕਾਓ। ਕਿਉਂ? ਅਗਰ ਧੀਆਂ ਵਾਲੇ ਸਿਰ ਨੀਵੇਂ ਹੁੰਦੇ, ਅੱਲਾ ਨਬੀਆਂ ਦੇ ਸਰਦਾਰ ਨੂੰ ਕਦੀ ਵੀ ਧੀ ਨਾ ਦਿੰਦਾ। ਕਿਉਂ ਜੀ? ਕਲਮਾ ਪੜ੍ਹ ਕੇ ਦੱਸੋ, ਲੋਕੀ ਕਹਿੰਦੇ ਨੀ ਧੀਆਂ ਵਾਲਿਆਂ ਨੂੰ ਚੁੱਕਣਾ ਹੀ ਪੈਂਦਾ, ਤੇ ਫਿਰ ਇਹ ਲਫ਼ਜ਼ ਮੁਸਤਫਾ ਤੱਕ ਜੇ ਪਹੁੰਚ ਗਿਆ ਤੇ ਕਿਆਮਤ ਨੂੰ ਕਿਹੜੇ ਮੂੰਹ ਨਾਲ ਕਵੇਗਾ ਸੋਹਣਿਆ ਮੇਰੀ ਸ਼ਫਾਤ ਕਰ, ਜਿਸ ਨਬੀ ਨੇ ਬੇਟੀ ਨੂੰ ਦਿਲ ਦਾ ਟੁਕੜਾ ਕਿਹਾ ਹੈ ਤੂੰ ਇਹਨਾਂ ਧੀਆਂ ਵਾਲੇ ਸਿਰ ਨਹੀਂ ਵੇ। ਇਹ ਬੋਲੀਆਂ ਛੱਡੋ, ਇਹ ਲਫ਼ਜ਼ ਖਤਮ ਕਰੋ, ਅਸੀਂ ਕਰਦਾਰ ਹੀ ਨਹੀਂ ਅਪਣਾਇਆ, ਅਸੀਂ ਕਿਸੇ ਦੇ ਅਹਿਸਾਸ ਨੂੰ ਅਹਿਸਾਸ ਸਮਝਿਆ ਹੀ। ਇਹ ਸੁਣਿਆ ਜਿਹੜੀਆਂ ਮੇਰੀਆਂ ਭੈਣਾਂ ਨੌਵਾਂ ਤੋਂ ਪਰੇਸ਼ਾਨ ਹੁੰਦੀਆਂ ਨਾ ਧੀਆਂ ਤੋਂ, ਇਹ ਸੁਣਿਆ ਜੇ? ਕਹਿੰਦਾ ਕਰਮਾਂ ਵਾਲੀਏ ਜੇ ਸੱਤਵੀਂ ਵੀ ਬੇਟੀ ਹੋਈ ਮੈਂ ਤੈਨੂੰ ਤਲਾਕ ਦੇ ਦੇਣੀ ਹੈ। ਇਹਦੀ ਬੀਵੀ ਨੇ ਨਾ ਰਿਸ਼ਤੇ ਕਰਾਉਣ ਵਾਲੇ ਨੂੰ ਗਾਲ ਕੱਢੀ, ਨਾ ਪੇਕਿਆਂ ਤੇ ਫੋਨ ਕੀਤਾ, ਨਾ ਸਹੁਰਿਆਂ ਨੂੰ ਗੱਲ ਕੀਤੀ, ਨਾ ਖਾਵਤ ਨਾਲ ਲੜਾਈ ਕੀਤੀ ਏ। ਕਹਿੰਦੀ ਅੱਛਾ ਮੈਨੂੰ ਤਲਾਕ ਦੇਣੀ ਏ। ਕਹਿੰਦਾ ਜੇ ਸੱਤਵੀਂ ਵੀ ਬੇਟੀ ਹੋਈ ਮੈਂ ਤੈਨੂੰ ਤਲਾਕ ਦੇ ਦੇਣੀ ਏ। ਇਹਨੇ ਹੁਣ ਅੱਲਾ ਵਾਲੀ ਸੀ, ਕੁਰਾਨ ਪੜਿਆ ਹੋਇਆ ਏ, ਵਰਨਾ ਹੁਣ ਅਕਰਾ ਪੂਹ ਲਈ ਹੀ ਮੈਨੂੰ ਹਬਲਿਲ ਵਰੀ। ਭਾਈ ਜਾ ਸਾ ਲਾਕਾ ਇਬਾਦੀ ਹੰਨੀ ਪਾਈਨੀ ਕਰੀ, ਇਹਨੂੰ ਪਤਾ ਸੀ ਜਰਾ ਧਿਆਨ ਕਰਿਆ ਜੇ, ਇਹਨੇ ਹੁਣ ਕੁੰਡੀ ਕਿਹਦੀ ਖੜਕਾਈ ਹੈ ਜਿਹਨੇ ਕੰਨੋ ਕੰਨ ਖਬਰ ਨਹੀਂ ਆਉਂਦੀ।
ਨਾ ਖਾਮਦ ਨਾਲ ਲੜੀ ਹੁੰਦੀ ਅੱਜ ਕੱਲ੍ਹ ਦੀ ਚੀਜ਼ ਸੁੱਟਦੀਆਂ ਨਹੀਂ ਤੇਰੀਆਂ ਜੰਮੀਆਂ ਮੈਂ ਚੱਲੀ ਕਹਿ ਸਕਦੀ ਸੀ ਲੜ ਵੀ ਸਕਦੀ ਸੀ ਪਰ ਕਹਿੰਦੀ ਇਹ ਚੱਲਾ ਹੋ ਗਿਆ ਮੈਂ ਉਹਦੀ ਕੁੰਡੀ ਖੜਵਾਉਣੀ ਹੈ ਜਿਹੜੀ ਪੁੱਤਰ ਤੋਂ ਧੀ ਬਣਾ ਸਕਦਾ ਜਿਹੜਾ ਧੀ ਤੋਂ ਪੁੱਤਰ ਬਣਾ ਸਕਦਾ ਸਾਡੇ ਤਾਂ ਪਾਕਿਸਤਾਨ 'ਚ ਚੱਲੇ ਆਖ ਦਿੰਦੇ ਨੇ ਨਾ ਕਿ ਹੁਣ ਜੇ ਕੁੜੀ ਹੋਈ ਤਾਂ ਮੈਂ ਨਹੀਂ ਰੱਖਣਾ ਆ ਸੁਣਿਆ ਜੇ ਪਹਿਲੇ ਵਕਤਾਂ ਦੀ ਮੈਂ ਗੱਲ ਸੁਣਾਉਣ ਲੱਗਾ ਕਰਮਾ ਵਾਲੀਏ ਅਗਰ ਛੇ ਸੱਤਵੀਂ ਬੇਟੀ ਹੋਈ ਮੈਂ ਤੈਨੂੰ ਰੱਖਣਾ ਨਹੀਂ ਗਾ ਬੀਵੀ ਨੇ ਪਰੇਸ਼ਾਨੀ ਨਹੀਂ ਲਈ ਛੱਡ ਮੰਜੇ ਨੇ ਦੇ ਨਾ ਪਿਆਰੇ ਕਰ ਅੱਗੇ ਰੱਬ ਦੇ ਗਿਰਿਆ ਜ਼ਾਰੇ ਕਰ ਉੱਠ ਸੱਜਾ ਤੇ ਅਸਵਾਰੇ ਕਰ ਉਹਦਾ ਰੋ ਰੋ ਅਰਸ਼ ਹਲਾ ਦੇ ਤੂੰ ਉਹ ਸਾਈਂ ਵਹਾਦਤ ਨਾ ਦੇ ਵਜਾ ਦੇ ਤੂੰ ਦਿਲ ਕੁਰਸੀਆਂ ਦੇ ਤੜਪਾ ਦੇ ਤੂੰ ਜਿਹੜੀ ਅੱਖ ਜਗਰਾਤੇ ਕੱਟਦੇ ਨਹੀਂ ਵਿੱਚ ਸਜਦੇ ਦੇ ਅਥਰੂ ਸੱਟਦੀ ਨਹੀਂ ਜਿੱਥੋਂ ਰੋਕੇ ਗਏ ਉੱਥੋਂ ਹਟਦੇ ਨਹੀਂ ਤੱਤਾ ਸਰਬਲ ਇਸ ਵਿੱਚ ਲਾ ਦੇ ਤੂੰ ਐਸਾ ਨਿਤ ਨਿਤ ਇੱਥੇ ਆਉਣਾ ਨਹੀਂ ਸਾਡਾ ਜੋਗੀ ਵਾਲਾ ਫੇਰਾ ਏ ਮੇਰੇ ਵੀਰ ਮੁਸਾਫਰ ਸੋਚ ਰਾ ਇਸ ਜੱਗ ਦਾ ਇੱਕੋ ਹੀ ਫੇਰਾ ਏ ਇਥੋਂ ਨਜ਼ਰ ਬਚਾ ਕੇ ਤੁਰ ਚਲੀਏ ਤੇਰਾ ਅੱਗੇ ਸਬਰਨ ਮੇਰਾ ਆਏ ਇਹਨੇ ਕੁੰਡੀ ਉਹਦੀ ਖੜਕਾਈਏ ਤੇਰਾ ਧਿਆਨ ਕਰਿਆ ਜੇ ਜਿਹੜਾ ਇਹ ਕਹਿੰਦਾ ਸਿੰਧੀ ਵਿੱਚ ਬੋਲ ਜਾਂ ਪੰਜਾਬੀ ਵਿੱਚ ਬੋਲ ਪਸ਼ਤੋ ਵਿੱਚ ਬੋਲ ਜਾਂ ਬੰਗਾਲੀ ਵਿੱਚ ਬੋਲ ਫੇ ਨਹੀਂ ਹੋ ਮੈਂ ਕਹਿੰਦਾ ਤੂੰ ਅਰਬੀ ਵਿੱਚ ਬੋਲ ਜਿੱਥੋਂ ਦਾ ਤੂੰ ਹੈ ਆ ਤੂੰ ਉਹ ਬੋਲੀ ਬੋਲ ਇਹ ਨਹੀਂ ਹੋ ਮੈਂ ਕਹਿੰਦਾ ਲਾਹੌਰ ਵਾਲਿਓ ਠਹਿਰੋ 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 ਲਾਹੌਰ ਵਾਲਿਓ ਤੁਸੀਂ ਪਹਿਲਾਂ ਬੋਲੋ ਲੈਲਪੁਰ ਵਾਲਿਓ ਠਹਿਰੋ 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 ਲੈਲਪੁਰ ਵਾਲਿਓ ਤੁਸੀਂ ਪਹਿਲਾਂ ਬੋਲੋ ਲਾਹੌਰ ਵਾਲਿਓ ਠਹਿਰੋ 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 ਤਿਹੱਤਰ ਵਾਲਿਓ ਤੁਸੀਂ ਪਹਿਲਾਂ ਬੋਲੋ ਚੁਹੱਤਰ ਵਾਲਿਓ ਵਾਰੋ ਵਾਰੀ ਨਹੀਂ ਜੇ ਵਾਰੋ ਵਾਰੀ ਨਹੀਂ ਜੇ ਇੱਕ ਵਾਰ ਸੁਣਦਾ ਇੱਕੋ ਅੱਲਾ ਸਭ ਦੀ ਪੁਕਾਰ ਸੁਣਦਾ ਲੈ ਨਾ ਕਤਾਰ ਨਾ ਮੰਗਲ ਐਤਵਾਰ ਲੈ ਨਾ ਕਤਾਰ ਨਾ ਮੰਗਲ ਐਤਵਾਰ ਲੈ ਨਾ ਕਤਾਰ ਨਾ ਮੰਗਲ ਐਤਵਾਰ ਉਹਨੂੰ ਜਦੋਂ ਵੀ ਪੁਕਾਰ ਚੱਤੇ ਪੈਰ ਸੁਣਦਾ ਇੱਕੋ ਅੱਲਾ ਸਭ ਦੀ ਪੁਕਾਰ ਸੁਣਦਾ ਕਿਉਂ ਜੀ ਅੱਲਾ ਦਾ ਕੋਈ ਟਾਈਮ ਹੈ ਜਦੋਂ ਪੁਕਾਰ ਸੁਣਦਾ ਹਰ ਬੰਦਾ ਅੱਛਾ ਬਈ ਚਲੋ ਨੇੜੇ ਗੱਲ ਸਮਝਾ ਦਾ ਹਾਫਿਜ ਅਬਦੁਲ ਜਬਾਰ ਸਾਹਿਬ ਜੀ ਸੁੱਤੇ ਹੋ ਢਾਈ ਵਜੇ ਹੋਣ ਰਾਤ ਦੇ ਕੋਈ ਬੰਦਾ ਬੂਹਾ ਖੜਕਾਏ ਤੇ ਆਣ ਕੇ ਆਖੇ ਸਲਾਮ ਅਲੈਕੁਮ ਵਾਲੇਕੁਮ ਮੌਲੀ ਨੂੰ ਦਮ ਕਰ ਦੋ ਹੁਣ ਮੈਂ ਸਵੇਰੇ ਮਰ ਜਾਣਾ ਸੀ ਤੂੰ ਢਾਈ ਵਜੇ ਆਣ ਕੇ ਨੀਂਦ ਖਰਾਬ ਕਰ ਕਿਉਂ ਜ਼ੁਲਕਰ ਨੈਨ ਸਾਹਿਬ ਲਾ ਲਓ ਨਾਸਰ ਮਦਨੀ ਲਾ ਲਓ ਕੋਈ ਲਾ ਲਓ ਕਿਉਂ ਜੀ ਇੰਜੀ ਹੈ ਗੁੱਸਾ ਆਏਗਾ ਨਾ ਚੱਲਿਆ ਜਿੱਡਾ ਮਰਜ਼ੀ ਨੇਕ ਮੌਲਵੀ ਹੋਵੇ ਢਾਈ ਵਜੇ ਬੂਹਾ ਖੜਕਾਏਗਾ ਉਹਨੂੰ ਗੁੱਸਾ ਆਏਗਾ ਸਖੀ ਕਹਿੰਦਾ ਰਵਾਂ ਜਾਗਦਾ ਮੈਂ ਕਦੀ ਸੌਂਦਾ ਨਹੀਂ ਉੱਚੀ ਕਵਸ ਮੂੜ ਵੇਖਣਾ ਪੈਂਦਾ ਹੁਣ ਮੇਰਾ ਦੋਸਤ ਰਾਣਾ ਤਾਹਰੂਨ 2005 ਦਾ ਮੇਰਾ ਯਾਰ 19 ਆ ਗਿਆ ਮੈਂ ਇਹਦੇ ਨਾਲ ਕਈ ਵਾਰ ਫੋਨ ਤੇ ਗੱਲ ਕਰਾਂ ਮੂੜ ਵੇਖ ਕੇ ਗੱਲ ਕਰੀ ਇਹ ਮੇਰੇ ਨਾਲ ਕਰੇ ਮੂੜ ਵੇਖ ਕੇ ਕਰੀ ਸਮਝ ਜਾਈਦਾ ਇੱਕ ਦੂਜੇ ਨੂੰ ਮੂੜ ਹੈਗਾ ਉਹ ਬੰਦਾ ਬੰਦੇ ਦਾ ਮੂੜ ਵੇਖ ਕੇ ਗੱਲ ਕਰਦਾ ਗਿਰਾਨਾ ਜਿੱਡਾ ਮਰਜ਼ੀ ਗੂੜਾ ਹੋਵੇ ਇੱਕੋ ਹੀ ਮੂੜ ਹੈ ਜਿਹੜਾ 24 ਘੰਟੇ ਕਹਿੰਦਾ ਫਹਲ ਮਿਨ ਮੁਸਤਸ਼ਫੀਨ ਹੈ ਕੋਈ ਮੰਗਣ ਵਾਲਾ ਉਹ 6 ਸਮਾਨ ਚੀਰ ਕੇ ਪਹਿਲੇ ਸਮਾਨ ਧਿਆਨ ਕਹਿੰਦਾ ਜਦੋਂ ਮਰਜ਼ੀ ਮੰਗੋ ਰਵਾਂ ਜਾਗਦਾ ਮੈਂ ਕਦੀ ਸੌਂਦਾ ਨਹੀਂ ਉੱਚੀ ਕਵੋ ਸੁਭਾਨ ਅੱਲਾਹ ਲਾ ਇਲਾਹਾ ਇਲਾ ਹੁਵ ਅਲ ਹਯ੍ਯੁਲ ਕਯੂਮ ਸਿਨਤੁਮ ਵਲਾ ਨੌਮ ਅੱਲਾ ਕੀ ਕਹਿੰਦੇ ਉਹ ਜਿਹੜਾ ਸਾਰੀ ਕਾਇਨਾਤ ਨੂੰ ਸਲਾਣ ਵਾਲਾ ਹੈ ਉਹ ਖੁਦ ਸੋਣੇ ਵਾਲਾ ਨਹੀਂ ਜਿਹੜਾ ਸੋ ਜਾਏ ਕੁਛ ਵੀ ਕਰਨੇ ਵਾਲਾ ਨਹੀਂ ਉੱਚੀ ਬੋਲੋ ਜਿਹੜਾ ਸੋ ਜਾਏ ਕੁਛ ਵੀ ਕਰਨੇ ਵਾਲਾ ਕਿਉਂਕਿ ਹਰ ਵੇਲੇ ਜਿਹੜਾ ਜਾਗਦਾ ਹੈ ਉਹ ਹੀ ਕਾਇਨਾਤ ਦਾ ਨਿਜ਼ਾਮ ਚਲਾ ਸਕਦਾ ਤੁਸੀਂ ਗੱਡੀ ਚਲਾਉਂਦਿਆਂ ਡਰਾਈਵਰ ਵੇਖਿਆ ਹੁੰਦਾ
ਸਾਰੀਆਂ ਸਵਾਰੀਆਂ ਸੁੱਤੀਆਂ ਹੁੰਦੀਆਂ, ਡਰਾਈਵਰ ਜਾਗਦਾ ਹੁੰਦਾ ਗੱਡੀ ਚਲਾ ਰਿਹਾ ਹੁੰਦਾ। ਜਦੋਂ ਡਰਾਈਵਰ ਨੂੰ ਥੋੜ੍ਹੀ ਜਿਹੀ ਊਂਗ ਆਉਂਦੀ ਨਾ ਤਾਂ ਗੱਡੀ ਨੂੰ ਝਟਕਾ ਲੱਗਦਾ, ਸਾਰੇ ਜਾਗਦੇ। ਫਿਰ ਪੜ੍ਹਦੇ ਲਾ ਇਲਾਹਾ ਇਲੱਲਾ ਮੁਹੰਮਦ ਰਸੂਲ। ਜੇ ਤਾਂ ਡਰਾਈਵਰ ਸੌਂ ਜੇ ਪੱਕਾ, ਫਿਰ ਪਿਛਲੀਆਂ ਵੀ ਸੌਂ ਜਾਂਦੀਆਂ, ਅਤੇ ਜੇ ਖਾਲੀ ਝਟਕਾ ਹੀ ਲੱਗੇ ਨਾ ਤਾਂ ਉਹ ਡਰਾਈਵਰ ਦਾ ਝਟਕਾ ਵੀ ਦੱਸਦਾ ਹੈ ਇੱਕੋ ਹੀ ਹੈ ਜਿਹੜਾ ਸਾਰੀ ਰਾਤ ਜਾਗਦਾ। ਰੇ ਰਾਤ ਦਾ ਜਾਗਣਾ ਬੜਾ ਔਖਾ, ਇੱਕ ਜਾਗਦਾ ਦੁਖੀਆ ਬਿਮਾਰ ਰਾਤੀ, ਜਾ ਜਾਗਦਾ ਇਸ਼ਕ ਦੀ ਮਰਜ਼ ਵਾਲਾ, ਜਾ ਜਾਗਦਾ ਸਨ ਤੇ ਚੋਰ ਰਾਤੀ, ਇੱਕ ਜਾਗਦਾ ਪਾਰੇ ਤੇ ਪਾਰੇਦਾਰ ਰਾਤੀ, ਵਾਰੇ ਸ਼ਾਹ ਸਭੇ ਗੱਲਾਂ ਝੂਠੀਆਂ ਨੇ, ਇੱਕੋ ਜਾਗਦਾ ਪਰਵਰਦਿਗਾਰ ਰਾਤੀ। ਥੱਕੇ ਤੇ ਨਹੀਂ? ਮੈਂ ਬਿਮਾਰ ਵੀ ਹੈ ਪਰ ਮੈਂ ਇੱਕ ਵਾਰ ਵੀ ਨਹੀਂ ਕਿਹਾ ਮੈਂ ਬਿਮਾਰ ਹਾਂ। ਤੇ ਤੁਸੀਂ ਕਿਵੇਂ ਥੱਕੋ? ਤੁਸੀਂ ਤੇ ਵਿਹਲੇ ਬੈਠੇ ਜੇ, ਜ਼ੋਰ ਤੇ ਮੇਰਾ ਲੱਗਣ ਦਿਆ, ਤੁਸੀਂ ਕਿਵੇਂ ਥੱਕੋ? ਤੁਹਾਡੇ ਕੋਲ ਮੈਂ ਸੁਭਾਨ ਅੱਲਾ ਵੀ ਨਹੀਂ ਕਵਾ ਰਿਹਾ। ਮੌਲਵੀ ਤੇ ਹਰ ਗੱਲ ਤੇ ਆਉਂਦੇ ਨੇ ਕਵੋ ਸੁਭਾਨ ਅੱਲਾ, ਮੈਂ ਤੁਹਾਡੇ ਕੋਲ ਵੀ ਨਹੀਂ ਕਵਾ ਰਿਹਾ। ਮੈਂ ਇਸ ਕਰਕੇ ਨਹੀਂ ਕਵਾ ਰਿਹਾ ਕਿ ਇੱਕ ਹੁੰਦੀ ਹੈ ਠੰਡ ਲੱਗਣੀ, ਇੱਕ ਹੁੰਦੀ ਹੈ ਠੰਡ ਪੈਣੀ। ਜੇ ਤੇ ਤੁਹਾਨੂੰ ਦੀਨ ਸੁਣ ਕੇ ਠੰਡ ਪੈ ਰਹੀ ਹੈ ਤੇ ਸਮਝ ਤੋਂ ਈਮਾਨ ਵਾਲਾ, ਤੇ ਜੇ ਬੈਠਿਆ ਦੀਨ ਸੁਣ ਕੇ ਠੰਡ ਲੱਗ ਰਹੀ ਸਮਝ ਅੰਦਰ ਕੁਛ ਨਹੀਂ। ਇਹ ਨੁਕਤਾ ਹੀ ਨੋਟ ਕਰ, ਇੱਕ ਹੁੰਦੀ ਹੈ ਠੰਡ ਲੱਗਣੀ। ਕਿਉਂ? ਬਿਲਾਲ ਨੂੰ ਕੋਲਿਆ ਤੇ ਅੱਗ ਨੇ ਕੁਛ ਨਹੀਂ ਕਿਹਾ, ਅੰਦਰ ਜਜ਼ਬਾ ਈਮਾਨ ਵਾਲਾ ਸੀ। ਆਸੀਆ ਨੂੰ ਸੂਲੀ ਤੇ ਚੰਗਿਆ ਫਰਾਉਣ ਨੂੰ, ਤੇ ਸੂਲੀ ਕੁਛ ਵਿਗਾੜ ਸਕੀ? ਔਰਤ ਜ਼ਾਤ ਸੀ, ਬੰਦੇ ਦੇ ਜਿਸਮ ਨਾਲ ਔਰਤ ਜਿਹੜੀ ਨਰਮੋ ਨਾਜ਼ੁਕ ਹੁੰਦੀ, ਪਰ ਸੂਲ ਤੇ ਟੰਗੀ ਆਸੀਆ ਨੂੰ ਅੱਲਾ ਨੇ ਦੁਨੀਆਂ 'ਚ ਜੰਨਤ ਵਿਖਾ ਦਿੱਤੀ। ਇਹ ਸੁਣਿਆ ਜੇ ਬਰਦਾਸ਼ਤ ਬੰਦੇ ਨੂੰ ਉੱਚਾ ਕਰ ਦਿੰਦੀ। ਆਂਦਾ ਕਰਮਾਂ ਵਾਲੀਏ ਜੇ ਸੱਤਵੀਂ ਵੀ ਬੇਟੀ ਹੋਈ ਮੈਂ ਤੈਨੂੰ ਤਲਾਕ ਦੇ ਦੇਣੀ ਹੈ। ਅੱਛਾ ਵੀ ਤੁਹਾਨੂੰ ਮੈਂ 1,000 ਰੁਪਈਆ ਇਨਾਮ ਦੇਣਾ, ਇੰਨੇ ਬੰਦਿਆਂ 'ਚ ਕੋਈ ਬੰਦਾ ਹੱਥ ਖੜਾ ਕਰਕੇ ਦੱਸੇ ਕਿ ਮੇਰੇ ਘਰ ਬੱਚਾ ਆਉਣ ਵਾਲਾ ਹੋਵੇ ਤੇ ਮੈਂ ਆਪਣੀ ਬੀਵੀ ਨੂੰ ਕਿਹਾ ਹੋਵੇ ਜੇ ਐਤਕੀ ਬੇਟੀ ਹੋਈ ਤੇ ਮੈਂ ਤੈਨੂੰ 3 ਤੋਲੇ ਦੇ ਕੜੇ ਬਣਾ ਕੇ ਦੇਣੇ, 1,000 ਰੁਪਈਆ ਇਨਾਮ ਦੇਣਾ ਕਿਸੇ ਨੇ ਕਿਹਾ ਹੋਵੇ। ਇਹਨਾਂ ਅਗਲੇ ਵੀ ਲਵਾ ਲੈਣੇ ਨਹੀਂ, ਸੱਚੀ ਕਾ ਬਈ ਇਸ ਤਰ੍ਹਾਂ ਦੀ ਦਿਲ ਚ ਇੱਕ ਕਰਦਾ। ਨਬੀ ਪਾਕ ਅਮੈਰ ਦੇ ਤੋਤੇ ਦੀ ਤਜ਼ੀਅਤ ਕਰਨ ਗਏ, ਕਿੰਨੀ ਦਿਲ ਜੋਈ ਕੀਤੀ, ਚੱਲਿਆ ਬੀਵੀ ਦੀ ਤੇਰੇ ਨਿਕਾਹ 'ਚ ਤੇ ਔਲਾਦ ਤੇਰੀ, ਜਦ ਤੇਰੀ ਵਜ। ਮੇਰਾ ਇੱਕ ਦੋਸਤ ਉਹਦੇ 200 ਮੁਰੱਬਾ ਜ਼ਮੀਨ ਰਾਣਾ ਸਾਹਿਬ ਡਾਕਟਰ ਉਮਰ ਸਾਹਿਬ ਮੇਰੇ ਬਾਈ ਜ਼ੁਲਕਰ ਰਹਿਣ ਫਹੀਮ ਇਹਨਾਂ ਨਾਮ ਫਹੀਮ, ਮੇਰੇ ਦੋਸਤ ਦੀ 200 ਮੁਰੱਬਾ ਜ਼ਮੀਨ, 2 ਭਰਾ ਨੇ, ਪੁੱਤ ਵੀ ਕੋਈ ਨਹੀਂ, ਧੀ ਵੀ ਕੋਈ। ਇੱਥੇ ਸ਼ੇਖਪੁਰੇ 'ਚ 1-4 ਭਰਾ ਨੇ, ਖਰਬਾਂ ਪਤੀ ਨੇ, 14 ਦੀਆਂ 3-3 ਬੀਵੀਆਂ ਨੇ, ਕਿਸੇ 'ਚ ਵੀ ਔਲਾਦ ਨਹੀਂ। ਚੱਲਿਆ ਉਹਨਾਂ ਨੂੰ ਪੁੱਛ, ਜਿਹੜੇ ਕਹਿੰਦੇ ਨੇ ਪੁੱਤ ਨਹੀਂ ਤੇ ਧੀ ਦੇ ਦੇ, ਉਹਨਾਂ ਨੂੰ ਪੁੱਛ ਤੂੰ ਧੀਆਂ ਜੰਮਣ ਤੇ ਰੋਣਾ ਫਿਰਨਾ, ਉਹਨੂੰ ਪੁੱਛ ਜਿਹੜੇ ਆਂਦੇ ਪੁੱਤ ਨਹੀਂ ਤੇ ਰੱਬਾ ਧੀ ਦੇ, ਤੂੰ ਔਲਾਦ ਦੀ ਗੱਲ ਕਰਨਾ। ਐ ਸੁਣਿਆ ਜੇ ਮੈਨੂੰ ਯਾਦ ਆ ਗਏ ਕਿੱਥੇ ਹਜ਼ਰਤ ਨੂੰ ਪਤਾ, ਮੌਲਾਨਾ ਅਬਦੁਲ ਗਫੂਰ ਅਸਰੀ ਬੜੇ ਵੱਡੇ ਮੁਸੰਨਫ ਗੁਜ਼ਰੇ ਨੇ, ਕਿਤਾਬਾਂ ਲਿਖੀਆਂ ਏ, ਸਿਆਲਕੋਟ ਦੇ ਆਲਮੇ ਦੀਨ ਸਨ। ਗੁਜਰਾਂ ਵਾਲੇ ਐਕਸੀਡੈਂਟ ਹੋਇਆ, ਮੈਂ ਜਨਾਜ਼ਾ ਪੜ੍ਹਨ ਗਿਆ ਨਾ, ਜਨਾਜ਼ੇ 'ਚ ਮੈਂ ਰੋਵਾਂ ਪਿਆ, ਇੱਕ ਬੰਦਾ ਮੇਰੇ ਵੱਲ ਵੇਖ ਕੇ ਆਉਂਦਾ ਏ, ਮਦਨੀ ਸਾਹਿਬ ਇੰਨੇ ਮੌਲਵੀ ਖੜ੍ਹੇ ਨੇ, ਪਰ ਤੁਸੀਂ ਰੋ ਪਏ ਜੇ। ਮੈਂ ਕਿਹਾ ਯਾਰ ਮੇਰਾ ਯਾਰ ਸੀ, ਮੈਂ ਜਲਸੇ ਕਰਨ ਹੁੰਦਾ ਸਾਂ, ਯਾਦ ਤਾਂ ਆ ਜਾਂਦੀ, ਮੈਂ ਰੋ ਪਿਆ। ਕਹਿੰਦੇ ਨੇ ਗੱਲ ਦੱਸੋ ਕੀ ਏ। ਮੈਂ ਕਿਹਾ ਯਾਰ ਮੈਂ ਰੋਇਆ ਇਸ ਵਾਸਤੇ ਆ, ਮੈਂ ਜਦੋਂ ਦਾ ਆਇਆ ਏ ਮੇਰੇ ਯਾਰ ਦੀ ਮੰਜੀ ਕੋਲ ਹੁੰਦਾ ਹੀ ਕੋਈ ਨਹੀਂ। ਕਹਿੰਦੇ ਨਾ ਦਾ ਪੁੱਤ ਵੀ ਕੋਈ ਨਹੀਂ ਤੇ ਧੀ ਵੀ ਕੋਈ ਨਹੀਂ, ਹੈ ਹੀ ਔਲਾਦ। ਧੀਆਂ ਦੂਰੋਂ ਰੋਣ ਲੱਗ ਪੈਂਦੀਆਂ,
پتر یار توجہ میرے وال بھائی, گل بڑی سننے والی سی, بڑی ایمان والی گل بھائی, توجہ میرے. اللہ جاندا کڈی سونی گل تیرے سامنے رکھن لگا ہے, کہندا اللہ والیے جے ستویں بیٹی ہوئی میں تینوں طلاق دے دینی ہے, بیوی بڑی صابرا ہے, انہیں مسلا ڈالیا آندی ربا تو آپ ہی کیا, یا ایھا الذین آمنوا استعینوا بالصبر والصلاۃ ان اللہ مع الصابرین. ہاندی ربا پتر تینو کی چمونے لڑے, تو کتھوں تریا تو کدھر تر پیا, کتھوں چلے سارے مجمے نو چیرے گا, ہن کوئی اٹھے میں کرنا تیرا لا گل بڑی وڈی, پہلو چا نال اگے بہ دینے پھر بھجن دی کر دینے پیچھا, جڑی کمیٹی نکلی لے آوے پیچھا, گل بڑی وڈی ہے, اللہ جاندا اللہ ہدایت نصیب فرمائے, بڑی وڈی گل سی پتر, تو سارے مجمے نو چیر کے لنگے آ, گل سن بڑی کہ ہن اوتھے کھلو گیا, جا لے آ جڑی چیز لین چلا, اللہ جاندا بڑی وڈی گل سی, ایمان تازا ہوے اللہ راضی ہوے, میری اے پہنے تو ہی تیال نہ سن لاؤ, میرے ویرا تو ہی تیال نہ سن لاؤ, ہن بی بی سجدے پہ گئی, ہن میں رواں درد ہور نے توں روے درد ہور نے, تے جدا چگا اجڑدا ہوے او روے تے درد ہور, تے روے وی او دے اگے جن کدی خالی موڑیا ہی نہیں, جنہیں دسیا بھی نہیں کیا بندہ کیڑے کام آیا, ساڈے اتنے کسی کو کام چل جائیے نا تے لوکی پوچھن گے یہ کدھر آیا سی, یہ کدھر آیا سی, تینوں کی لگے پوچھن, وہ جہد کو آیا وہ جانے, وہ جانے رب جانے تینوں کی, اب کبھی بندے سواد لے دے کہ بندے چوری بندے کو ویکھ لیں گے یہ کدھر آیا سی, کوئی مولوی کو آئے تو مولوی پوچھ دیں اے فلانا بندہ تڈے کو کی لینا آیا, مولوی بھی چنگا ہوئے تو آخر زہر لین آیا سی, لینا ہی تو نہیں, بھی قرآن کہندا ولا تجسسو, کسی دی جسوسی نہیں کرنی, بولو کی کسی دی ٹو نہیں رکھنی, جو معاملے ہو دے ہو دے نا, تینوں پوچھن دی کی لوڑ, آپ پنڈا دی بہت ہی بیماری ہے, جی کسی نویں گڈی تے کوئی بندہ کسی دے بوئے اگے کھلو جائے نا آن کے تے پوچھ دے ویکھی اور بھلا پھراں جا کے یہ کون, نہیں میں سچی گل کی ادا ہی وہ آتا یار تینوں کی لگے کسمے بیٹھے اٹھا دے, وہ آ کے میں نہیں جانا پھر آپ جا, یہ پاڑا مینو ہی پٹنا پینا پھر آپ جا, نہ کریا کرو, قرآن کہندا والا تجسسو کسی دی ٹو نہیں رکھنی, کسی دی جسوسی نہیں رکھنی, والا تباغازو قرآن آتا کسی دے بارے بغض نہیں رکھنی, قرآن تے ایسا رکھے صرف قسم چکن لی ڈولیا تو تویت لکھ کے بنن لی, دھیان کرو ادھر میرے مکنو ادھر دھیان کرو, جے اگے بہ گئے جنا فرنٹ تے توجہ رکھیا کرو, ہاں تے اسیا وی کٹ کریا کرو, گلاں میں کھڑیاں کرنا تسی ہس کے گل گوا دیندے, سیاڑا بندہ گل کرے نا اونوں چتھنا چاہیے کہ کی مارے شاہ دا بولنا پیت اندر, سیانے دا آکھیا تے اولے دا کھادا پتا بعد چ, پر جتھے ہوے ایک کملا اونوں سمجھاوے ویڑا, جتھے ہوے ویڑا کملا نوں سمجھاوے, ایتھے پیو ہی آندا پت ویکھ کی گلاں کر دے, تے جسو جے پیو پتر نوں آکھو بھی ویکھ کی کر دے نے, تے پھر اونے آکھنا جے جے پیو ول تمے دی کوڑی ہندی اثر ہوتا وچ بیاں, جڑا کم ماواں کردیاں ہو کر دے, بیوی لڑی نی میاں صاحب پرواندے نے لکھاں پیر بیری نوں لگ دے تے چڑھ جاندے کئی کچے جڑے پکل لال محمد تے اوہی کھاندے وٹے, جنہاں بیراں چ دس ہوے وٹے وی آ تہاڈے پنڈ چ کاٹھی بیری ہوے نا, ایک بیر چوٹی چ ہوے نا منڈے او وی چھتر مار کے لا لے, تے بیری نے تے نہیں کدی آکھیا وے انتروں میں تینوں میٹھے بیر کھوائے تے مینوں چھتر مار دے, تے گلگوٹو بیری دے لاگوں وی نہیں کوئی لنگدا ہن پری ہوندی ہے, بولو مینہ نیری نے ڈگ دے نے اونوں کوئی نہیں کھاندا, نہیں تے کھا کے ویکھ لیا جے لائٹ جاؤ گے, صحیح گلگوٹو بیر کھا جاندے گل پھڑ لیندے, تے ڈاکٹر دی 2000 فیس ہے, گلے دے ڈاکٹر دی 2000 فیس دینی پیندی,
ਹੁਣ ਡਾਕਟਰ ਵੀ ਬੜੇ ਉੱਚੀ ਹਸਤੀਆਂ ਨੇ, ਇੱਥੇ ਪਿੰਡ ਦਾ ਬੰਦਾ ਪੈਨਾਡੋਲ ਦੇ ਦੇ ਨਾ, ਲੋਕਾਂ ਨੂੰ ਯਕੀਨ ਨਹੀਂ, ਉੱਥੇ ਜਾਣਗੇ ਜੀ ਵੱਡਾ ਡਾਕਟਰ ਹੀ ਅੱਛਾ ਇਹ ਉਹ ਆਉਂਦਾ ਸਾਹ ਰੋਕ ਲੰਬੇ ਲੰਬੇ ਸਾਹ ਲੈ ਚੱਲ 2000 ਕੱਢ ਚੱਲ ਉਹੋ ਹੀ ਪੈਨਾਡੋਲ ਲਿਖ ਦਿੰਦਾ ਉਹੋ ਹੀ ਪਿੰਡ ਵਾਲੀ ਪੈਨਾਡੋਲ ਸਿਰਫ ਯਕੀਨ ਨਹੀਂ ਨਾ ਓਏ ਛਪਾ ਕੌਣ ਦਿੰਦਾ ਦਵਾਈਆਂ ਉਹ ਹੀ ਨੇ ਤੁਸੀਂ ਫਿਰ ਕੇ ਵੇਖ ਲਓ ਸ਼ੂਗਰ ਦੀ ਦਵਾਈ ਜਿਹੜੀ ਲਾਹੌਰੋਂ ਲੱਭੇਗੀ ਉਹ ਫੈਸਲਾਬਾਦ ਜਿਹੜੀ ਪੈਰਾਬਾਦ ਲੱਭੇਗੀ ਉਹ ਲਾਹੌਰੋਂ ਲੱਭੇਗੀ ਉਹ ਹੀ ਫਾਰਮੂਲਾ ਹੈ ਸਿਰਫ ਡਾਕਟਰ ਹੀ ਬਦਲ ਦੇਣ ਅਤੇ ਚੱਲਿਓ ਕਿਹਦੇ 'ਤੇ ਯਕੀਨ ਬਣਨ ਕਈ ਬੰਦੇ ਨਾ ਭਾਈ ਮੈਂ ਹੋਰ ਕਿਸੇ ਡਾਕਟਰ ਕੋਲ ਨਹੀਂ ਦਵਾਈ ਲੈਣੀ ਮੈਨੂੰ ਉੱਥੋਂ ਹੀ ਆਰਾਮ ਆਉਂਦਾ ਹਜ਼ਰਤ ਖਾਲਿਦ ਬਿਨ ਵਲੀਦ ਰਜ਼ੀ ਅੱਲਾਹੁ ਤਾਲਾ ਅਨਹੁ ਸਿਪਾ ਸਲਾਰ ਸਨ ਸੈਫੁੱਲਾ ਕਹਿੰਦੇ ਸਨ ਹਜ਼ਰਤ ਉਮਰ ਨੇ ਸਿਪਾ ਸਲਾਰੀ ਤੋਂ ਲਾ ਕੇ ਆਮ ਸਿਪਾਹੀਆਂ ਖੜਾ ਕਰ ਸਿਹਾਬਾ ਦਾ ਜੇ ਇਮਾਨ ਹੁੰਦਾ ਕਿ ਜਿਹਨੂੰ ਅੱਲਾਹ ਦੀ ਤਲਵਾਰ ਕਹਿੰਦੇ ਜੇ ਇਹਨੂੰ ਲਾ ਤਾ ਸਾ ਜੰਗ ਨਹੀਂ ਜਿੱਤਣੀ ਅਤੇ ਫਿਰ ਵੀਰਾ ਹਜ਼ਰਤ ਉਮਰ ਨੇ ਲਾਉਣਾ ਸੀ ਸਿਹਾਬਾ ਦਾ ਹਰ ਵੇਲੇ ਇਮਾਨ ਕਿਹਦੇ 'ਤੇ ਹੁੰਦਾ ਸੀ ਅੱਲਾਹ ਤੋਂ ਆਪਣਾ ਯਕੀਨ ਪੁਖਤਾ ਕਰੋ ਆਪਣਾ ਇਮਾਨ ਪੁਖਤਾ ਕਰੋ ਇਸ ਬੀਬੀ ਨੇ ਕਿੱਡੀ ਸੋਹਣੀ ਗੱਲ ਕੀਤੀ ਹੈ ਪਤਾ ਕੀ ਕਹਿੰਦੀ ਕਹਿੰਦੀ ਹੈ ਜੋ ਤੂੰ ਕਰਨਾ ਸੀ ਕਰ ਲਿਆ ਹੁਣ ਮੈਂ ਵੀ ਕਰਾਂ ਇਹਨੇ ਮਸੱਲਾ ਡਾਲਿਆ ਹੈ ਤੇ ਗੱਲ ਹੀ ਓਏ ਉਹਨੂੰ ਮਨਾਉਣ ਦਾ ਢੰਗ ਵੀ ਹੋਣਾ ਚਾਹੀਦਾ ਆਂਦੀ ਅਰਸ਼ਾਂ ਵਾਲਿਆ ਤੈਨੂੰ ਹਲਾਲ ਚੀਜ਼ਾਂ 'ਚੋਂ ਤਲਾਕ ਪਸੰਦ ਨਹੀਂ ਅਰਸ਼ਾਂ ਵਾਲਿਆ ਜਿਹੜੀ ਕਾਮਤ ਨੇ ਗੱਲ ਕਹੀ ਤੈਨੂੰ ਵੀ ਪਸੰਦ ਨਹੀਂ ਤੇ ਜੇ ਮਾਈ ਕਦ ਸਮੀ ਅੱਲਾਹ ਕੌਲ ਅੱਲਾ ਦੀ ਜੇ ਮਾਈ ਕੌਲਾ ਦਾ ਘਰ ਵਸਾ ਸਕਦਾ ਹੈ ਮੇਰੀ ਅੰਮੀ ਐਸ਼ਾ ਸਦੀਕਾ ਦਾ ਘਰ ਵਸਾ ਸਕਦਾ ਹੈ ਤੇ ਮੇਰਾ ਵੀ ਘਰ ਵਸਾ ਸਕਦਾ ਅੱਲਾ ਮੈਨੂੰ ਪੁੱਤਰ ਦੇ ਦੇਣਾ ਇਹ ਖਾਵਦ ਮੇਰਾ ਚੱਲਾ ਹੈ ਮੇਰੇ ਕੋਲ ਕਬਜ਼ੇ ਨਹੀਂ ਔਲਾਦ ਤੂੰ ਦੇਣਾ ਪੁੱਤ ਤੂੰ ਦੇਣਾ ਯਖਲੋ ਕੁਮਾ ਯਸ਼ਾਓ ਯਾਹ ਬੂਲੇ ਮਈ ਯਸ਼ਾਓ ਇਨਾਸਮ ਵਯਾਹ ਬੂਲੇ ਮਈ ਯਸ਼ਾਓ ਜ਼ਕੂਰ ਓਯੋ ਜ਼ਬੇ ਧੀਆਂ ਦੇਵੇ ਪੁੱਤ ਦੇਵੇ ਉਸ ਦੀ ਰਜ਼ਾ ਕੁਝ ਵੀ ਨਾ ਦੇਵੇ ਉਹਨੂੰ ਕੌਣ ਪੁੱਛਦਾ ਬੁੱਢਾ ਪਾਪ ਸਵੈਬ ਤੇ ਪੁੱਤ ਕੋਈ ਨਾ ਧੀਆਂ ਇਹ ਬੱਕਰੀਆਂ ਚਾਰ ਦੀਆਂ ਐਂਜ ਨਬੀ ਅੱਲਾ ਦਾ ਹੈ ਬੱਕਰੀਆਂ ਠੱਲੀਆਂ ਤੇ ਨਬੀ ਰੋਣ ਲੱਗ ਪਏ ਤੇ ਜਵਾਨ ਬੇਟੀਆਂ ਕੱਪੜਾ ਫੜ ਕੇ ਬਾਬਲ ਦੇ ਹਿੰਜੂ ਸਾਹਿਬ ਵੇ ਬਾਬਲ ਕਿਉਂ ਰੋਇਆ ਕਹਿੰਦੇ ਪੁੱਤਰੋ ਅੱਖਾਂ ਜਵਾਬ ਦੇ ਗਈਆਂ ਨੇ ਬੱਕਰੀਆਂ ਚਾਰਨੂ ਵਾਲਾ ਪੁੱਤਰ ਕੋਈ ਨੀ ਧੀਆਂ ਉਂਜ ਜਵਾਨ ਕੱਪੜੇ ਨੇ ਫੜ ਕੇ ਆਂਸੂ ਸਾਫ਼ ਕੀਤੇ ਆਦੀ ਬਾਬਲੇ ਰੋਣ ਦੀ ਕਿਹੜੀ ਲੋੜ ਜੇ ਪੁੱਤ ਲਈ ਤੇ ਕੀ ਹੋਇਆ ਅਸੀਂ ਪੁੱਤ ਬਣ ਕੇ ਵਿਖਾ ਦੇਵਾਂਗੇ ਅੱਜ ਵੀ ਮੈਂ ਵੇਖਿਆ ਧੀਆਂ ਕੰਮ ਕਰਕੇ ਬਾਪ ਦੀਆਂ ਬਾਂਹ ਬੇਲੀ ਬਣ ਪੁੱਤਰ ਤਵੱਜੋ ਕਰੋ ਯਾਰਾਂ ਨੂੰ ਸਮਝਾਓ ਧੀਆਂ ਬਾਂਹ ਬੇਲੀ ਬਣ ਜਾਂਦੀਆਂ ਧੀਆਂ ਮਾਪਿਆਂ ਦੇ ਦੁੱਖ ਵੰਡਾ ਦਿੰਦੀਆਂ ਐ ਸੁਣਿਆ ਜੇ ਲਫ਼ਜ਼ ਚਾਂਦੀ ਅਰਸ਼ਾਂ ਵਾਲਿਆ ਜੇ ਤੂੰ ਖੌਲਾ ਦਾ ਘਰ ਵਸਾ ਸਕਦਾ ਤੇ ਮੇਰਾ ਵੀ ਘਰ ਵਸਾ ਸਕਦਾ ਖਜ਼ਾਨੇ ਤੇਰੇ ਕੋਲ ਨੇ ਲੇਖਾਂ ਚ ਮੇਖ ਤੂੰ ਹੀ ਮਾਰ ਸਕਦਾ ਤੇ ਅੱਗੋਂ ਕੀ ਆਵਾਜ਼ ਆਈ ਬੇਨਿਆਦ ਦੀ ਤਰਫੋਂ ਕਹਿੰਦੇ ਨੇ ਜੇ ਮੈਂ ਪੁੱਤ ਦੇ ਕੇ ਵਸਾਇਆ ਤੇ ਮੈਨੂੰ ਬੇਨਿਆਜ਼ ਕਿਹਨੇ ਕਹਿਣਾ ਹੁਣ ਕੁੰਡੀ ਮੇਰੀ ਖੜਕਾਈ ਹੂੰ ਦਿਲਾਂ ਤੇ ਕਬਜ਼ੇ ਮੇਰੇ ਨੇ ਜੇ ਮੈਂ ਵਸਾਇਆ ਵੀ ਤੇ ਤੈਨੂੰ ਧੀ ਦੇ ਕੇ ਵਸਾਵਾਂਗਾ ਇਹਦੇ ਬੰਦੇ ਨੂੰ ਰਾਤ ਖਾਬ ਆ ਗਈ ਸੁੱਤਾ ਹੈ ਇਹਨੂੰ ਖਾਬ ਆ ਗਈ ਨਾ ਮੈਦਾਨੇ ਮੈਸ਼ਰ ਲੱਗ ਗਿਆ ਏ ਵਮਤਾਜ਼ੁਲ ਯੂਮਾ ਅਯੂ ਹਲ ਮੁਜਰਮੂਨ ਅੱਲਾ ਪਾਕ ਨੇ ਨੇਕ ਤੇ ਬਦ ਲੈਦਾ ਕਰ ਦਿੱਤੇ ਨੇ ਇਹਦਾ ਚਲਾਨ ਜਹੰਨਮ ਵੱਲ ਕੱਟਿਆ ਗਿਆ ਏ ਫਰਿਸ਼ਤੇ ਦੋਜ਼ਖ ਵੱਲ ਲੈ ਕੇ ਜਾ ਰਹੇ ਨੇ ਅੱਗੇ ਵੇਖਦਾ ਕੀ ਪਿਆ ਹੈ ਪਹਿਲੇ ਦਰਵਾਜ਼ੇ ਤੇ ਬੇਟੀ ਖੜੀ ਏ ਆਂਦੀ ਹੈ ਮੈਂ ਆਪਣੇ ਬਾਬੇ ਨੂੰ ਜਹੰਨਮ ਚ ਨਹੀਂ ਜਾਣ ਦੇਣਾ ਮੇਰੇ ਨਬੀ ਨੇ ਫਰਮਾਇਆ ਸੀ ਬੇਟੀਆਂ ਟਾਲ ਹੁੰਦੀਆਂ ਨੇ ਬੇਟੀਆਂ ਜੰਨਤ ਦਾ ਟਿਕਟ ਹੁੰਦੀਆਂ ਨੇ
ਕਹਿੰਦਾ ਜਨਾਬ ਮੇਰੀ ਇਹ ਬੇਗਮ ਜੀ ਇਹਨੂੰ ਖਾਬ ਆ ਗਿਆ ਨਾ। ਦੂਸਰਾ ਦਰਵਾਜ਼ਾ ਏ ਇਹਨੂੰ ਖਾਬ ਆਇਆ ਨਾ, ਇਹਦੀ ਅੱਖ ਖੁੱਲ ਜਾਂਦੀ ਏ। ਸੁਣਿਆ ਜਿਹੜਾ ਧਿਆਨ ਨਾਲ ਰੋਂਦਾ ਰੋਂਦਾ ਬੀਵੀ ਨੂੰ ਪੁੱਛਣ ਲੱਗ ਪਿਆ, ਮੇਰਾ ਦੀਵਾ ਜਗਾਇਆ ਅੰਨੇ ਤੁਵੇਂ, ਕਰਮਾਂ ਵਾਲੀਏ ਕਰਮਾਂ ਵਾਲੀਏ। ਉਹਨੇ ਮਸੱਲਾ ਭਿਉਂ ਦਿੱਤਾ ਹੈ ਰੋ ਰੋ ਕੇ, ਮੇਰਾ ਮਸੱਲੇ 'ਤੇ ਬੈਠੀ ਹੋਈ ਏ, ਕਹਿੰਦੇ ਕਰਮਾਂ ਵਾਲੀਏ ਮੈਨੂੰ ਮਾਫ਼ ਕਰ ਦੇ, ਮੈਨੂੰ ਮਾਫ਼ ਕਰ ਦੇਣਾ। ਕਹਿੰਦੀ ਰਾਤੀ ਭਾਅ ਨੂੰ ਤਲਵਾਰਾਂ ਮਾਰ ਕੇ ਸੁੱਤਾ, ਹੁਣ ਮਾਫ਼ੀਆਂ ਕਾਹਦੀਆਂ। ਕਹਿੰਦਾ ਮੈਨੂੰ ਦੁਆ ਕਰ ਅੱਲਾ ਸੱਤਵੀਂ ਵੀ ਧੀ ਦੇਵੇ। ਕਹਿੰਦੀ ਅੱਲਾ ਵਾਲਿਆ ਪਹਿਲੋਂ ਦਸ ਰਾਤ ਵਿੱਚ ਦੀ ਤੈਨੂੰ ਬਣਿਆ ਕੀ ਏ। ਕਹਿੰਦਾ ਮੈਦਾਨੇ ਮਹਿਸ਼ਰ ਕਾਇਮ ਹੋ ਗਿਆ, ਅੱਲਾ ਪਾਕ ਨੇ ਮੇਰਾ ਹਿਸਾਬ ਕਿਤਾਬ ਕੀਤਾ, ਮੇਰਾ ਚਾਲਾਨ ਜਹਨਮ ਵੱਲ ਕੱਟਿਆ ਗਿਆ ਨਾ, ਮੇਰਾ ਚਲਾਨ ਜਹਨਮ ਵੱਲ ਕੱਟਿਆ ਗਿਆ ਨਾ। ਰਿਸ਼ਤੇ ਦੋਜ਼ਖ ਵੱਲ ਲੈ ਕੇ ਜਾ ਰਹੇ, ਪਹਿਲੇ ਦਰਵਾਜ਼ੇ ਤੇ ਨਾਲੇ ਬੇਟੀ ਨੂੰ ਉਠਾਵੇ, ਨਾਲੇ ਚੁੰਮੇ, ਨਾਲੇ ਪਿਆਰ ਕਰੇ। ਐ ਮੇਰੀ ਚੰਨ ਵਰਗੀ ਜੰਨਤ ਦੀ ਟਿਕਟ ਅੱਗੇ ਖਲੋ ਗਈ। ਕਹਿੰਦੀ ਮੈਂ ਆਪਣੇ ਬਾਬੇ ਨੂੰ ਜਹਨਮ ਚ ਨਹੀਂ ਛਾਲ ਦੇਣ, ਨਾਲੇ ਬੇਟੀ ਉਠਾਵੇ, ਨਾਲੇ ਕੰਨ ਲਾਵੇ। ਕਹਿੰਦਾ ਕਰਮਾਂ ਵਾਲੀਏ ਅਗਲੇ ਦਰਵਾਜ਼ੇ ਤੇ ਲੈ ਕੇ ਗਏ, ਦੂਜੇ ਦਰਵਾਜ਼ੇ ਤੇ ਆ ਮੇਰੀ ਕਰਮਾਂ ਵਾਲੀ ਧੀ, ਨਾਲੇ ਪਿਆਰ ਕਰੇ, ਨਾਲੇ ਆਖਿਆ ਜੰਨਤ ਦਾ ਟਿਕਟ ਐ ਢਾਲ ਬਣ ਗਈ, ਮੈਂ ਆਪਣੇ ਬਾਬੇ ਨੂੰ ਜਹਨਮ ਚ ਜਾਣ ਨਹੀਂ ਦੇਣਾ। ਕਹਿੰਦਾ ਕਰਮਾਂ ਵਾਲੀਏ ਤੀਸਰੇ ਦਰਵਾਜ਼ੇ ਤੇ ਲੈ ਕੇ ਗਏ, ਆ ਮੇਰੀ ਕਰਮਾਂ ਵਾਲੀ ਧੀ ਅੱਗੇ ਖਲੋਤੀ ਏ। ਪੰਜਵੇਂ ਦਰਵਾਜ਼ੇ ਚੌਥੇ ਤੇ ਗਏ, ਮੇਰੀ ਕਰਮਾਂ ਵਾਲੀ ਆ ਬੇਟੀ। ਛੇਵੇਂ ਦਰਵਾਜ਼ੇ ਤੇ ਪਹੁੰਚੇ, ਛੋਟੀ ਬੇਟੀ ਨੂੰ ਗੱਲ ਨਾ ਲਾ ਲਿਆ, ਆਂਦੇ ਕਰਮਾਂ ਵਾਲੀਏ ਆ ਮੇਰੀ ਬੇਟੀ ਅੱਗੇ ਖੜੀ ਹੋ ਗਈ, ਅਗਲੀ ਗੱਲ ਨਾ ਪੁੱਛ, ਪਹਿਲੋਂ ਦੁਆ ਕਰ ਅੱਲਾ ਸੱਤਵੀਂ ਵੀ ਧੀ ਦੇਵੇ। ਕਹਿੰਦੀ ਦੱਸ ਤੇ ਸਹੀ ਖੈਰ। ਕਹਿੰਦਾ ਕਰਮਾਂ ਵਾਲੀਏ ਜਦੋਂ ਫਰਿਸ਼ਤੇ ਜਹਨਮ ਦੇ ਦਰੋਵੇ ਮੈਨੂੰ ਅੱਗੇ ਲੈ ਕੇ ਤੁਰੇ, ਸੱਤਵਾਂ ਦਰਵਾਜ਼ਾ ਜਹਨਮ ਦਾ ਵੇਲਾ, ਉਹਨਾਂ ਮੈਨੂੰ ਧੱਕਾ ਮਾਰਿਆ, ਮੈਂ ਜਹਨਮ 'ਚ ਡਿੱਗ ਪਿਆ। ਦੁਆ ਕਰ ਅੱਲਾ ਸੱਤਵੀਂ ਵੀ ਧੀ ਦੇਵੇ, ਮੇਰੀ ਅੱਖ ਖੁੱਲ ਗਈ ਏ। ਆਂਦੇ ਰੱਬਾ ਸੋਹਣਿਆ ਸੱਤਵੀਂ ਧੀ ਦੇ ਤੇ ਦੋਜ਼ਖ ਤੋਂ ਬਰੀ ਹੋ ਜਾਈਏ, ਤੂੰ ਵੀਰਾ ਘਰ ਆਵੇਂ ਤੇ ਪੁੱਛਿਆ ਕਰ ਮੇਰੀ ਜੰਨਤ ਦੀ ਟਿਕਟ ਕਿੱਥੇ ਆ। ਧੀ ਨੂੰ ਟਿਕਟ ਕਿਆ ਕਰ ਜੰਨਤ ਦੀ, ਪਰਵਾਨਾ ਕਿਆ ਕਰ। ਅੱਲਾ ਪਾਕ ਨੇ ਧੀ ਦੇ ਕੇ ਉਸ ਔਰਤ ਦਾ ਘਰ ਵਸਾਇਆ। ਅਲਹਮਦੁਲਿਲਾਹ ਰੱਬਿਲ ਆਲਮੀਨ ਵੱਲਾਕਿਬਾਤਿਲ ਮੁਤਕੀਨ ਵਸਲਾਤੁ ਵਸਲਾਮੁ ਅਲਾ ਰਸੂਲਿ ਉਮਮਤਿਲ ਕਰੀਮ। ਯਾ ਰਹਿਮਾਨ ਯਾ ਸਲਾਮ ਯਾ ਜਬਾਰ ਯਾ ਕਹਾਰ ਯਾ ਕਾਜ਼ੀ ਅਲ ਅਜਾਦ ਯਾ ਅਲ ਮੁਸ਼ਕਲਾਤ, ਅੱਲਾ ਸਭ ਕੀ ਮੁਸ਼ਕਲੇ ਆਸਾਨ ਫਰਮਾ। ਹੈ ਮੇਰੇ ਮਾਲਿਕ ਕਰਜ਼ਦਾਰੋ ਕੇ ਕਰਜ਼ੇ ਦੂਰ ਫਰਮਾ। ਔਰ ਇੱਕ ਮਸਲਾ ਰਹਿ ਗਿਆ ਸੀ, ਉਹ ਵੀ ਬਿਆਨ ਕਰ ਦੇਣਾ ਕਿ ਸਾਡੀਆਂ ਬੇਟੀਆਂ ਦੇ ਜਿਹੜੇ ਕੁੜਮ ਸੁਸਰ ਹੁੰਦੇ ਨੇ ਨਾ ਫੌਤ ਹੋਣ, ਅਸੀਂ ਧੀ ਦਾ ਧੱਕ ਮਾਰਿਆ ਹੁੰਦਾ ਤੇ ਉੱਥੇ ਜਾ ਕੇ ਬੜੀਆਂ ਬਰਿਆਨੀਆਂ ਪਕਾਉਣੀ, ਬਾਹਰ ਲੈਗ ਪੀਸ ਡਾਲਨੇ, ਇਹ ਮਸਲਾ ਸੁਣਨ ਲੈ ਨਾ ਇੰਜ ਕਰਿਆ ਕਰ। ਮਰਗ ਤੇ ਐਡੀ ਵੜ ਚੜ੍ਹ ਕੇ ਰੋਟੀ ਨਾ ਪਕਾ, ਕਿਸੇ ਗਰੀਬ ਦਾ ਮਰ ਜੇ ਤੇ ਤੇਰੇ ਵਰਗੀ ਰੋਟੀ ਨਾ ਦਊ, ਚੱਲਿਆ ਤੂੰ ਗਰੀਬੀ ਨੂੰ ਮਰਨਾ ਵੀ ਮੁਸ਼ਕਲ ਕਰ ਦਿੱਤਾ। ਤੂੰ ਧੀਆਂ ਦੇ ਜਾ ਕੇ ਜਨਾਬ ਜੀ ਆਉਂਦਾ ਫੱਲੇ ਫਲਾਣੇ ਦੇ ਕੁੜਮ ਆਏ, ਉਹਨਾਂ ਰੋਟੀ ਦਿੱਤੀ, ਬੱਲੇ ਬਈ ਉਹਨਾਂ ਛੋਟਾ ਗੋਸ਼ਤ ਪਕਾ ਕੇ ਖਵਾਇਆ, ਤੇ ਚੱਲਿਆ ਜੇ ਕਿਸੇ ਪਿੰਡ 'ਚ ਮਾੜੇ ਦੀ ਧੀ ਦਾ ਕੋਈ ਮਰ ਗਿਆ, ਉਹ ਵਿਚਾਰਾ ਆਲੂ ਦੇਣ ਜੋਗਾ, ਤੇ ਤੂੰ ਫਿਰ ਉਹਦੀ ਕਰੇਗਾ ਨਾ ਬਿਸਤੀ। ਸਾਡੀ ਕੌਮ ਨੇ ਮਰਗ 'ਤੇ ਵੀ ਧੀਆਂ ਵਾਲਿਆਂ ਦੀ ਤਜ਼ਲੀਲ ਸ਼ੁਰੂ ਕਰ ਦਿੱਤੀ, ਸਾਨੂੰ ਆ ਤਜ਼ਲੀਲ ਸ਼ੁਰੂ ਕਰ ਦਿੱਤੀ ਹੈ, ਕੀਤੀ ਕਿ ਨਹੀਂ? ਇੱਕ ਤਗੜਾ ਇੱਕ ਮਾੜਾ, ਚੱਲਿਆ ਤੂੰ ਮਰਗਾਂ 'ਤੇ ਵੀ ਊਚ ਨੀਚ ਸ਼ੁਰੂ ਕਰ ਦਿੱਤੀ। ਇੱਕੋ ਇੱਕ ਪਿੰਡ ਇੱਧਰ ਆਜ਼ਾਦ ਕਸ਼ਮੀਰ ਦੇ ਇਲਾਕੇ 'ਚ, ਉਹਨਾਂ ਕਾਨੂੰਨ ਬਣਾਇਆ ਪਿੰਡ 'ਚ ਭਾਵੇਂ ਚੌਧਰੀ ਮਰੇ ਭਾਵੇਂ ਮਾੜਾ ਮਰੇ, ਉਹਨਾਂ ਕਿਹਾ ਇੱਥੇ ਦਾਲ ਚੌਲ ਹੀ ਪੱਕਣੇ, ਭਾਵੇਂ ਚੌਧਰੀ ਮਰੇ। ਅਤੇ ਸਾਡੇ ਪਿੰਡਾਂ 'ਚ ਰਿਵਾਜ਼ ਕਿ ਤਗੜੀ ਨੌਂ ਦਾ ਮਰ ਗਿਆ ਅਤੇ ਸਹੁਰਾ, ਅਤੇ ਉਹਦੇ ਪਿਛਲਿਆਂ ਨੇ ਆਣ ਕੇ ਮਾਰ ਬੱਕਰੇ ਢਾਏ, ਅਤੇ ਫਿਰ ਹੈਗਾ ਮਾੜੀ ਨੌਂ ਜਿਹੜੀ ਹੈ ਉਹ ਵਹਿੰਦੀ ਹੈ ਕਿ ਮੇਰਾ ਕਿੱਧਰੋਂ ਕਿਹਾ। ਹੋ ਗਈ ਨਾ ਬਿਸਤੀ, ਹੋ ਗਈ ਨਾ ਮੁਆਸ਼ਰੇ 'ਚ ਇੱਕ ਦੂਸਰੇ ਦੇ ਨਾਦੀ ਖਿਲਾਫ ਸਾਜ਼ਿਸ਼। ਇਹ ਚੀਜ਼ਾਂ ਖਤਮ ਕਰੋ ਪਿੰਡਾਂ ਸ਼ਹਿਰਾਂ 'ਚੋਂ ਮੇਰੇ ਵੀਰੋ। ਮਰਗਾਂ 'ਤੇ ਕਾਹਦੀ ਚੰਗੇ ਖਾਣੇ ਖਾਣੇ, ਉੱਥੇ ਚੁੱਪ ਕਰਕੇ ਚੌਲ ਪਕਾਓ, ਮਹਿਮਾਨ ਨੂੰ ਰੋਟੀ ਖਵਾਓ, ਅਤੇ ਅਗਾਂਹ ਤੋਰੇ ਪਵੋ, ਉਹ ਵੀ ਨਾ ਗਿਲਾ ਕਰੇ ਕਿ ਮੈਨੂੰ ਰੋਟੀ ਨਹੀਂ ਚੰਗੀ ਲੱਗਦੀ। ਚੱਲਿਆ ਜਿਹਨਾਂ ਦਾ ਮਰ ਗਿਆ ਉਹਨੂੰ ਪੁੱਛ ਕੇ ਵੇਖ ਰੋਟੀ ਕਿਵੇਂ ਲੰਘਦਾ। ਤੂੰ ਮਰਗ ਦੀ ਰੋਟੀ 'ਚ ਵੀ ਇੰਨਾ ਘਿਓ ਥੋੜ੍ਹਾ ਹੈ, ਗੋਸ਼ਤ ਥੋੜ੍ਹਾ ਪਾਇਆ, ਇੰਨੀ ਜ਼ਿਆਦਾ ਛੱਡ ਗਿਆ, ਇਹ ਬਿਰਿਆਨੀ ਵੀ ਨਹੀਂ ਪਕਾ ਸਕੇ। ਕਰਦੇ ਨੇ ਗੱਲਾਂ ਕਦੀ ਬੋਲੋ ਤੁਸੀਂ। ਚੱਲਿਆ ਨਬੀ ਪਾਕ ਨੇ ਤੇ ਮਰਗ ਵਾਲੇ ਘਰ 3 ਦਿਨ ਅੱਗ ਹੀ ਨਹੀਂ ਬਲਨ ਦਿੱਤੀ, ਤੇ ਅਸੀਂ ਸਾਨੂੰ ਉਧਰੋਂ ਮਾਲ ਚੰਗਾ ਲੱਭੇ।
ربنا آتنا فی الدنیا حسنة وفی الآخرة حسنة وقنا عذاب النار. اللہ بھائی الیاس سمیت جنہیں دوستان دے عزیز بیمار نے اللہ شفا عطا فرما، اللہم شفینا، اللہ میرے سمیت جنہیں بیمار نے میرے مولا اللہم شفینا فإنک خیر الشافعین. اللہ میرے بھائی ڈاکٹر عمر صاحب دے جتنے عزیز تیرے کول آ گئے قبراں نوں نور نال منور فرما، جنہاں نوں اولاد نہیں دتی نیک اولاد عطا فرما. اللہ اس مسجد نوں بناون والے جتنے تیرے کول آ گئے نے اللہ قبراں نوں آن والیاں منزلاں آسان فرما. اللہ جڑے زندہ نے خاتمہ بل ایمان فرما، جنیاں ماواں بہناں دوست باپ آئے سنیا سنایا عمل کرن دی توفیق عطا فرما. ملک پاکستان سپیشل برانچ آئی ایس آئی ایف آئی اے آئی بی رینجر 1122 ٹریفک وارڈن، ملک دے جنے ادارے نے اللہ سب دی خیر فرما، سملی آل عدلی اللہ سب دی خیر فرما. مولا ملک پاکستان دے قرضے دور فرما، عالم اسلام دے مسلمانوں دیاں پریشانیاں دور فرما. اللہ منصر المجاہدین فی کشمیر، اللہ کشمیری مسلمانوں دی مدد فرما. صلی اللہ، میں اپنی مغربی شاہ کٹھی کی تھی، ساتھی اپنی کٹھی کر لیں.